Rixosat.fm programı Das Migrant da Sach vich ਅੱਜ ਸ਼ਨੀਵਾਰ 16 ਸਤੰਬਰ ਹੈ ਤੇ ਦੁਪਹਿਰ ਠੀਕ 2:30 ਵਜੇ ਸਾਡੇ ਕੋਲ ਹਰ ਸ਼ਨੀਵਾਰ ਦੀ ਤਰ੍ਹਾਂ ਅੱਜ ਵੀ ਆਪਾਂ 2:30 ਤੋਂ 3:30 ਵਜੇ ਤੱਕ 1 ਘੰਟੇ ਦੇ ਵਾਸਤੇ ਇਹ ਪ੍ਰੋਗਰਾਮ ਲੈ ਕੇ ਆਈਦਾ ਸਟੂਡੀਓ 'ਚ ਮੈਂ ਹਰਨੇਕ ਸਿੰਘ ਨਾਲ ਮੇਰੇ ਅੰਗਰੇਜ਼ ਸਿੰਘ ਹੈ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲਦੇ ਪ੍ਰੋਗਰਾਮ ਦੌਰਾਨ ਅਸੀਂ ਹਮੇਸ਼ਾ ਜਿਹੜੇ ਸਟੂਡੀਓ ਦੇ ਨੰਬਰ ਆ ਉਹ ਨੰਬਰ ਦੇਖ ਕੇ ਤੁਹਾਨੂੰ ਇਨਕਰੇਜ ਕਰੀਦਾ ਆ ਕਾਲ ਕਰਨ ਦੇ ਲਈ। ਅੱਜ ਥੋੜ੍ਹਾ ਜਿਹਾ ਟਾਈਮ ਵੀ ਸਾਡੇ ਕੋਲ ਘੱਟ ਹੋਣਾ ਆ, ਮਸੀਂ ਰਲਾ ਮਿਲਾ ਕੇ ਘੰਟਾ ਹੋਣਾ, ਨਹੀਂ ਤਾਂ ਅਕਸਰ ਆਪਾਂ ਘੰਟੇ ਤੋਂ ਥੋੜ੍ਹਾ ਬਹੁਤਾ ਲੇਟ ਕਰ ਲਈਦਾ ਆ, ਪਰ ਅੱਜ ਟਾਈਮ ਨਹੀਂ ਸਾਡੇ ਕੋਲ ਵਾਧੂ ਹੋਣਾ, ਇਸ ਕਰਕੇ ਬੇਨਤੀ ਆ ਤੁਸੀਂ ਕਾਲ ਨਾ ਹੀ ਕਰਿਓ। ਕੱਲ੍ਹ ਨੂੰ ਆਪਾਂ ਕੋਸ਼ਿਸ਼ ਕਰਾਂਗੇ ਜਿਹੜਾ ਆਖਰੀ ਘੰਟਾ ਐਤਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਭੱਖ ਦੇ ਮਸਲੇ ਵਿੱਚ ਉਹਦੇ ਵਿੱਚ ਆਪਾਂ ਟਾਈਮ ਜਿੰਨਾ ਕੁ ਹੋਇਆ ਕੱਢ ਲਵਾਂਗੇ। ਭਾਈ ਰਣਜੀਤ ਸਿੰਘ ਹੋਰਾਂ ਦਾ ਪ੍ਰੋਗਰਾਮ ਜਿਹੜਾ ਉਹ 2 ਵਜੇ ਨਿਊਜ਼ੀਲੈਂਡ ਦੇ ਟਾਈਮ ਨਾਲ ਸ਼ੁਰੂ ਹੋਣ ਦਾ ਸੀਗਾ ਅਤੇ ਹੁਣ ਕੀਰਤਨ ਹੋ ਰਿਹਾ ਆ ਅਤੇ ਸਟੇਜ ਦੇ ਉੱਤੇ ਉਹ ਕੁਛ ਮੈਨੂੰ ਲੱਗਦਾ ਦੱਸ ਰਹੇ ਆ, ਆਪਾਂ ਸੁਣ ਕੇ ਦੇਖ ਲੈਂਦੇ ਹਾਂ ਅਤੇ ਨਾਲ ਦੀ ਨਾਲ ਸਾਨੂੰ ਪਤਾ ਲੱਗ ਜਾਊਗਾ ਸ਼ਾਇਦ ਸਟੇਜ ਸੈਕਟਰੀ ਉਹਨਾਂ ਦੀ ਕੋਈ ਗੱਲ ਦੱਸ ਰਿਹਾ ਆ ਅਤੇ ਉਹ ਤੋਂ ਬਾਅਦ ਜਿੱਦਣੀ ਛੇਤੀ ਵੀ ਪ੍ਰੋਗਰਾਮ ਜਿਹੜਾ ਹੋਇਆ ਮੰਦਾ ਚੰਗਾ ਉਹ ਸਾਰੀ ਸੰਗਤ ਨੇ ਉਤਸ਼ਾਹਿਤ ਕਰਨਾ। ਸੋ ਇੰਨੀ ਕੁ ਬੇਨਤੀ ਪ੍ਰਵਾਨ ਕਰਿਓ, ਪਰ ਵੀਰਾਂ ਨੂੰ ਵੀ ਬੇਨਤੀ ਹੈ ਵੀ ਭਾਈ ਕੀਰਤਨ ਸੁਣਨ ਆਏ ਹੋ। ਆਮ ਤੌਰ 'ਤੇ ਜਦੋਂ ਇੰਡੀਆ 'ਚ ਵੀ ਗੱਲ ਹੁੰਦੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਨਤੀ ਹੁੰਦੀ ਹੈ ਤਾਂ ਅਸੀਂ ਇੱਥੇ ਮੈਨੂੰ ਲੱਗਦਾ ਆ ਵੀ ਜਿੱਦਾਂ ਦੇ ਹਾਲਾਤ ਆ ਉਹ ਜਿਹੜੇ ਹੈਗੇ ਟਕਸਾਲੀ ਰੌਲਾ ਪਾਉਣ ਗਏ ਸੀ ਉਹ ਦੀਵਾਨ ਦੇ ਵਿੱਚ ਬੈਠੇ ਆ। ਠੀਕ ਆ, ਕਿਉਂ ਪਹਿਲਾਂ ਸ਼ੁਰੂ ਦੇ ਵਿੱਚ ਮੈਨੂੰ ਮੁੰਡੇ ਦਾ ਮੈਸੇਜ ਆਇਆ ਸੀਗਾ, ਕਹਿੰਦਾ ਵੀ ਉਹ ਬਾਹਰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਅਤੇ ਉਹ ਅੰਦਰ ਚਲੇ ਗਏ ਆ ਅਤੇ ਕਮੇਟੀ ਨੇ ਪੁਲਿਸ ਨੂੰ ਜੁੱਤੀਆਂ ਸਣੇ ਅੰਦਰ ਜਾਣ ਤੋਂ ਮਨਾ ਕਰ ਦਿੱਤਾ। ਠੀਕ ਆ, ਅਤੇ ਉਹਨਾਂ ਨਾਲ ਗੱਲਬਾਤ ਹੋਈ ਹੋਊਗੀ। ਉਹ ਕਹਿੰਦੇ ਇਹ ਸੀਗੇ ਪਹਿਲਾਂ ਵੀ ਅਸੀਂ ਇੱਦਾਂ ਕਰ ਨਹੀਂ ਦੇਣਾ ਅਤੇ ਅਸੀਂ ਖਲਲ ਪਾਵਾਂਗੇ, ਵਾਹਿਗੁਰੂ ਵਾਹਿਗੁਰੂ ਕਰਾਂਗੇ। ਠੀਕ ਹੈ, ਠੀਕ ਹੈ, ਵਾਹਿਗੁਰੂ ਵਾਹਿਗੁਰੂ ਸਿਮਰਨ ਕਰਨ ਨੂੰ ਖਲਲ ਪਾਉਣਾ ਕਹਿੰਦੇ ਆ, ਇੱਦਾਂ ਰੋਕਾਂਗੇ ਅਸੀਂ। ਅਤੇ ਹੁਣ ਆਪਾਂ ਆਪਣਾ ਜੀ ਪ੍ਰੋਗਰਾਮ ਕਰ ਲਈਏ ਆਪਾਂ, ਹਾਂਜੀ, ਕਿਉਂਕਿ ਇਹ ਜਿਹੜਾ ਪ੍ਰੋਗਰਾਮ ਹੋਣਾ ਇਹ ਲਾਈਵ ਰਿਕਾਰਡਡ ਜਿਹੜਾ ਆਪਣੇ ਕੋਲ ਪਿਆ ਹੋਣਾ ਆ। ਹਾਂਜੀ, ਕੱਲ੍ਹ ਨੂੰ ਸਵੇਰੇ ਜਿੱਦਾਂ ਆਪਾਂ ਐਤਵਾਰ ਨੂੰ ਸਵੇਰੇ 10 ਵਜੇ ਆਪਣੇ ਕੋਲ ਟਾਈਮ ਹੁੰਦਾ 10:15 ਵਜੇ, ਹਾਂਜੀ, ਠੀਕ ਹੈ, ਉਦੋਂ 11:30 ਵਜੇ ਤੱਕ ਜਿੰਨਾ ਵੀ ਟਾਈਮ ਹੋਇਆ ਆਪਾਂ ਉਦੋਂ ਇਹਨੂੰ ਚਲਾ ਦੇਣਾ। ਠੀਕ ਹੈ ਜੀ, ਠੀਕ ਹੈ ਜੀ, ਅਤੇ ਉੱਧਰ ਹਾਂ ਸ਼ੁਰੂ ਹੋਣ ਜਾ ਰਿਹਾ ਆ ਪ੍ਰੋਗਰਾਮ। ਹਾਂਜੀ, ਅਤੇ ਉਹ ਫਿਰ ਜਿੱਦਾਂ ਵੀ ਕੋਈ ਅਪਡੇਟ ਹੋਈ ਚੱਲਦੇ ਪ੍ਰੋਗਰਾਮ 'ਚ ਆਪਾਂ, ਠੀਕ ਹੈ ਜੀ, ਉਹ ਦੱਸ ਦਿਆਂਗੇ ਸਰੋਤਿਆਂ ਨੂੰ। ਠੀਕ ਹੈ, ਠੀਕ ਹੈ ਜੀ, ਅਤੇ ਠੀਕ ਹੈ ਜੀ, ਸ਼ਨਿਚਰਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਆਪਾਂ ਚਰਿੱਤਰ ਪੜ੍ਹਦੇ ਹੁੰਦੇ ਹਾਂ। ਹਾਂਜੀ, ਅਤੇ ਅੱਜ ਜਿਹੜਾ ਚਰਿੱਤਰ ਨੰਬਰ 78 ਆ ਜਿਹੜਾ ਉਹ ਪੜ੍ਹਿਆ ਜਾਣਾ। ਠੀਕ ਹੈ ਜੀ, ਕੋਸ਼ਿਸ਼ ਕਰਾਂਗੇ ਆਪਾਂ, ਪੜ੍ਹ ਹੋ ਜਾਵੇ, ਪਰ ਇੱਕ ਦੋ ਗੱਲਾਂ ਜਿਹੜੀਆਂ ਅਸੀਂ ਕਰਨੀਆਂ ਸੀ ਹਾਂਜੀ ਉਹ ਪਹਿਲਾਂ ਨਾਲ ਦੀ ਨਾਲ ਬੁੱਧਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਗੱਲ ਹੋਈ ਸੀ ਗੁਰੂ ਦੇ ਉੱਤੇ। ਹਾਂਜੀ, ਭਈ ਜਿਹੜੀ ਜਦੋਂ 10 ਗੁਰੂ ਸਾਹਿਬਾਨ ਹੋਏ ਆ ਨਾ, ਹਾਂਜੀ, ਠੀਕ ਆ, ਉਹ ਉਹਨਾਂ ਨੇ ਦੇਹ ਦੇ ਆਪਣੇ ਰੂਪ ਦੇ ਵਿੱਚ, ਹਾਂਜੀ, ਜਿੰਨਾ ਸਮਾਂ ਵੀ ਉਹ ਧਰਤੀ ਦੇ ਉੱਤੇ ਰਹੇ ਆ, ਠੀਕ ਆ, ਠੀਕ ਆ, ਉਹਨੇ ਅਗਵਾਈ ਕੀਤੀ ਆ। ਬਿਲਕੁਲ, ਹੁਣ ਪਹਿਲੇ ਪਾਤਸ਼ਾਹ ਅਸੀਂ ਕਹਿੰਦੇ ਹਾਂ ਵੀ ਜਨਮ ਤੋਂ ਉਹ ਗੁਰੂ ਆ, ਆਦਿ ਗੁਰੂ ਹੋਏ ਆ, ਹਨਾ, ਫਿਰ ਅਸੀਂ ਕਹਿੰਦੇ ਵੀ ਨਹੀਂ ਜਦੋਂ ਜਨੇਊ ਤੋਂ ਇਨਕਾਰ ਕੀਤਾ ਵੀ ਨਹੀਂ, ਉਹ ਉਹਨਾਂ ਦੇ ਜੀਵਨ ਦੀ ਪਹਿਲੀ ਘਟਨਾ ਸੀ। ਠੀਕ ਹੈ, ਠੀਕ ਆ, ਅਤੇ ਇੱਦਾਂ ਫਿਰ ਦੂਜੇ ਪਾਤਸ਼ਾਹ ਜਦੋਂ ਪਹਿਲੇ ਪਾਤਸ਼ਾਹ ਨੇ ਉਹਨਾਂ ਨੂੰ ਅਸੀਂ ਸ਼ਬਦ ਗੁਰਗੱਦੀ ਵਰਤਦੇ ਹਾਂ। ਹਾਂਜੀ, ਠੀਕ ਆ, ਵੀ ਅਸੀਂ ਕਦੇ ਕਹਿੰਦੇ ਹਾਂ ਵੀ ਜਿਹੜਾ ਨਾਰੀਅਲ ਸੀਗਾ 125 ਰੁਪਈਆ ਨਾਰੀਅਲ ਰੱਖ ਕੇ ਮੱਥਾ ਟੇਕਿਆ ਅਤੇ ਗੱਦੀ, ਕਦੇ ਕਹਿੰਦੇ ਵੀ ਜੋਤ ਸੀਗੀ ਉਹ ਜੋਤ ਟਿਕਾ ਦਿੱਤੀ ਗਈ ਆ ਇੱਦਾਂ, ਹਨਾ, ਹਾਂਜੀ,
ਤੇ ਉਹ ਗੱਲਾਂ ਨੂੰ ਬੜੇ ਆਪੋ ਆਪਣੇ ਤਰੀਕੇ ਨਾਲ ਅਸੀਂ ਉਹਨੂੰ ਵਿਸਥਾਰ ਦੇ ਨਾਲ ਕਰਦੇ ਹਾਂ, ਜਿੱਦਾਂ ਦੀ ਸ਼ਬਦਾਵਲੀ ਸਾਨੂੰ ਡਰਦਿਆਂ ਡਰਦਿਆਂ ਨੂੰ ਸਾਨੂੰ ਲੱਗਦਾ ਪਈ ਇੰਨੀ ਕੁ ਠੀਕ ਆ। ਹਾਂਜੀ, ਇੱਦਾਂ ਤੇ ਉਹ ਉਹਦੇ ਉੱਤੇ ਗੱਲ ਹੋਈ ਸੀ ਤੇ ਗੱਲ ਆਪਾਂ ਦੋ ਤਰੀਕੇ ਹੈਗੇ ਆ। ਚਲੋ ਪਹਿਲਾਂ ਸਾਡੇ ਨਾਲ ਇੱਕ ਸਰੋਤੇ ਆ ਜੀ ਯਾਦਵਿੰਦਰ ਸਿੰਘ, ਉਹਨਾਂ ਨੇ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵੀਰ ਜੀ, ਤੁਸੀਂ ਆਉਣੇ ਰਿਹਾ ਜੀ, ਇੱਕ ਤਾਂ ਤੁਹਾਨੂੰ ਸਰੋਤੇ ਸੁਣ ਰਹੇ ਆ ਤੇ ਦੂਜਾ ਆਪਾਂ ਇਹ ਤੁਹਾਡੀ ਜਿਹੜੀ ਕਾਲ ਆ ਇਹ ਸਾਰਾ ਪ੍ਰੋਗਰਾਮ ਜਿਹੜਾ ਰਿਕਾਰਡ ਹੋ ਰਿਹਾ ਆ। ਠੀਕ ਹੈ ਜੀ। ਹਾਂਜੀ ਹਾਂਜੀ, ਮੈਂ ਤਾਂ ਉਹਦੇ ਬਾਰੇ ਗੱਲ ਕਰਨੀ ਸੀ ਜਿਹੜਾ ਤੁਸੀਂ ਰੌਲਾ ਪਾਇਆ ਨਾ ਜਾਗਰੂਕਾਂ ਨੇ ਵੀ ਤੁਸੀਂ ਗੁਰੂ ਸਾਹਿਬ ਦੇ ਖਿਲਾਫ ਬੋਲੇ ਆ। ਅਸੀਂ ਵੀ ਉਹੀ ਗੱਲ ਕਰਨ ਲੱਗੇ ਸੀ, ਮੈਂ ਇੱਦਾਂ ਸੋਚਦਾ ਸੀਗਾ ਵੀ ਉਹ ਜਿਹੜਾ ਨਾ ਉਹ 20 ਮਿੰਟ ਦੀ ਗੱਲਬਾਤ ਆ ਜਿਹੜੀ ਆ। ਠੀਕ ਆ ਜੀ, ਤੇ ਉਹਨੂੰ ਮੈਨੂੰ ਲੱਗਦਾ ਸੀ ਵੀ ਜੇ ਅਸੀਂ ਉਹ ਜਿੱਦਾਂ ਗੱਲ ਹੁਣ ਜਦੋਂ ਕਰਨੀ ਆ ਅਸੀਂ ਪਹਿਲਾਂ ਉਦਾਂ ਹੀ ਚਲਾ ਦਈਏ ਜਿੱਦਾਂ ਗੱਲ ਹੋਈ ਆ ਉਦਣ ਬੁੱਧਵਾਰ। ਹਾਂਜੀ ਹਾਂਜੀ, ਨਹੀਂ ਉਹ ਤਾਂ ਵੈਸੇ ਵੀ ਉਹਦੇ ਵਿੱਚ ਵੀ ਕਲੀਅਰ ਮੈਨੂੰ ਸਮਝ ਨਹੀਂ ਜਾਣੀ ਆ ਕਿ ਇਹਨਾਂ ਬੰਦਿਆਂ ਦੀ ਵੀ ਇਹਨਾਂ ਨੂੰ ਸਮਝ ਕਿਉਂ ਨਹੀਂ ਆਉਂਦੀ ਇਸ ਗੱਲ ਦੀ। ਨਹੀਂ ਉਹ ਸ਼ਬਦ ਨਹੀਂ ਉੱਥੋਂ ਉਹ ਜਿਹੜੀ ਨਾ ਅਸਲ ਚ ਗੱਲ ਇਨੀ ਕਲਿੱਪ ਦੇ ਵਿੱਚ ਕੀ ਕੀਤਾ, ਪਹਿਲੇ 2-3 ਜਦੋਂ ਗੱਲ ਸ਼ੁਰੂ ਹੋਈ ਆ ਨਾ ਹਾਂਜੀ ਉੱਥੋਂ 2.5-3 ਮਿੰਟ ਦੀ ਗੱਲ ਉਹ ਲੈ ਲਈ ਆ ਤੇ ਇੱਕ ਜਿਹੜੀ ਲਾਈਨ ਸੀ ਉਹ ਪਿੱਛਿਓਂ ਚੱਕ ਲਈ ਜਾ ਕੇ ਐਂਡ ਤੋਂ ਉਹ ਜਿੱਥੇ ਗੱਲ ਹੋਈ ਆ ਜਦੋਂ ਰਾਮ ਰਾਈ ਨੂੰ ਹੁਣ ਗੱਲ ਚੱਲੀ ਲੰਬੀ ਉਹ ਜਿਹੜਾ ਜਿਹੜਾ ਅਕਬਰ ਦੇ ਕੋਲ ਭਾਈ ਜੇਠਾ ਜੀ ਨੂੰ ਭੇਜਣਾ ਸੀ ਉਹ ਫੈਸਲਾ ਕਿਹਦਾ ਸੀ। ਹਾਂਜੀ ਰਾਮ ਰਾਏ ਵਾਲੀ ਗੱਲ ਹੋਈ ਆ ਜਿੱਥੇ ਗੱਲ ਇਹ ਹੋਈ ਨਾ ਭਈ ਉਹ ਜਿਹੜੀ ਰਾਮ ਰਾਏ ਨੂੰ ਭੇਜਣਾ ਤੇ ਮੁੜ ਕੇ ਗੱਦੀ ਦੇਣੀ ਪਈ ਜਿਹੜੀ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਨੂੰ। ਹਾਂਜੀ ਠੀਕ ਆ, ਹੁਣ ਉਹਨੂੰ ਗੱਲ ਤਾਂ ਜਿੱਦਾਂ ਮੈਨੂੰ ਪਹਿਲਾਂ ਪਤਾ ਸੀ ਨਾ ਵੀ ਗੱਲ ਭਾਰੀ ਆ ਇਹ, ਮੈਨੂੰ ਇਹ ਵੀ ਪਤਾ ਸੀ ਵੀ ਜਿਹੜੀ ਭਾਰੀ ਚੀਜ਼ ਆ ਉਹ ਸੱਟ ਲਾਉਂਦੀ ਹੁੰਦੀ ਆ। ਬਿਲਕੁਲ, ਹੁਣ ਦੂਜੀ ਗੱਲ ਵੀਰੇ ਇਹ ਆ ਵੀ ਜੇ ਕਹੀ ਗੱਲ ਸੱਟ ਲਾਵੇ ਨਾ ਫਿਰ ਫਾਇਦਾ ਵੀ ਨੀ। ਜੇ ਮਤਲਬ ਜੇ ਇੱਦਾਂ ਗੱਲ ਕਹਿਣੀ ਆ ਵੀ ਸਾਰਿਆਂ ਦਾ ਦਿਮਾਗ ਹੁਣ ਤਿਆਰ ਆ ਇੱਥੇ ਇੱਕ, ਹਾਂਜੀ ਉਨੀ ਗੱਲ ਕਹਿ ਦਿਓ, ਫਿਰ ਥੋੜੀ ਫਾਇਦਾ, ਫਿਰ ਅਸੀਂ ਕਾਹਲੇ ਬੈਠਣਾ ਇੱਥੇ, ਫਿਰ ਤਾਂ ਠੀਕ ਹੈ ਲੋਕ ਫਿਰ ਤਾਂ ਕਥਾ ਕਰੀ ਜਾਂਦੇ ਆ। ਹਾਂਜੀ, ਹੁਣ ਥੋੜਾ ਉਹ ਸਟ੍ਰੈਚ ਹੋਣਾ ਚਾਹੀਦਾ ਉਹ ਨਾ। ਹਾਂਜੀ ਹਾਂਜੀ, ਅਸਲ ਦੇ ਵਿੱਚ ਇਹਨਾਂ ਆਪ ਤਾਂ ਇਹ ਗੱਲਾਂ ਕਲੀਅਰ ਕੀਤੀਆਂ ਨੀ ਨਾ, ਭਾਈ ਪੰਥਪ੍ਰੀਤ ਸਿੰਘ ਜੀ ਨੂੰ ਇੰਨਾ ਚਿਰ ਹੋ ਗਿਆ ਪ੍ਰਚਾਰ ਕਰਦਿਆਂ ਨੂੰ, ਇਹ ਗੱਲਾਂ ਤਾਂ ਇਹਨਾਂ ਨੂੰ ਕਲੀਅਰ ਕਰਨੀਆਂ ਚਾਹੀਦੀਆਂ ਸੀ ਅਸਲ ਦੇ ਵਿੱਚ। ਹਾਂਜੀ, ਪਰ ਹੁਣ ਜੇ ਕੋਈ ਹੋਰ ਕਰਦਾ ਤਾਂ ਇਹਨਾਂ ਨੂੰ ਅਸਲ ਦੇ ਵਿੱਚ ਜਿਹੜੇ ਉਹਨਾਂ ਨੇ ਤਿਆਰ ਕੀਤੇ ਨਾ ਬੰਦੇ, ਤਾਂ ਜਾਣੀ ਝੋਰਾ ਜਿਹਾ ਹੀ ਲੱਗਿਆ ਪਿਆ ਇਸ ਗੱਲ ਦਾ ਵੀ ਇਹ ਬੰਦੇ ਮਤਲਬ ਆਪਾਂ ਕਦੋਂ ਇਹਨਾਂ ਦਾ ਮੁਕਾਬਲਾ, ਜਿਹੜੀ ਕੌਮਾਂ ਵਿਕਸਿਤ ਹੋਈਆਂ ਉਹਨਾਂ ਦਾ ਮੁਕਾਬਲਾ ਕਦੋਂ ਕਰ ਸਕਾਂਗੇ ਇਹੋ ਜਿਹੇ ਦਿਮਾਗ ਲੈ ਕੇ। ਬਿਲਕੁਲ ਵੀਰੇ, ਮੈਂ ਉਦਣ ਵੀ ਗੱਲ ਕਰਦਾ ਸੀਗਾ ਵੀ ਜਿਹੜਾ ਜਦੋਂ ਪ੍ਰਿੰਟਿੰਗ ਪ੍ਰੈਸ ਦੀ ਅਸੀਂ ਗੱਲ ਕਰਦੇ ਹਾਂ ਵੀ ਜਦੋਂ ਜਿਹੜਾ ਲਿਖੀ ਆਪਣੇ ਦਿਮਾਗ ਵਿੱਚ ਆਈਆਂ ਗੱਲਾਂ ਨੂੰ ਲਿਖ ਕੇ ਦੂਜਿਆਂ ਤੱਕ ਪਹੁੰਚਾਉਣ ਦਾ ਸਾਧਨ ਆ ਜਿਹੜਾ, ਉਹਦੇ ਵਿੱਚ ਅਸੀਂ ਪੰਜਾਬ ਦੇ ਲੋਕ 400-500 ਸਾਲ ਪਿੱਛੇ ਹਾਂ। ਹਾਂਜੀ ਹਾਂਜੀ, ਫਿਰ ਯੂਨੀਵਰਸਿਟੀਆਂ ਹੁਣ ਜਰਮਨ ਚ ਪਹਿਲੀ ਯੂਨੀਵਰਸਿਟੀ ਮੈਨੂੰ ਲੱਗਦਾ 1350 ਦੇ ਅੱਗੇ ਬਣ ਗਈ ਸੀ। ਬਿਲਕੁਲ ਜੀ, ਜਿਹੜੇ ਬਾਹਰ ਦੇ ਨਾ ਜਿਹੜੇ ਹੈਗੇ ਆ ਗੋਰਿਆਂ ਦੀ ਕੌਮ ਆ, ਹੁਣ ਇਹ ਤਾਂ ਮੰਗਲ ਗ੍ਰਹਿ ਤੇ ਸਿਵਲਾਈਜੇਸ਼ਨ ਕਰ ਰਹੇ ਆ ਉਹਦੇ ਤੇ ਜਾਣੀ ਵਿਚਾਰ, ਤੇ ਆਪਣੇ ਬੰਦਿਆਂ ਨੂੰ ਹਜੇ ਤੱਕ ਆਹ ਨੋਰਮਲ ਗੱਲਾਂ ਨੀ ਸਮਝ ਆਈਆਂ ਜਿਹੜੀਆਂ ਆਪਾਂ ਨੂੰ ਬਹੁਤ ਪਹਿਲਾਂ ਸਮਝ ਆ ਜਾਣੀਆਂ ਚਾਹੀਦੀਆਂ। ਨਹੀਂ ਹੁਣ ਕਿਰਪਾ ਆਪਣੇ ਕੁਲਵਿੰਦਰ ਬਠਿੰਡੇ ਵਾਲੇ ਨੇ ਉਹ ਗੱਲ ਕਿੰਨੇ ਕਿੰਨੇ ਬਹੁਤ ਹੁੱਬ ਕੇ ਕਹੀ ਆ ਤੇ ਦੇਖੋ ਜੀ ਗੁਰੂ ਨਾਨਕ ਦੇਵ ਜੀ ਨੇ ਕਿੱਦਾਂ ਕਹਿ ਦਿੱਤਾ ਫੇ ਲੱਖ ਆਕਾਸ਼ਾਂ ਆਕਾਸ਼ ਲੱਖ ਪਤਾਲਾਂ ਪਤਾਲ। ਉਹ ਤਾਂ ਹਾਂਜੀ, ਉਹ ਅਸਲ ਦੇ ਵਿੱਚ ਉਹਨਾਂ ਨੇ ਨਾ ਇੱਕ ਲਾਈਨ ਚੱਕ ਲਈ ਇਹਦੀ ਵੀ, ਉਹ ਅੱਗੇ ਜਾ ਕੇ ਗੁਰੂ ਸਾਹਿਬ ਨੇ ਕਲੀਅਰ ਕੀਤਾ ਵੀ ਲੱਖ ਅਗਾਥਾਂ ਅਸ ਲੱਖ ਪਤਲਾ ਪਾਤਾਲ ਓੜ ਪੋੜ ਕਪਾਲ ਤੇ ਵੇਦ ਕਹਿਣ ਬਾਤ, ਸਹਿਸ 18 ਕਹਿਣ ਕਿਤੇਬਾ ਅਸਲੂ ਇੱਕ ਧਾਤ, ਲਿਖਾ ਹੋਏ ਤਾਂ ਲਿਖਿਆ ਲੇਖਾ ਹੋਏ ਬਣਾ। ਗੁਰੂ ਸਾਹਿਬ ਨੇ ਇਹ ਗੱਲ ਉਹਨਾਂ ਦੀ ਦੋਨਾਂ ਮਤਾਂ ਦੀ ਗੱਲ ਦੱਸ ਕੇ ਵੀ ਜਿਹੜੇ ਹਿੰਦੂ ਆ ਉਹ ਮੰਨਦੇ ਆ ਵੀ ਲੱਖਾਂ ਆਕਾਸ਼ਾਂ ਪਤਾ ਲੱਭ ਲੱਭ ਕੇ ਥੱਕ ਗਏ ਉਹ ਲੱਭ ਨੀ ਸਕੇ, ਤੇ ਜਿਹੜੀ ਦੂਜੀ ਗੱਲ ਆ ਉਹ ਉਹਨਾਂ ਨੇ ਮੁਸਲਮਾਨਾਂ ਦੇ ਸੰਬੰਧ ਵਿੱਚ ਕਹੀ ਹੈ, ਮੁਸਲਮਾਨ ਇਹ ਸਮਝਦੇ ਆ ਵੀ ਜੇ 18,000 ਜਿਹੜੇ ਆਲਮ ਉਹ ਹੈਗੇ ਪਰ ਗੁਰੂ ਸਾਹਿਬ ਕਹਿੰਦੇ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਲਾਸ,
ਵੀ ਜੇ ਲੇਖਾ ਹੋ ਸਕਦਾ ਹੋਵੇ ਤਾਂ ਲਿਖਿਆ ਜਾ ਸਕਦਾ, ਉੱਥੇ ਜਾ ਕੇ ਤਾਂ ਲੇਖੇ ਜਾਣੀ ਗਿਣਤੀ ਦੇ ਅੱਖਰ ਖਤਮ ਹੋ ਜਾਂਦੇ, ਜਾ ਕੇ ਪਰਮਾਤਮਾ ਦਾ ਜਿਹੜਾ ਅੰਤ ਨਹੀਂ ਪਾਇਆ ਜਾ ਸਕਦਾ। ਤੇ ਉਹ ਵੀ ਇਹਨਾਂ ਨੂੰ ਪਤਾ ਤਾਂ ਸਾਰਾ ਕੁਛ ਹੀ ਹੋਣਾ ਜੀ, ਮੈਨੂੰ ਲੱਗਦਾ ਆਹ ਗੱਲਾਂ ਦੀ ਇਹਨਾਂ ਨੂੰ ਸਮਝ ਨਹੀਂ ਆ ਰਹੀ। ਅਸਲ ਦੇ ਵਿੱਚ ਨਾ ਉਹਨੂੰ ਕਹਿਣਾ ਤਾਂ ਇਹ ਚਾਹੁੰਦਾ ਸੀ ਵੀ ਤੁਸੀਂ ਬੇਅਦਬੀ ਤਾਂ ਭਾਈ ਪੰਥਪ੍ਰੀਤ ਸਿੰਘ ਦੀ ਕਿਉਂ ਕਰਦੇ ਆ। ਅਸਲ ਦੇ ਵਿੱਚ ਗੱਲਾਂ ਦਾ ਜਨ ਭਾਈ ਪੰਥਪ੍ਰੀਤ ਸਿੰਘ ਦੇ ਵਿਰੋਧ ਚ ਗੁੱਸਾ ਤਾਂ ਉਹ ਉਹ ਬਹਾਨਾ ਇਹ ਬਣਾ ਲਿਆ ਵੀ ਗੁਰੂ ਸਾਹਿਬ ਨੂੰ ਕਹਿਤਾ, ਕੱਢਣਾ ਇਸ ਬਹਾਨੇ ਚਾਹੁੰਦੇ ਆ। ਜੇ ਇੰਨਾ ਹੀ ਗੁੱਸਾ ਆਉਂਦਾ ਹੋਵੇ ਟਕਸਾਲੀਆਂ ਨੇ ਜਿਹੜਾ ਪੂਰਨ ਗ੍ਰੰਥ ਹੈ ਜਿਹੜਾ ਉਹ ਤ੍ਰਿਆ ਤੁਸੀਂ ਪੜ੍ਹਦੇ ਆ ਉਹਦੇ ਬਾਰੇ ਭਾਈ ਪੰਥਪ੍ਰੀਤ ਸਿੰਘ ਜੀ ਕਹੀ ਜਾਂਦੇ ਆ ਟਕਸਾਲ ਜਿਹੜੇ ਉਹ ਸਾਡੇ ਭਰਾ ਹੈ। ਉੱਥੇ ਜਾ ਕੇ ਭਾਵਨਾਵਾਂ ਨੂੰ ਕੁਛ ਨੀ ਹੁੰਦਾ, ਜਿੱਥੇ ਇਹਨਾਂ ਨੂੰ ਪਤਾ ਹੈ ਵੀ ਜਿੱਥੇ ਆਪ ਨੂੰ ਇਹਨਾਂ ਨੂੰ ਅੱਗੇ ਵਧਣ ਵਾਸਤੇ ਤੁਸੀਂ ਮਜਬੂਰ ਕਰ ਰਹੇ ਹੋ ਉੱਥੇ ਇਹਨਾਂ ਨੂੰ ਸਾਰ ਹੈ ਭਾਵਨਾ, ਯਾਨੀ ਹਿਰਦੇ ਨੂੰ ਵੀ ਪਤਾ ਹੈ ਵੀ ਕਿੱਥੇ ਬਲੂੰਦ ਰਹਿ ਜਾਣਾ ਤੇ ਉਹ ਬੰਦਾ ਜਾਨੀ ਹਿਰਦਾ ਮੋਹਰੇ ਡਾਂਗ ਦੇਖ ਕੇ ਬਲੂੰਦੜ ਹੁੰਦਾ ਹੈ ਜਾਨੀ। ਹਾਂਜੀ ਹਾਂਜੀ, ਉੱਥੋਂ ਪਤਾ ਵੀ ਚਿੱਤਰ ਫਿਰਨਾ ਇੱਥੇ ਸਿਰਫ ਵਿਚਾਰ ਹੋਣੀ ਆ, ਓਦਾਂ ਨੀ ਡਾਂਗ ਫੇਰਨੀ ਕਿ ਜੋ ਮਰਜ਼ੀ ਕਹੇ ਤੇ ਉਹ ਵੀਡੀਓ ਲਾਈਵ ਹੁੰਦਾ, ਫ੍ਰੀ ਆ ਸਾਰਾ ਕੁਛ, ਲਾਈਵ ਹੋ ਜਾਈ ਤਾਂ ਬੋਲੀ ਜਿਹੜੀ ਤਾਂ ਮਰਜ਼ੀ, ਕੋਈ ਲੌਜਿਕ ਨੀ, ਕੋਈ ਚੱਜਦੀ ਜਾਂ ਤਾਂ ਗੱਲ ਵੀਡੀਓ ਚਲਾਉਂਦੇ ਉਹਦੇ ਵਿੱਚੋਂ ਕਹਿੰਦੇ ਵੀ ਆਹ ਇਹਨਾਂ ਦੀ ਗੱਲ ਗਲਤ ਹੈ ਵੀ ਅਸੀਂ ਇਸ ਤਰੀਕੇ ਨਾਲ ਲੈ ਰਹੇ ਹਾਂ ਇਸ ਕਰਕੇ ਸਾਡੀ ਗੱਲ ਠੀਕ ਹੈ, ਫਿਰ ਤਾਂ ਪਤਾ ਲੱਗੇ ਵੀ ਜਾਗਰੂਕ ਵਿਰੋਧ ਕਰ ਰਹੇ ਚੱਲ ਰਿਹਾ, ਮਾੜਾ ਮੋਟਾ ਸਾਡੇ ਵਰਗਿਆਂ ਨੂੰ ਸੁਣਨਾ ਨੂੰ ਵੀ ਸਵਾਦ ਆਵੇ ਗੱਲ। ਪਰ ਇਹਨਾਂ ਦੇ ਤਾਂ ਜਿਵੇਂ ਟਕਸਾਲੀ ਕਰਦੇ ਉਹ ਵੀ ਅਸਲ ਦੇ ਵਿੱਚ ਅੱਧਾ ਘੰਟਾ ਲਾ ਦਿੰਦੇ ਉਹ ਜਿਹੜੇ ਜਿਹੇ ਜਿਹੇ ਲਿਖ ਉਹਨਾਂ ਨੂੰ ਜੋ ਜੇ ਤਾਂ ਲਾਉਂਦੇ ਹੀ ਆ ਚੱਲ। ਸਹੀ ਗੱਲ ਪਰ ਇਹਨਾਂ ਦਾ ਜਮਾ ਹੀ ਸਰਿਆ ਲੱਗਦਾ ਇਸ ਗੱਲ ਨੂੰ। ਨਹੀਂ ਮੈਂ ਆਪਣੇ ਗੁਰਦੇਵ ਸਿੰਘ ਸੱਦੇ ਵਾਲੀਏ ਦੇ ਉੱਤੇ ਹੈਰਾਨ ਆ ਵੀ ਇਹਨਾਂ ਨੇ ਉਹ ਚੰਗੀ ਤਰ੍ਹਾਂ ਇਹਨਾਂ ਨੂੰ ਪਤਾ ਆ ਵੀ ਜਦੋਂ ਲਾਂਬੇ ਨੇ ਪ੍ਰੋਫੈਸਰ ਦਰਸ਼ਨ ਸਿੰਘ ਦੀ ਵੀਡੀਓ ਘੱਟ ਵੱਢ ਕੇ ਸਿੱਟੀ ਆ ਉਦੋਂ ਐਗਜੈਕਟਲੀ ਪਤਾ ਇਹਨਾਂ ਨੂੰ ਵੀ ਕੀ ਹੋਇਆ। ਅਸਲ ਦੇ ਵਿੱਚ ਨਾ ਸਾਰਾ ਕੁਛ ਦੇਖਦੇ ਨੀ, ਜਦੋਂ ਵਿਰੋਧ ਕਰਦੇ ਨਾ ਅੱਖਾਂ ਹੀ ਮੀਚ ਲੈਂਦੇ ਆ, ਫਿਰ ਤਾਂ ਜੋ ਮਰਜ਼ੀ ਦਿਮਾਗ ਅਸਲ ਦੇ ਵਿੱਚ ਬੰਦ ਹੋ ਜਾਂਦਾ, ਜਦੋਂ ਭਾਵਕ ਹੁੰਦਾ ਨਾ ਬੰਦਾ ਉਦੋਂ ਦਿਮਾਗ ਬੰਦੇ ਦਾ ਬੰਦ ਹੋ ਜਾਂਦਾ, ਬਸ ਟੈਡੀ ਬੋਲਦਾ ਜਿਵੇਂ ਕਹਿੰਦੇ ਨਾ ਭੀੜ ਚ ਬੰਦੇ ਦਿਮਾਗ ਨਾਲ ਨੀ ਬੋਲਦੇ, ਉਹ ਢਿੱਡ ਨਾਲ ਲਾਉਂਦੇ। ਸਹੀ ਗੱਲ, ਉਹ ਵੀ ਇਹ ਜਿਹੜੇ ਪੰਥਪ੍ਰੀਤ ਦੇ ਮਗਰ ਹੈਗੇ ਆ ਬਹੁ ਗਿਣਤੀ ਇਕੱਠੀ ਕਰਨ ਦਾ ਇਹਨਾਂ ਨੂੰ ਚਾਅ ਹੋਇਆ ਵੇ, ਜਿਹੜੇ ਬਹੁ ਗਿਣਤੀ ਚ ਜਿਹੇ ਜੇ ਹੋਣਗੇ ਉਹ ਦਿਮਾਗ ਨਾਲ ਨੀ ਬੋਲਣਗੇ, ਉਹ ਤਾਂ ਫਿਰ ਇਸੇ ਤਰ੍ਹਾਂ ਹੀ ਬੋਲਣਗੇ, ਕੋਈ ਸ਼ੱਕ ਨੀ ਜੀ। ਹਾਂਜੀ, ਹੁਣ ਇਹ ਵੈਸੇ ਵੀ ਭਰੇ ਪਏ ਸੀ ਬਹਾਨਾ ਭਾਲਦੇ ਸੀ ਉਹ ਕਰਤਾਰ ਸਿੰਘ ਬਠਿੰਡਾ ਨੇ ਜਿਹੜਾ ਹੈਗਾ ਉਹ, ਚਲੋ ਤੁਸੀਂ ਉਹਨਾਂ ਨੂੰ ਬਹਾਨਾ ਦੇ ਤਾ, ਸਮਾਂ ਦੀ ਪ੍ਰੈਸ ਰਿਲੀਜ਼ ਹੋ ਗਿਆ ਇਹਨਾਂ ਦਾ ਸਾਰਿਆਂ ਦਾ। ਹੁਣ ਕਿਰਪਾਲ ਸਿੰਘ ਬਠਿੰਡੇ ਨੇ ਉਹ ਪਤਾ ਨੀ ਕੌਣ ਸੀ ਉਹ, ਉਹਨੂੰ ਗੱਲਬਾਤ ਤਾਂ ਉਹ ਕੋਈ ਇਹੋ ਜਿਹੀ ਲੱਗੀ ਨੀ, ਉਹ ਕਹਿੰਦਾ ਮੈਂ ਰੇਡੀਓ ਸੁਣਦੇ ਨੂੰ ਬਹੁਤ ਚਿਰ ਹੋ ਗਿਆ, ਕੋਈ ਇਹੋ ਜਿਹੀ ਗੱਲ ਨੀ ਲੱਗੀ ਵੀ ਉਹ ਬੰਦਾ ਰੇਡੀਓ ਸੁਣਦਾ, ਮੈਨੂੰ ਤਾਂ ਲੱਗਦਾ ਨੀ ਕਦੇ ਉਹਨੇ ਸੁਣਿਆ ਹੋ, ਕਿਉਂਕਿ ਉਹਦੀ ਗੱਲਬਾਤ ਵਿੱਚ ਇੱਕ ਵੀ ਇਹੋ ਜਿਹੀ ਗੱਲ ਨੀ ਸੀ ਜਿਹੜੀ ਰੇਡੀਓ ਨਾਲ ਮੈਚ ਕਰਦੀ ਹੋਵੇ। ਆਰਟੀਕਲ ਲਿਖੂਗਾ ਉਹ 10-12 ਪੇਜ ਦਾ। ਹਾਂਜੀ, ਹੋ ਸਕਦਾ, ਹਜੇ ਕੋਈ ਆਇਆ ਨੀ ਨਾ ਬਿਆਨ, ਉਹ ਬਾਕੀ ਏਡਾ ਆਰਟੀਕਲ ਕਰ ਦਿੰਦੇ ਆ ਕਾਕੀ ਪੱਲੇ ਪੈਂਦਾ ਬੰਦੇ ਨੂੰ, ਉਹ ਇੰਨਾ ਕੁ ਟਾਈਮ ਹੁੰਦਾ ਬੰਦਾ ਚਾਰ ਲੈਣਾ ਪੜ੍ਹ ਲੈ ਉੱਤੋਂ। ਨਹੀਂ ਗੱਲ ਤਾਂ ਇੰਨੀ ਆ, 2 ਕਲੈਨਾਂ ਚ ਗੱਲ ਕਹੀ ਹੋਵੇ ਤਰਥੱਲੀ ਮੱਜਵੇ ਜਾਣੀ, 12 ਪੇਜ ਪੜ੍ਹ ਕੇ ਬੰਦਾ ਓਦਾਂ ਵੀ ਜਿਹੜੀ ਮੱਚਣੀ ਹੁੰਦੀ ਤਰਥੱਲੀ ਉਹ ਵੀ ਡਾਊਨ ਹੋ ਜਾਂਦਾ ਜੀ। ਹਾਂਜੀ ਹਾਂਜੀ, ਤੇ ਅਸਲ ਦੇ ਵਿੱਚ ਹੈ ਤਾਂ ਪੱਲੇ ਤਾਂ ਕੱਖ ਵੀ ਨੀ, ਮੈਨੂੰ ਤਾਂ ਪਹਿਲਾਂ ਨਾ ਬੜਾ ਲੱਗਦਾ ਹੁੰਦਾ ਸੀ ਵੀ ਇਹ ਪਤਾ ਨੀ ਕਿੱਡੇ ਕੁ ਵੱਡੇ ਬੰਦੇ ਹੋਣਗੇ ਜਿਹੜੇ ਇਹ ਹੈਗੇ ਆ, ਮਤਲਬ ਏਡੇ ਆਪਣੇ ਪਰਚਿਤ ਹੈ। ਹੁਣ ਜਦੋਂ ਉਗੜੀ ਜਾਂਦੇ ਆ ਨਾ ਇਹ ਤਾਂ ਪਤਾ ਲੱਗਦਾ ਵੀ ਹੈ ਨੀ ਪੱਲੇ, ਤਾਂ ਹੀ ਗਰਕ ਆ ਨਾ ਬੇੜਾ ਪਾਉਣ ਦਾ, ਤਾਂ ਗਰਕ ਆ, ਹੋਰ ਨੀ ਕੋਈ। ਸਹੀ ਗੱਲ ਹੈ, ਸਾਡਾ ਬੇੜਾ ਐਂ ਗਰਕ ਆ। ਹਾਂਜੀ ਹਾਂਜੀ, ਉਹ ਹੁਣ ਪੰਜਾਬ ਸਿੰਘ ਵਰਗੇ ਬੜਾ ਵਧੀਆ ਉਹਨਾਂ ਨੂੰ ਮਤਲਬ ਹੈਗਾ, ਜਿਹੜੀਆਂ ਗੱਲਾਂ ਕਰਦੇ ਗੁਰਬਾਣੀ ਦੀਆਂ ਸ਼ੇਅਰ ਤੇ ਉਹ ਦਿਮਾਗ ਦੀਆਂ ਬੜੀਆਂ ਵਧੀਆ ਗੱਲਾਂ ਕਰਦੇ ਹੁੰਦੇ ਸੀ ਫੇਸਬੁੱਕ ਤੇ, ਮੈਨੂੰ ਲੱਗਦਾ ਸੀ ਬਹੁਤ ਸਿਆਣੇ ਬੰਦੇ ਹੋਣਗੇ। ਪਰ ਜਦੋਂ ਹੁਣ ਸੁਣੀ ਦਾ ਵੀ ਪ੍ਰੋਗਰਾਮ ਕਰਦੇ ਜਾਂ ਵਿਰੋਧ ਵੀ ਕੋਈ ਚਲੋ ਕਰਨ, ਵਿਰੋਧ ਰੱਜ ਕੇ ਕਰਨ, ਪਰ ਕੋਈ ਲੌਜਿਕ ਕੋਈ ਗੱਲ ਤਾਂ ਹੋਵੇ ਜਾਗਰੂਕਾਂ ਵਾਲੀ, ਦਲੀਲ ਹੋਵੇ ਬਿਲਕੁਲ ਵੀ ਜਾਗਰੂਕ ਹਨ, ਜਾਗਰੂਕ ਬੰਦੇ ਦਾ ਵਿਰੋਧ ਕਰਕੇ ਪਤਾ ਲੱਗੇ ਇਸ ਗੱਲ ਦਾ।
ਪਰ ਨਹੀਂ ਇਹ ਤਾਂ ਮਤਲਬ ਉਹਨਾਂ ਜੇ ਹੁਣ ਟਕਸਾਲੀਆਂ ਮਾੜਾ ਕਹਿੰਦੇ ਜੇ ਇਹਨਾਂ ਦੇ ਹੱਥ ਚ ਡਾਂਗ ਹੋਵੇ ਤੇ ਉਵੇਂ ਹੀ ਨਾ ਨਾ ਇਹ ਤਾਂ ਬੁਰਾ ਇਹ ਜ਼ਿਆਦਾ ਬੁਰਾ ਕਰਨ ਜੀ ਇੱਦਾਂ ਗੱਲ ਇਹ ਹੈ ਨਾ ਟਕਸਾਲੀਆਂ ਦੇ ਕੋਲ ਪਿੱਛੇ ਆ ਕੋਈ ਨਾ ਕੋਈ ਜਿਹਨੂੰ ਬਚਾਉਣਾ ਚਾਹੁੰਦੇ ਆ ਹਾਂਜੀ ਇਹਨਾਂ ਦੇ ਕੋਲ ਪਿੱਛੇ ਨੀ ਨਾ ਤਾਂ ਆਪ ਬਹਿਣਾ ਚਾਹੁੰਦੇ ਆ ਹੁਣ ਜੇ ਟਕਸਾਲੀਆਂ ਨੂੰ ਤੁਸੀਂ ਜੇ ਇਹ ਕਹਿ ਤਾਂ ਕਿਉਂਕਿ ਜਿਹੜਾ ਬੀਤ ਚੁੱਕਾ ਹੈ ਉਹਨੂੰ ਪ੍ਰਵਾਨ ਕਰਨਾ ਸੌਖਾ ਆ ਹਾਂਜੀ ਉਹਦੇ ਉੱਤੇ ਨੈਗੋਸ਼ੀਏਸ਼ਨ ਵੀ ਹੋ ਸਕਦੀ ਆ ਜੇ ਟਕਸਾਲੀਆਂ ਨੂੰ ਕਹਿ ਦਈਏ ਚਲੋ ਗੁਰਬਚਨ ਸਿੰਘ ਭਿੰਡਰਾਂਵਾਲੇ ਬਾਰੇ ਅਸੀਂ ਕਿਤਾਬ ਬਾਰੇ ਨੀ ਆਪਾਂ ਬੋਲਦੇ ਹਾਂਜੀ ਤੇ ਆਪਾਂ ਤ੍ਰਿਆ ਚਰਿੱਤਰ ਬਾਰੇ ਨੀ ਬੋਲਦੇ ਪਹਿਲਾਂ ਹੀ ਪਈ ਆ ਉੱਥੇ ਸਾਡਾ ਕੀ ਨੁਕਸਾਨ ਹੋਜੂ ਹੁਣ ਇਹਨਾਂ ਨੂੰ ਅਸੀਂ ਕੀ ਕਹੀਏ ਵੀ ਚਲੋ ਤੁਹਾਡਾ ਕਬੂਲ ਲੈਂਦੇ ਤਾਂ ਹੁਣ ਗਾਹਾਂ ਆ ਰਹੇ ਤਾਂ ਕਹਿੰਦੇ ਸਾਨੂੰ ਕਬੂਲੋ ਬਸ ਰੋਲਾ ਹੀ ਇਹ ਆ ਵੀ ਭਾਈ ਪੰਥਪ੍ਰੀਤ ਸਿੰਘ ਨੂੰ ਨਾ ਕੁਛ ਕਹੋ ਤੇ ਧੁੰਦਾ ਜੀ ਨੂੰ ਨਾ ਕੁਛ ਕਹੋ ਹੁਣ ਪੰਜਾਬ ਸਿੰਘ ਵੀ ਦੱਸਿਆ ਵੀ ਹਰਜਿੰਦਰ ਸਿੰਘ ਸਭਰਾ ਜਿਹੜਾ ਉਹ ਸੰਤੋਖ ਸਿੰਘ ਦਾ ਜਨਮ ਦਿਨ ਮਨਾਉਣ ਗਿਆ ਉੱਥੇ ਬਿਠਾ ਜਾ ਕੇ ਉਹ ਉੱਥੇ ਨੀ ਹਿਰਦੇ ਨੂੰ ਕੁਛ ਹੋ ਰਿਹਾ ਨਹੀਂ ਉੱਥੇ ਤਾਂ ਫਿਰ ਸੰਤੋਖ ਸਿੰਘ ਨੇ ਨਹੀਂ ਉੱਥੇ ਤਾਂ ਕਹਿੰਦੇ ਵੀ ਸੰਤੋਖ ਸਿੰਘ ਨੇ ਗੁਰੂ ਸਾਹਿਬ ਨੂੰ ਕੀ ਨੀ ਕਿਹਾ ਜਾਣੀ ਨਸ਼ੇੜੀ ਕਿਹਾ ਜਨਾਨੀ ਬਾਜ ਕਿਹਾ ਕਿੱਥੋਂ ਤੱਕ ਗੁਰਬਚਨ ਸਿੰਘ ਭਿੰਡਰਾਂ ਵਾਲੇ ਨੇ ਕਿਹਾ ਵੀ ਸੱਤ ਅੱਠ ਵਿਆਹ ਹੋਏ ਸੀ ਗੁਰੂ ਹਰਿਰਾਏ ਸਾਹਿਬ ਦੇ ਉਹ ਵੱਡੀ ਉਹ ਗੁਰੂ ਸਾਹਿਬ ਦੇ ਚਰਿੱਤਰ ਤੇ ਦਾਖਲਾ ਉਹ ਵੱਡੀ ਗੱਲ ਸੀ ਕਿ ਗੁਰੂ ਸਾਹਿਬ ਚਲੋ ਜਿਵੇਂ ਇਹ ਸਮਝਦੇ ਆ ਤੁਸੀਂ ਇਹ ਗੱਲ ਕਹੀ ਹੈ ਵੀ ਗੁਰੂ ਸਾਹਿਬ ਨੇ ਗਲਤੀ ਕੀਤੀ ਫੈਸਲਾ ਗਲਤ ਕੀਤਾ ਇਹ ਵੱਡੀ ਗੱਲ ਆ ਕਿ ਗੁਰੂ ਸਾਹਿਬ ਦੇ ਚਰਿੱਤਰ ਤੇ ਦਾਖਲ ਆਉਣਾ ਵੱਡੀ ਗੱਲ ਨਹੀਂ ਨਹੀਂ ਉਹਨੂੰ ਕਬੂਲਣ ਲਈ ਦੇਖੋ ਗੱਲ ਤਾਂ ਜਿਹੜਾ ਨਾ ਜਦੋਂ ਦੇਹ ਗੁਰੂ ਦੀ ਗੱਲ ਜਦੋਂ ਗੁਰੂ ਦੀ ਗੱਲ ਆਉਣੀ ਸਾਨੂੰ ਪਹਿਲਾਂ ਫੈਸਲਾ ਕਰਨਾ ਪੈਣਾ ਵੀ ਗੁਰੂ ਹੈ ਕੌਣ ਆ ਹਾਂਜੀ ਉਹ ਜਿੰਨਾ ਚਿਰ ਉਹ ਨਹੀਂ ਕਰਦੇ ਉਨਾ ਚਿਰ ਨਹੀਂ ਸਾਡਾ ਹੁਣ ਜਦੋਂ ਅਸੀਂ ਕਹਿੰਦੇ ਵੀ ਗੁਰ ਜੈਸਾ ਨਾ ਹੀ ਕੋ ਦੇਵ ਹਾਂਜੀ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਾਹਿਬ ਨੇ ਇਹ ਗੱਲ ਕਹੀ ਆ ਵੀ ਗੁਰੂ ਜਿੱਡਾ ਕੋਈ ਦੇਵਤਾ ਨਹੀਂ ਦੁਨੀਆਂ ਦੇ ਉੱਤੇ ਬਿਲਕੁਲ ਓਕੇ ਹੁਣ ਜਦੋਂ ਜਿਹੜੇ ਸੌਦੇ ਨੂੰ ਮੰਨਣੇ ਵਾਲੇ ਆ ਉਹ ਕਹਿੰਦਾ ਗੁਰਮੀਤ ਰਾਮ ਰਹੀਮ ਕਹਿੰਦਾ ਆਪਣੇ ਮੋਹਰੇ ਬੰਦੇ ਬਿਠਾਲ ਕੇ ਕਹਿੰਦਾ ਵੀ ਸਿੱਖ ਧਰਮ ਵੀ ਇਹ ਗੱਲ ਕਹਿ ਰਿਹਾ ਗੁਰ ਜੈਸਾ ਨਾ ਹੀ ਕੋ ਦੇਵ ਰਜਨੀਸ਼ ਕਹਿੰਦਾ ਉਹ ਵੀ ਇਹੀ ਸੁਣਾਉਂਦਾ ਹੁਣ ਇੰਪੋਰਟੈਂਟ ਇਹ ਆ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਲੈਣ ਤੋਂ ਪਹਿਲਾਂ ਇਹ ਦੇਖਣਾ ਪੈਣਾ ਵੀ ਗੁਰੂ ਕਿਹਨੂੰ ਕਹਿੰਦੇ ਹਾਂ ਅਸੀਂ ਜੇ ਸੌਦੇ ਹੁਣ ਸੌਦੇ ਵਾਲੇ ਨੂੰ ਗੁਰੂ ਥੋੜਾ ਕਹਿੰਦੇ ਆ ਰਜਨੀਸ਼ ਬਾਰੇ ਥੋੜਾ ਲਿਖਿਆ ਰਜਨੀਸ਼ ਥੋੜੀ ਗੁਰੂ ਆ ਬਿਲਕੁਲ ਹਨਾ ਰਾਧਾ ਸਵਾਮੀਆਂ ਦਾ ਗੁਰੂ ਗੁਰੂ ਥੋੜੀ ਆ ਫਿਰ ਫਿਰ ਗੁਰੂ ਸਾਹਿਬ ਦੀ ਦੇਹ ਉਹ ਗੁਰੂ ਆ ਕੁਐਸਚਨ ਮਾਰਕ ਕੀ ਉਹ ਗੁਰੂ ਆ ਜੇ ਜੇ ਉਹਨੂੰ ਗੁਰੂ ਮੰਨਾਂਗੇ ਫਿਰ ਤਾਂ ਅਸੀਂ ਕਹਾਂਗੇ ਵੀ ਗੁਰੂ ਮਰ ਗਿਆ ਹਾਂਜੀ ਗੁਰੂ ਜੋਤੀ ਜੋਤ ਸਮਾ ਗਿਆ ਗੁਰੂ ਚੜ੍ਹਾਈ ਕਰ ਗਿਆ ਹਾਂਜੀ ਹਾਂਜੀ ਕਹਿਣਾ ਪਊਗਾ ਨਾ ਸਾਨੂੰ ਉਹਦੇ ਸ਼ਬਦ ਜੋ ਮਰਜ਼ੀ ਕਰੋ ਅਸੀਂ ਕਹਾਂਗੇ ਗੁਰੂ ਅਕਾਲ ਚਲਾਣਾ ਕਰ ਗਿਆ ਹਾਂਜੀ ਗੁਰੂ ਜੋਤੀ ਜੋਤ ਸਮਾ ਗਿਆ ਹਾਂਜੀ ਜਿੰਨਾ ਵਧੀਆ ਮਰਜ਼ੀ ਸ਼ਬਦ ਵਰਤੀ ਜਾਣੀ ਕਹਿਣਾ ਇਹੀ ਪਊਗਾ ਗੁਰੂ ਹਾਂ ਵੀ ਗੁਰੂ ਜੰਮਿਆ ਆ ਹਾਂਜੀ ਜਿਹੜਾ ਸਰੀਰ ਆ ਭਾਈ ਜੇਠਾ ਜੀ ਦਾ ਸਰੀਰ ਤਾਂ ਬਹੁਤ ਦੇਰ ਪਹਿਲਾਂ ਜੰਮਿਆ ਹਾਂਜੀ ਹੁਣ ਉਹ ਪ੍ਰੋਸੈਸ ਜਿਹੜਾ ਆ ਸਾਨੂੰ ਕਿੱਥੋਂ ਮਤਲਬ ਉਹ ਚ ਬਦਲਿਆ ਕੀ ਆ ਸਰੀਰ ਦੇ ਵਿੱਚ ਕੀ ਬਦਲਿਆ ਉਦੋਂ ਸਿਰਫ ਹਾਂ ਸੁਰਤ ਦਾ ਪ੍ਰੋਸੈਸ ਹੋਇਆ ਬਸ ਤੇ ਆਇਆ ਕੀ ਆ ਉੱਥੇ ਗਿਆਨ ਗਿਆਨ ਆਇਆ ਉਹ ਗੁਰੂ ਜਾਣੀ ਉਹ ਸੁਰਤ ਵਿੱਚ ਜੋ ਕੁਛ ਆਇਆ ਨਾ ਹਾਂਜੀ ਉਹ ਉਹ ਜਿਹੜਾ ਉਹ ਉਹ ਗੁਰੂ ਆ ਸਾਡਾ ਹੁਣ ਉਸ ਉਹਦੇ ਵਰਗਾ ਕੋਈ ਦੇਵ ਨਹੀਂ ਹੈਗਾ ਬਿਲਕੁਲ ਸਿੰਪਲ ਜੀ ਗੱਲ ਆ ਬਸ ਉਹ ਜੇ ਹੁਣ ਜੇ ਉਹ ਕਲੀਅਰ ਨਹੀਂ ਦੇ ਵਿੱਚ ਵੀ ਗੁਰੂ ਸਾਹਿਬ ਨੇ ਬੜੀ ਵਧੀਆ ਕਲੀਅਰ ਕੀਤੀ ਇਹ ਗੱਲ ਤਾਂ ਪਹਿਲੇ ਪਾਤਸ਼ਾਹ ਨੇ ਇਹ ਗੱਲ ਸਮਝਾਤੀ ਸੀ ਵੀ ਸ਼ਬਦ ਗੁਰੂ ਹੈ ਸੁਰਤ ਵਿੱਚ ਸ਼ਬਦ ਆਵਾਜ਼ ਦਾ ਚੇਲ ਸੁਰਤ ਨੇ ਬਣਨਾ ਬਾਣੀ ਗੁਰੂ ਗੁਰੂ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਜਿਹੜੀਆਂ ਆਹ ਪੰਕਤੀਆਂ ਮੈਂ ਤੁਹਾਨੂੰ ਸੁਣਾਈ ਜਾਂਦਾ ਪੰਥਪ੍ਰੀਤ ਦੇ ਦੀਵਾਨਾਂ ਦੀਆਂ ਪਤਾ ਇਹਨਾਂ ਨੂੰ ਭਾਈ ਪੰਥਪ੍ਰੀਤ ਸਿੰਘ ਨੂੰ ਕੀ ਨੀ ਪਤਾ ਉਹਨੂੰ ਇਹ ਪਹਿਲਾਂ ਮਿੰਟ ਹੈਗੇ ਉਹ ਸੁਣਾ ਦਿੰਦੇ ਪਹਿਲਾਂ ਫਿਰ ਉਹਦੇ ਉੱਤੇ ਗੱਲ ਕਰ ਲੈਂਦੇ ਕਰ ਲੋ ਠੀਕ ਹੈ ਠੀਕ ਹੈ ਵਾਹਿਗੁਰੂ ਜੀ ਕੀ ਫਤਿਹ ਜੀ ਠੀਕ ਆ ਜੀ ਉਹਦੇ ਲਈ ਬੇਨਤੀ ਆ ਸਰੋਤਿਆਂ ਨੂੰ ਵੀ ਸਾਨੂੰ ਸੌਖਾ ਜਿਹੜਾ ਆ ਉਹ ਇਹ ਗੱਲ ਅਸਲ ਦੇ ਵਿੱਚ ਹੋਈ ਕਿੱਦਾਂ ਆ ਹਾਂਜੀ ਪੂਰੀ ਦੀ ਪੂਰੀ ਜਿਹੜੀ ਗੱਲ ਆ ਉਹ ਆਪਾਂ ਇੱਥੇ ਚਲਾ ਦਿੰਦੇ ਹਾਂ ਹਨਾ ਠੀਕ ਹੈ ਜੀ ਅਤੇ ਉਹਨੂੰ ਚਲਾ ਕੇ ਤਾਂ ਆਪਾਂ ਉਹਦੇ ਉੱਤੇ ਜਿਹੜੀ ਕੋਈ ਟਿੱਪਣੀ ਹੋਊਗੀ ਹਨਾ
ਵੀ ਗੱਲ ਜਿਹੜੀ ਗੁਰੂ ਸਾਹਿਬ ਦੇ ਜਿਹੜੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਫੈਸਲੇ ਕੀਤੇ ਆ ਨਾ, ਹਾਂਜੀ, ਹੁਣ ਗੱਲ ਇਹ ਚੱਲਦੀ ਸੀ ਵੀ ਜਦੋਂ ਅਸੀਂ ਇਤਿਹਾਸ ਦੀ ਗੱਲ ਕਰਦੇ ਹਾਂ ਨਾ, ਹਾਂਜੀ, ਇੱਕ ਗੁਰਬਾਣੀ ਆ, ਇੱਕ ਇਤਿਹਾਸ ਆ। ਹਾਂਜੀ, ਜਿਹੜੀ ਗੁਰਬਾਣੀ ਆ ਉਹ ਗੁਰੂ ਸਾਹਿਬ ਦੇ ਜੀਵਨ ਵਿੱਚੋਂ ਉਹ ਨੁਕਤੇ ਗੁਰਬਾਣੀ ਬਣੇ ਆ ਜਿਹੜੀਆਂ ਅਟਲ ਅਕਟ ਸਚਾਈਆਂ ਸੀ, ਜਿਹਦੇ ਕੋਈ ਕਿੰਤੂ ਹੋ ਹੀ ਨਹੀਂ, ਜਿਹੜੇ ਯੂਨੀਵਰਸਲ ਟਰੁੱਥ ਆ ਬਸ, ਉਹ ਇੱਦਾਂ ਇੱਦਾਂ ਨਹੀਂ ਸੀਗੀਆਂ। ਉਹ ਜੇ ਅਸੀਂ ਕਹੀਏ ਵੀ ਗੁਰੂ ਸਾਹਿਬ ਇੱਕ ਦਿਨ ਇੱਦਾਂ ਖੇਤਾਂ ਨੂੰ ਜਾਂਦੇ ਸੀ, ਜਿੱਦਾਂ ਹੁਣ ਟਕਸਾਲੀਆਂ ਨੇ ਕੀਤਾ ਆ, ਉਹਨੇ ਅਥਾਨ ਕਾਮਾਂ ਘੜੀਆਂ। ਹਾਂਜੀ, ਵੀ ਇੱਦਾਂ ਖੇਤਾਂ ਨੂੰ ਜਾਂਦੇ ਸੀ, ਇੱਦਾਂ ਹੋਈ, ਇੱਦਾਂ ਹੋਈ, ਇੱਦਾਂ ਹੋਈ, ਆਹ ਸ਼ਬਦ ਹੋਇਆ ਫਿਰ ਇੱਦਾਂ, ਉਹ ਅਥਾਨ ਕਾਮਾਂ ਆ। ਹਾਂਜੀ, ਉਹ ਕਹਾਣੀਆਂ ਬਾਅਦ, ਇਹ ਨਹੀਂ ਹੋਇਆ ਵੀ ਉਹ ਕਹਾਣੀ ਸੀਗੀ ਤਾਂ ਗੁਰਬਾਣੀ ਆਈ ਆ, ਨਹੀਂ, ਇਹਨਾਂ ਨੇ ਗੁਰਬਾਣੀ ਨੂੰ ਦੇਖ ਕੇ ਉਹ ਕਹਾਣੀਆਂ ਘੜੀਆਂ, ਜਿੰਨੀਆਂ ਵੀ ਕਹਾਣੀਆਂ। ਹਾਂਜੀ, ਠੀਕ ਹੈ। ਹੁਣ ਉਹ ਜੇ ਜੋ ਕੁਛ ਗੁਰੂ ਸਾਹਿਬ ਦੇ ਜੀਵਨ ਵਿੱਚ ਵਾਪਰਿਆ ਆ, ਜੇ ਇੱਦਾਂ ਉਹ ਗੁਰੂ ਬਣਨਾ ਆ, ਜੇ ਇੱਦਾਂ ਗੁਰਬਾਣੀ ਬਣਨਾ ਆ, ਤਾਂ ਸਾਡੇ ਲਈ ਬਹੁਤ ਖਤਰੇ ਵਾਲੀ ਗੱਲ ਹੋਣੀ ਆ, ਫਿਰ ਸਾਨੂੰ ਇਤਿਹਾਸ ਰਿਜੈਕਟ ਕਰਨਾ ਬਹੁਤ ਔਖਾ ਹੋਣਾ। ਇਹੀ ਆ ਸਾਡੇ ਸਿਰ ਮੰਨਣਾ ਚਾਹੁੰਦੇ ਆ ਵੀ ਜਿਹੜੀਆਂ ਗੱਲਾਂ ਗੁਰੂ ਉਹ ਕਿਸੇ ਨੇ ਵੀ ਲਿਖ ਦਿੱਤੀਆਂ ਆ, ਹਨਾ। ਹੁਣ ਮੇਰੇ ਜਾਣੀ ਜਦੋਂ ਗੁਰੂ ਨਾਨਕ ਦੇਵ ਜੀ ਜਾਂਦੇ ਆ, ਮੱਝਾਂ ਚਾਰਨ ਜਾਂਦੇ ਆ, ਹਨਾ, ਉਹ ਤਾਂ ਪਸ਼ੂ ਆ ਨਾ। ਹੁਣ ਉਹ ਗੁਰੂ ਸਾਹਿਬ ਲੈ ਕੇ ਗਏ ਇੱਕ ਖੇਤ ਦੇ ਵਿੱਚ, ਜਿੰਨਾ ਮਰਜ਼ੀ ਸਿਆਣਾ ਬੰਦਾ ਹੋਵੇ, ਹਾਂਜੀ, ਪਸ਼ੂ ਤਾਂ ਮੂੰਹ ਮਾਰ ਸਕਦਾ ਨਾ, ਬਿਲਕੁਲ ਪੋਸੀਬਲ ਆ ਨਾ, ਪੋਸੀਬਲ ਆ। ਉਹਦੇ ਵਿੱਚ ਇਹ ਥੋੜੀ ਆ ਕੋਈ ਜਿਹੜੀ 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 ਹੁਣ ਸਾਨੂੰ ਕੀ ਲੱਗਾ, ਸਾਨੂੰ ਲੱਗਾ ਵੀ ਇੱਦਾਂ ਗੁਰੂ ਉਹਦੀਆਂ ਮੱਝਾਂ ਖੇਤ ਚਰ ਗਈਆਂ, ਹਾਂਜੀ, ਫਿਰ ਤਾਂ ਗੁਰੂ ਛੋਟਾ ਹੋ ਗਿਆ, ਫਿਰ ਹੁਣ ਕੀ ਕੀਤਾ ਜਾਵੇ, ਦੁਬਾਰੇ ਗਾ ਦਿਓ ਹਰੇ, ਹਾਂ, ਹਰਾ ਕਰੋ ਉਹਨੂੰ, ਇਹੀ ਪ੍ਰੋਬਲਮ ਹੀ ਇਹ ਹੁਣ ਜਾਗਰੂਕ, ਬਸ ਪ੍ਰੋਬਲਮ ਹੀ ਜਾਗਰੂਕਾਂ ਦੀ ਇਹ ਹੋਈ ਪਈ ਆ। ਉਦਾਂ ਕਹੀ ਜਾਂਦੇ ਨਹੀਂ ਨਹੀਂ ਉਹ ਸਾਖੀ ਠੀਕ ਨਹੀਂ ਹੈਗੀ, ਮਤਲਬ ਇੱਦਾਂ ਨਹੀਂ ਹੋਈ, ਇੱਦਾਂ ਨਹੀਂ ਹੋਈ, ਮਤਲਬ ਸਿੱਧਾ ਕਹਿਣ ਤੋਂ ਵੀ ਡਰੀ ਜਾਂਦੇ ਆ, ਹੋਰ ਕਿੱਦਾਂ ਹੋਈ ਆ ਫਿਰ। ਹੁਣ ਗੁਰੂ ਸਾਹਿਬ ਹਲ ਬਣ ਜਾਂਦੇ ਆ, ਹਾਂਜੀ, ਬੋਲਦ ਲੈ ਕੇ ਜਾ ਰਹੇ ਖੇਤਾਂ ਨੂੰ, ਹਾਂਜੀ, ਹਨਾ, ਪਿੱਛੇ ਪਿੱਛੇ ਗੁਰੂ ਸਾਹਿਬ ਤੁਰੇ ਹੋਗਾ, ਹਾਂਜੀ। ਹੁਣ ਉਹ ਬੋਲਦਾ ਨੂੰ ਮਤਲਬ ਯਾਰ ਜਦੋਂ ਸ਼੍ਰੀ ਚੰਦ ਸ਼੍ਰੀ ਚੰਦ ਹੀ ਰਹਿ ਗਿਆ, ਹਾਂਜੀ, ਫਿਰ ਇਹ ਕਿੱਦਾਂ ਅਸੀਂ ਇਮੇਜਿਨ ਕਰ ਸਕਦੇ ਹਾਂ ਜਿਹੜੇ ਬੋਲਦੇ ਆ, ਜਦੋਂ ਗੁਰੂ ਸਾਹਿਬ ਪਿੱਛੇ ਸੱਪ ਛਾਂ ਕਰ ਰਿਹਾ ਇੱਦਾਂ, ਹਾਂਜੀ, ਜਿਹੜੇ ਬੋਲਦੇ ਆ ਉਹ ਸਿੱਧੇ ਸਿੱਧੇ ਜਾ ਰਹੇ ਆ, ਉਹਨਾਂ ਨੂੰ ਹਰੇ ਪੱਠੇ ਦੇਖ ਕੇ ਉਹਨਾਂ ਜੀ ਨਹੀਂ ਕੀਤਾ ਇੱਦਾਂ ਕਰਨ ਨੂੰ, ਹਾਂਜੀ, ਹਨਾ। ਹੁਣ ਪੋਸੀਬਿਲਟੀ ਆ ਨਾ ਵੀ ਉਹਨੀ ਖਾਧਾ ਹੋਊਗਾ, ਹਾਂਜੀ, ਹਨਾ, ਤੇ ਗੁਰੂ ਸਾਹਿਬ ਨੇ ਰੁਕ ਨੱਥ ਖਿੱਚੀ ਹੋਊਗੀ ਇੱਦਾਂ, ਹਾਂਜੀ, ਰੁਕਿਆ ਹੋਊਗਾ ਇੱਦਾਂ, ਹਾਂਜੀ, ਓਕੇ। ਜਿਹੜਾ ਉਹਨੇ ਮੂੰਹ ਮਾਰ ਲਿਆ, ਜਿਹੜਾ ਖਾ ਲਿਆ, ਹਾਂਜੀ, ਉਹ ਉਹਦਾ ਵੀ ਕੀ ਕੀਤਾ ਸੀ, ਉਹ ਤਾਂ ਉੱਧਰ ਅਸੀਂ ਕਹਿਤਾ ਵੀ ਹਰਾ ਹੋ ਗਿਆ ਉਹ, ਪਰ ਰਿਹਾ ਤਾਂ ਉੱਧਰ ਹੀ। ਹੁਣ ਉੱਥੇ ਕੀ ਕਹਿਣਾ, ਕੀ ਕਹਿਣਾ ਉਸ ਕਾਰਜ ਨੂੰ, ਕੀ ਕਹਿਣਾ ਅਸੀਂ ਜਾਣੀ ਇੱਦਾਂ, ਉਹ ਜਿਹੜੇ ਪੱਠੇ ਖਾਣੇ ਸੀ, ਬਹੁਤ ਮਹਾਨ ਕਾਰਜ ਸੀ ਗੁਰੂ ਸਾਹਿਬ ਦਾ, ਧਰਤੀ ਤੇ ਪਹਿਲੀ ਵਾਰ ਇੱਦਾਂ ਕਿਸੇ ਬੋਲਦ ਨੇ ਇੰਨੇ ਪੱਠੇ ਖਾਧੇ, ਹਾਂਜੀ, ਇੱਦਾਂ, ਹਨਾ, ਵੀ ਇੰਨੀ ਛੇਤੀ ਰੋਕਿਆ ਨਹੀਂ ਸੀ ਜਾ ਸਕਦਾ ਜਿਹੜਾ ਗੁਰੂ ਸਾਹਿਬ ਨੇ ਰੋਕ ਦਿੱਤਾ। ਇਹ ਗੱਲਾਂ ਕਰਕੇ ਅਸੀਂ ਆਪਣੇ ਜਿਹੜਾ ਵਧਣੇ ਵਾਲਾ ਸਾਡਾ ਜੀਵਨ ਆ ਨਾ, ਸਾਡਾ ਤਾਂ ਵੈਸੇ ਹੀ ਵਿਕਾਸ ਰੁਕਿਆ ਹੋਇਆ ਹੈ, ਬਿਲਕੁਲ। ਜਿਹੜੇ ਸਮਝਦਾਰ ਜਾਣੀ ਵਿਰੋਧ ਇੱਦਾਂ ਕਰੀਦਾ ਹੁੰਦਾ ਕਿਤੇ, ਇੱਦਾਂ ਵਿਰੋਧ ਵਿੱਚ ਆਉਣਾ ਹੁੰਦਾ, ਇੱਦਾਂ ਸਾਡਾ ਥੋੜੀ ਕੋਈ ਨੁਕਸਾਨ ਹੋ ਰਿਹਾ, ਕਰ ਲਓ ਤੁਸੀਂ। ਸਾਨੂੰ ਤਾਂ ਮੈਂ ਕਹਿੰਦਾ ਅਸੀਂ ਤਾਂ ਜਾਣੀ ਹਰੇਕ ਪ੍ਰੋਗਰਾਮ ਦੇ ਵਿੱਚ ਇੱਕ ਅੱਧੀ ਗੱਲ ਜਿਹੜੀ ਆ ਨਾ, ਹਾਂਜੀ, ਜੇ ਉਹ ਨਾ ਚੁੱਭੇ ਜਾ ਕੇ, ਹਾਂਜੀ, ਫਿਰ ਸਾਨੂੰ ਤਾਂ ਲੱਗਣਾ ਇੱਦਾਂ ਨਾ ਵੀ ਅਸੀਂ ਪਛੜ ਕੇ ਗੱਲ ਕਰ ਰਹੇ ਹਾਂ, ਬਿਲਕੁਲ, ਜਿਹੜੀ ਗੱਲ ਕੀ ਹੁਣ ਧੁੰਦੇ ਉਹਨਾਂ ਦੀ ਗੱਲ ਇੱਦਾਂ ਹੀ ਆ ਨਾ, ਜਿਹੜੀ ਉਹ ਗੱਲ ਕਰ ਰਹੇ ਆ, ਲੋਕ ਉੱਥੇ ਸੈੱਟ ਹੋਏ ਆ, ਹਾਂਜੀ, ਉਸ ਲੈਵਲ ਦੀ ਗੱਲ ਕਰ ਰਹੇ ਆ, ਤੇ ਲੋਕ ਉਹ ਸਮਾ ਰਹੇ ਆ, ਪਚ ਰਿਹਾ ਸਾਰਾ ਸਾਰਾ ਕੁਛ, ਹਾਂਜੀ, ਠੀਕ ਹੈ। ਹੁਣ ਉਹਦੇ ਨਾਲ ਵਿਕਾਸ ਹੋ ਜਾਊਗਾ, ਉੱਥੇ ਹੀ ਰਹਿਣਾ ਵਿਕਾਸ, ਉੱਥੇ ਹੀ ਬਸ, ਉੱਥੇ ਹੀ ਖੜਾ ਰਹਿਣਾ। ਹੁਣ ਜਿਮ ਦੇ ਵਿੱਚ ਮੰਨ ਲਓ 10 ਜਣੇ ਵੇਟ ਚੱਕਦੇ ਆ ਇੱਦਾਂ, ਹਾਂਜੀ, ਤੇ ਕੋਚ ਜਾ ਕੇ ਕਹਿ ਰਿਹਾ ਉਹਨਾਂ ਨੂੰ ਵੀ 70 ਕਿਲੋ ਦੀਆਂ ਪਲੇਟਾਂ ਪਾ ਕੇ ਚੱਕੋ, ਹਾਂਜੀ, ਤੇ ਸਾਰੇ ਜਣੇ ਆਰਾਮ ਨਾਲ ਚੱਕੀ ਜਾਂਦੇ ਇੱਦਾਂ, ਹਾਂਜੀ, ਉਹ ਤਰੱਕੀ ਕਰ ਲਓਗੇ ਉਹ, ਨਹੀਂ। ਹੁਣ ਉਹ 70 ਚੱਕਦੇ ਸੀ, ਜਦੋਂ ਆਲ ਆਫ ਸਡਨ ਕੋਚ ਨੇ ਜਾ ਕੇ ਕਿਹਾ ਵੀ 75 ਦੀ ਪਾਓ ਪਲੇਟ, ਹਾਂਜੀ, ਉਹ ਤਾਂ ਖੰਡ ਹੋ ਗਈਆਂ ਉਹਨਾਂ ਦੀਆਂ ਤਾਂ, ਵੀ ਆਹ ਕਿੱਦਾਂ ਹੋਊਗਾ ਤਾਂ, ਹਾਂਜੀ, ਹਨਾ, ਕੋਈ ਬਹਾਨਾ ਕਰਦਾ, ਕੋਈ ਕਿਸੇ ਨੂੰ ਕਹਿੰਦਾ ਵੀ ਸਪੋਰਟ ਕੋ ਨਾਲ ਖੜ ਜਾ ਮੇਰੇ ਇੱਦਾਂ, ਨੇੜੇ ਹੋ ਜਾ, ਹਾਂਜੀ, ਫਿਰ ਜੇ ਡਿੱਗ ਪਿਆ ਮੈਨੂੰ ਸਾਂਭ ਲਈ, ਮੈਂ ਕੋਚ ਸਾਹਿਬ ਚੱਕ ਲੈਂਦਾ ਮੈਂ, ਪਰ ਬੰਦੇ ਦੋ ਖੜੇ ਖੜੇ, ਉਹ ਕਹਿੰਦੇ ਕੋਚ ਕਹਿੰਦਾ ਮੈਂ ਖੜਦਾ ਨਾਲ, ਹਾਂਜੀ, ਕੋਈ ਗੱਲ ਨਹੀਂ, ਤੂੰ ਚੱਕ ਜਿੱਥੇ ਹੋਇਆ ਸੀ ਸਾਂਭ ਲੈਣਾ, ਹਾਂਜੀ, ਠੀਕ ਹੈ। ਜਦੋਂ ਸਟ੍ਰੈਚ ਕਰਦੇ ਤੁਸੀਂ ਦੇਖ ਲਓ ਉਹਨਾਂ ਦੇ ਬੰਦੇ ਨੇੜੇ ਖੜੇ ਹੁੰਦੇ ਆ, ਬਿਲਕੁਲ ਇੱਦਾਂ ਸਾਂਭਣ ਦੇ ਖੜੇ ਹੁੰਦੇ ਆ, ਹਾਂਜੀ, ਜੇ ਕਿਤੇ ਛੁੱਟ ਕੇ ਧੌਣ ਧੂਣ ਤੇ ਡਿੱਗਿਆ ਜਾਂ ਤੇ ਫੜ ਲੈਣਗੇ ਉਹ, ਜੀ ਜੀ, ਉਹ ਸਟ੍ਰੈਚ ਕਰਦੇ ਹੋ ਵੀ ਕਰ ਸਹੀ, ਤੂੰ ਕੋਸ਼ਿਸ਼ ਕਰ ਜਾਣੀ, ਹਾਂਜੀ, ਜੇ ਉਹ ਨਾ ਸਟ੍ਰੈਚ ਕਰਨ ਨਾ ਤਕਲੀਫ ਹੋਵੇ, ਹਾਂਜੀ, ਬਦਲੂ ਕਿੱਦਾਂ ਬੰਦਾ, ਬਸ ਫਿਰ ਤਾਂ ਉਦੋਂ ਥੱਲੇ ਨੂੰ ਜਾਊਗਾ ਉੱਪਰ, ਸਾਡੇ ਲਈ ਮੈਨੂੰ ਲੱਗਦਾ ਸੌਖਾ ਰਹੂਗਾ ਸਾਨੂੰ ਉਹ ਸਾਰਾ ਕੁਛ ਰਿਪੀਟ ਕਰਨ ਨਾਲੋਂ, ਹਾਂਜੀ, ਤੇ ਜੇ ਆਪਾਂ ਇਹਨੂੰ ਚਲਾ ਦਈਏ, ਠੀਕ ਹੈ, ਠੀਕ ਆ, ਨਾਲੇ ਆਪਾਂ ਹਾਂ ਇੱਧਰ ਸਮਾਗਮ ਸੁਣ ਲਵਾਂਗੇ ਉਹਨਾਂ ਚਿਰ, ਤੇ ਆਵਾਜ਼ ਆਪਾਂ ਕਰ ਦਿੰਦੇ ਹਾਂ।
ਬਾਕੀ ਦੁਨੀਆਂ ਨੂੰ ਏਦਾਂ ਨਖਿੱਧ ਸਮਝ ਰਹੇ ਆ, ਜਾਣੀ ਵਿਦਵਾਨਾਂ ਨੂੰ ਏਦਾਂ ਉਹ ਕਹਿੰਦੇ ਵੀ ਅਸੀਂ ਅਸੀਂ ਸਾਨੂੰ ਸਾਡੇ ਤੇ ਬਲੇਮ ਲਾਉਂਦੇ ਆ ਜਾਣੀ, ਹਨਾ। ਅਸੀਂ ਜਿਹੜੀ ਗੱਲ ਕਰਦੇ ਹਾਂ, ਅਸੀਂ ਕਿਸੇ ਵੀ ਵਿਦਵਾਨ ਨੂੰ ਇਹ ਨਹੀਂ ਕਹਿੰਦੇ ਵੀ ਤੁਸੀਂ ਇੱਦਾਂ ਨਹੀਂ ਇੱਦਾਂ ਕਰੋ। ਹਾਂ, ਥੋੜੀ ਜਿਹੀ ਪਿੱਛੇ ਹੋਈ ਆ ਗੱਲ, ਇੱਥੋਂ ਗੱਲ ਕਥਾਕਾਰਾਂ ਬਾਰੇ ਚੱਲਦੀ ਸੀ ਗੱਲ, ਹਾਂਜੀ, ਹਨਾ, ਤੇ ਇੱਥੋਂ ਗੱਲ ਸ਼ੁਰੂ ਹੋ ਜਾਣੀ ਆ। ਠੀਕ, ਆਪਾਂ ਕਲਿੱਪ ਮੈਨੂੰ ਲੱਗਦਾ ਫੇਸਬੁੱਕ ਤੇ ਵੀ ਸਾਰਾ ਸ਼ੇਅਰ ਕਰ ਦਿਆਂਗੇ। ਜਿਹੜੀ ਗੱਲ ਸਟੈਂਡ ਲੈਣੇ ਵਾਲੀ ਹੈ ਨਾ, ਉਹਦੇ ਉੱਤੇ ਕਹਿੰਦੇ ਆ, ਉਹਦੇ ਉੱਤੇ ਕਹਿੰਦੇ ਔਰ ਸਪਸ਼ਟ ਕਹੀ ਆ ਗੱਲ। ਅਸੀਂ ਗਿਆਨ ਲਈ ਉਹਨਾਂ ਨੂੰ ਨਹੀਂ ਕਿਹਾ ਕਿ ਜਿਹੜਾ ਗਿਆਨ ਸਾਨੂੰ ਬਹੁਤ ਆ, ਹਾਂਜੀ, ਗੱਲ ਸਟੈਂਡ ਲੈਣੇ ਦੀ ਆ। ਹਾਂਜੀ, ਉਹ ਅਸੀਂ ਕਹਿੰਦੇ ਸਾਡਾ ਕੰਮ ਨਹੀਂ ਬੋਲਣ ਦਾ, ਅਸੀਂ ਚੁੱਪ ਕਰ ਜਾਂਦੇ, ਸਵੇਰੇ ਕਰ ਜਾਂਦੇ, ਪਰ ਬੋਲੋ ਤਾਂ ਸਹੀ ਤੁਸੀਂ। ਹਾਂਜੀ, ਜੇ ਤੁਸੀਂ ਬੋਲਣਾ ਨਹੀਂ ਹੈਗਾ ਫਿਰ ਤੁਸੀਂ ਇਹ ਥੋੜੋ ਅਸੀਂ ਕਰਾਂਗੇ ਵੀ ਅਸੀਂ ਹੁਣ ਉਹਨਾਂ ਵਾਂਗ ਚਾਪਲੂ ਸਮਾਂ ਇੱਦਾਂ ਫੋਟੋ ਖਿਚਾ ਕੇ, ਹਨਾ, ਗੁਲਾਬ ਜਾਮਣਾ ਰਸਗੁੱਲੇ ਖਾ ਕੇ ਫੋਟੋ ਪਾਈਏ ਫੇਸਬੁੱਕ ਤੇ ਬੱਲੇ ਬੱਲੇ ਬਸ ਸਾਡਾ 15 ਦਿਨ ਪਾ ਰਿਹਾ। ਫਿਰ ਨਾਲੇ ਤੁਸੀਂ ਇਦਾਂ ਹੀ ਕਿਹਾ ਵੀ ਜਿਹੜਾ ਤੁਸੀਂ ਸਟੇਜ ਤੋਂ ਬੋਲਦੇ ਹੋ ਉਹ ਪ੍ਰੈਕਟੀਕਲੀ ਕਰਕੇ ਦਿਖਾਓ। ਉਹਦੇ ਬਸ ਉਹਦੇ ਚ ਜਿਹੜਾ ਉਹ ਕਰਨੇ ਦੀ ਵੀ ਗੱਲ ਆ ਨਾ, ਜਿਹੜਾ ਬੰਦਾ ਜਦੋਂ ਹੁਣ ਮਤਲਬ ਜਦੋਂ ਵੀਰ ਵੀ ਗੱਲ ਕਰਦਾ ਸੀ ਵੀ ਸੰਤੋਖ ਆ ਗਿਆ, ਨਿਮਰਤਾ ਆ ਗਈ, ਅਗਲੇ ਕਹੂਗੇ ਹੈਗੀ ਆ ਸਾਡੇ ਚ, ਮੈਂ ਪੰਜ ਬਾਣੀਆਂ ਦਾ ਨਿਤਨੇਮ ਕਰਦਾ, ਅੰਮ੍ਰਿਤ ਛਕਿਆ ਮੈਂ, ਹਾਂਜੀ, ਹਨਾ, ਤੇ ਉਹ ਕਹੂਗੇ ਪ੍ਰੈਕਟੀਕਲੀ ਆ ਸਾਡੇ ਦੇ ਵਿੱਚ, ਦੇਖ ਲਓ ਨਿਮਰਤਾ ਨਾਲ ਬੋਲਦੇ, ਗੁਰਬਾਣੀ ਚ ਗੁਰਬਾਣੀ ਜੀ ਨੇ, ਅਸੀਂ ਤਾਂ 10-10 ਘੰਟੇ ਗੁਰਬਾਣੀ ਪੜ੍ਹਦੇ ਹਾਂ, ਹਾਂਜੀ, ਹਨਾ, ਵੀ ਸਵੇਰੇ ਕਥਾ ਕਰਨੀ ਸ਼ਾਮ ਨੂੰ ਕਰਦੇ, ਗੁਰਬਾਣੀ ਤੇ ਜੀ ਰਹੇ ਅਸੀਂ। ਉਹਦੇ ਚ ਇੱਕ ਚੀਜ਼ ਆ ਨਾ ਜਿਹੜੀ ਉਹ ਮਿਸਿੰਗ ਆ ਸਾਡੇ, ਜਦੋਂ ਗੁਰਬਾਣੀ ਦੀ ਗੱਲ ਕਰਦੇ ਹਾਂ, ਹਾਂਜੀ, ਉਹਦੇ ਵਿੱਚੋਂ ਜਦੋਂ ਵੀ ਜਿਹੜਾ ਵੀ ਬੰਦਾ ਜਿਹੜਾ ਜ਼ੁਲਮ ਹੋ ਰਿਹਾ ਨਾ, ਜਿਹੜਾ ਧੱਕਾ ਹੋ ਰਿਹਾ ਆ, ਹਾਂਜੀ, ਜੇ ਉੱਥੇ ਨਹੀਂ ਬੋਲਦਾ, ਹਾਂਜੀ, ਜਦੋਂ ਸਿਧਾਂਤ ਦੀ ਵੀ ਗੱਲ ਕਰਦੇ ਨਾ ਅਸੀਂ, ਹਾਂਜੀ, ਵੀ ਗੁਰੂ ਸਾਹਿਬ ਨੇ ਗੁਰਬਾਣੀ ਦੇ ਬਾਰੇ ਵੀ ਅਸੀਂ ਕਹਿੰਦੇ ਹਾਂ ਵੀ ਗੁਰੂ ਸਾਹਿਬ ਨੇ ਜਿਹੜੀਆਂ ਗੱਲਾਂ ਜੀਵਨ ਜੀਵੇ ਆ, ਹਾਂਜੀ, ਉਹ ਗੁਰਬਾਣੀ ਚ ਲਿਖੀਆਂ ਆ, ਹਾਂਜੀ, ਜਿੱਦਾਂ ਲਿਖੀਆਂ ਆ ਉੱਦਾਂ ਹੀ ਜੀਏ ਆ, ਹਾਂਜੀ, ਹਨਾ, ਉਹ ਗੱਲਾਂ ਅੱਤ ਕਥਨੀਆਂ ਆ, ਭਾਰੀ ਆ ਗੱਲ ਥੋੜੀ ਜਿਹੀ, ਅੱਤ ਕਥਨੀਆਂ, ਹਾਂ, ਉਹ ਗਲਤ ਆ ਗੱਲਾਂ। ਅੱਛਾ, ਹੁਣ ਆਹ ਗੱਲ ਵਿਚਾਰਨੇ ਵਾਲੀ ਆ ਜਾਣੀ, ਇੱਦਾਂ ਜਦੋਂ ਅਸੀਂ ਉਪਰੀ ਨਜ਼ਰੇ ਇੱਦਾਂ ਕਹਾਂਗੇ ਭਈ ਜੀ ਇੱਦਾਂ ਭਈ, ਅੱਛਾ, ਬੰਦਾ ਜਦੋਂ ਘਰੋੜ ਕੇ ਪੁੱਛਦਾ ਨਾ, ਹਨਾ, ਫਿਰ ਤਾਂ ਉਹਨੂੰ ਝੂਠ ਆ ਉਹ ਗੱਲ, ਅੱਛਾ, ਇੱਦਾਂ ਨੀ ਜੀਏ ਫਿਰ ਗੁਰੂ ਸਾਹਿਬ, ਹਾਂਜੀ, ਗੁਰਬਾਣੀ ਚ ਉਹ ਨੀ ਲਿਖਿਆ ਜੋ ਜੀਏ ਆ, ਹੈ, ਠੀਕ, ਫਿਰ ਗੱਲ ਦੇ ਅਨਰਥ ਹੋਣ ਲੱਗ ਪੈਂਦੇ ਆ, ਠੀਕ ਆ, ਗੱਲ ਜੇ ਉਹਨੂੰ ਉਸ ਗੱਲ ਨੂੰ ਵਿਚਾਰੋ ਵਿਹੀਨਤਾ ਦੇ ਨਾਲ ਤੇ ਕਰੋ ਲਾਈਟਲੀ, ਜੀ, ਅਸੀਂ ਕਰਦੇ ਜ਼ੋਰ ਦੇ ਕੇ ਆ, ਹਾਂਜੀ, ਤੇ ਵਿਚਾਰਦੇ ਹੈ ਨੀ, ਜਾਂ ਜਦੋਂ ਜ਼ੋਰ ਦੇ ਕੇ ਕਰਦੇ ਹਾਂ ਉਦੋਂ ਸਾਡੇ ਸ਼ਬਦਾਂ ਚ ਹੀ ਸਾਰਾ ਕੁਛ ਗਲਤ ਹੋਣ ਲੱਗ ਪੈਂਦਾ, ਉੱਥੇ ਮਨੋਤਾ ਹੀ ਗਲਤ ਬਣ ਜਾਂਦੀਆਂ, ਹਾਂਜੀ, ਠੀਕ ਹੈ, ਫਿਰ ਉਹ ਕਿਤੇ ਵੀ ਸਾਨੂੰ ਹੁਣ ਬਾਹਰ ਜਾਣੀ, ਜਿਹੜੇ ਮੇਰੇ ਸਵਾਲ ਆ ਇੱਦਾਂ, ਹਾਂਜੀ, ਫਿਰ ਬੰਦਾ ਕਹਿੰਦਾ ਭਈ ਨਹੀਂ ਗੁਰੂ ਸਾਹਿਬ ਫਿਰ ਗੁਰਬਾਣੀ ਜੀਏ ਨੀ ਹੈ, ਜਿੱਦਾਂ ਗੁਰਬਾਣੀ ਚ ਲਿਖਿਆ ਇੱਦਾਂ ਜੀਏ ਨੀ ਹੈ, ਹਾਂਜੀ, ਉੱਥੇ ਹੀ ਸਵਾਲ ਆਉਂਦਾ ਆ ਭਈ ਹੁਣ ਜਦੋਂ ਜੋ ਜੀਏ ਆ ਉਹ ਗੁਰਬਾਣੀ ਚ ਆ, ਜੋ ਗੁਰਬਾਣੀ ਆ, ਹੁਣ ਮੈਂ ਉਦਣ ਵੀ ਸਾਲੋਚਦਾ ਸੀ ਵੀ ਜੇ ਹੁਣ ਜਦੋਂ ਖੇਤਾਂ ਚ ਕੰਮ ਕਰ ਰਹੇ ਆ, ਹਾਂਜੀ, ਹਨਾ, ਭਾਈ ਲਹਿਣਾ ਜੀ ਹੁਣ ਗੁਰੂ ਸਾਹਿਬ ਇੱਦਾਂ ਹਲ ਵਾਹ ਰਹੇ ਆ, ਹਾਂਜੀ, ਹਨਾ, ਭਈ ਉਹ ਕਹਿੰਦੇ ਵੀ ਭਾਈ ਲੈਣ ਭਈ ਲਹਿਣਾ ਜੀ ਭਈ ਮੇਰੇ ਨਾਲ ਥੋੜੀ ਮਦਦ ਕਰਵਾਓ ਭਈ ਆਪਾਂ ਸੁਹਾਗਾ ਪਾਉਣਾ, ਕਿਹਾ ਹੀ ਹੋਊਗਾ ਕਦੇ ਨਾ ਕਦੇ ਕੁਛ ਨਾ ਕੋਈ ਬੀਜ ਤੇ ਹਲ ਪਜਾਲੀ ਨੱਥ ਇੱਦਾਂ, ਹਨਾ, ਹਾਂਜੀ, ਉਹ ਹੈਗਾ ਕਿਤੇ ਗੁਰਬਾਣੀ ਦੇ ਵਿੱਚ, ਕਿਤੇ ਜੋ ਸਾਰਾ ਜੀਵੇ ਆ ਸਾਰਾ ਕੁਛ ਥੋੜੀ ਗੁਰਬਾਣੀ ਵਿੱਚ ਆਇਆ, ਠੀਕ ਹੈ ਨਾ। ਹੁਣ ਜਿਹੜੀਆਂ ਗੁਰਬਾਣੀ ਦੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਗੁਰੂ ਸਾਹਿਬ ਦੇ ਜੀਵਨ ਨੇ ਉਹਨਾਂ ਨੇ ਸਿਧਾਂਤ ਦੇਖੇ ਆ ਪਰਖੇ ਆ, ਹਾਂਜੀ, ਜਿਹੜੀਆਂ ਅਕੱਟ ਸੱਚਾਈਆਂ ਉੱਥੇ ਕੀਤੀਆਂ ਐਂਟਰ, ਹਾਂਜੀ, ਉਹਨਾਂ ਸੱਚਾਈਆਂ ਨੇ ਹੂਬ ਹੂ ਜੀਵਨ ਦਾ ਹਿੱਸਾ ਨਹੀਂ ਬਣ ਜਾਣਾ ਕਦੇ ਵੀ, ਅੱਜ ਸਾਰਿਆਂ ਦਾ ਜ਼ੋਰ ਇਹ ਲੱਗਾ ਆ, ਹਾਂਜੀ, ਉਹਨਾਂ ਗੱਲਾਂ ਦੀ ਨਕਲ ਮਾਰਨ ਤੇ ਜ਼ੋਰ ਲੱਗਾ ਆ, ਇੱਦਾਂ ਇੱਦਾਂ ਸੱਜਣ ਠੱਗ ਨੂੰ ਇੱਦਾਂ ਬਦਲਿਆ ਜਾ ਕੇ, ਇੱਦਾਂ ਨਹੀਂ ਹੋਣਾ। ਉਹ ਸ਼ਬਦ ਪੜ੍ਹ ਕੇ ਉਹ ਗਿਆਨ ਲੈ ਕੇ ਤੁਹਾਡੇ ਦਿਮਾਗ ਦਾ ਹਿੱਸਾ ਬਣਨਾ ਆ ਉਹ, ਫਿਰ ਤੁਹਾਡੇ ਦਿਮਾਗ ਨੇ ਆਪ ਵਿਕਸਿਤ ਹੋ ਕੇ ਉਹਨੇ ਆਪਣੀ ਕਾਢ ਕੱਢਣੀ ਆ, ਬਿਲਕੁਲ, ਤੇ ਜਦੋਂ ਮੇਰੇ ਜੀਵਨ ਵਿੱਚ ਕੋਈ ਆਇਆ, ਹਾਂਜੀ, ਉਹਨੂੰ ਮੈਂ ਕਿੱਦਾਂ ਅਪਰੋਚ ਕਰਾਂ, ਹਾਂਜੀ, ਕਿੱਦਾਂ ਉਹਦੇ ਸੁਭਾਅ ਦੇ ਮੁਤਾਬਕ, ਉਹ ਪਲਾਨ ਗੁਰੂ ਸਾਹਿਬ ਦੀ ਸੀ ਇੱਦਾਂ, ਜੀ, ਉਹ ਸੱਜਣ ਠੱਗ ਦੇ ਸੁਭਾਅ ਦੇ ਅਨੁਕੂਲ ਸੀ ਇਦਾਂ, ਬਿਲਕੁਲ, ਫਿਰ ਮਰਦਾਨਾ ਨਾਲ ਚਲ ਗਏ, ਰਾਤ ਰਹੇ ਆ, ਰਹਿ ਕੇ ਉਹਨੇ ਦੇਖ ਲਿਆ ਭਈ ਇੱਦਾਂ ਭਈ ਜਦੋਂ ਪ੍ਰਸ਼ਾਦਾ ਲੈਣ ਆਉਂਦੇ ਆ, ਲੈ ਕੇ ਆਉਂਦੇ ਆ, ਸੇਵਾ ਕਰਦੇ ਆ, ਹਨਾ, ਭੀ ਉਦੋਂ ਕਿੱਦਾਂ ਦੇ ਉਹਨਾਂ ਦੇ ਹਾਵ ਭਾਵ ਆ ਉਹ ਦੇਖ ਰਹੇ ਆ, ਦੇਖ ਕੇ ਜਦੋਂ ਉਹਨੇ ਮੌਕਾ ਦੇਖ ਲਿਆ ਭੀ ਹੁਣ ਭੀ ਇਹਦੀ ਪਲੈਨ ਆਹੀ ਹੁੰਦੀ ਆ ਭੀ ਜੇ ਤਾਂ ਬੰਦਾ ਸਹਿ ਸਵਾਈ ਮੰਨ ਜਾਂਦਾ ਫਿਰ ਠੀਕ ਆ, ਨਹੀਂ ਤਾਂ ਉਹ ਦੇਖਦਾ ਭੀ ਨਹੀਂ ਇਹ ਕਾਬੂ ਨਹੀਂ ਆਉਣਾ, ਭੀ ਬੰਦਾ ਵਧੀਆ, ਲੁੱਟਣਾ ਤਾਂ ਹੈਗਾ ਹੀ ਆਪਾਂ, ਇਹਦਾ ਕੰਮ ਕਰੋ, ਠੀਕ ਹੈ। ਹੁਣ ਉਸ ਉਹ ਬਿਰਤੀ ਉਹਦੀ ਬਣਨ ਤੋਂ ਪਹਿਲਾਂ
ਉੱਥੇ ਤੱਕ ਉਹਦੀ ਪਲੈਨਿੰਗ ਬਣਨ ਤੋਂ ਪਹਿਲਾਂ ਗੁਰੂ ਸਾਹਿਬ ਉਹ ਜਿਹੜਾ ਸ਼ਬਦ ਉਹਨੂੰ ਮਨਾ ਰਹੇ ਆ, ਉਹਨੂੰ ਕਹਿ ਰਹੇ ਵੀ ਆ ਜਾ ਬੈਠ, ਤੂੰ ਗੱਲਾਂ ਧਰਮ ਦੀਆਂ ਕਰਦਾ, ਤੂੰ ਕਹਿੰਦਾ ਇੱਥੇ ਮੰਦਿਰ ਵੀ ਆ, ਇੱਥੇ ਮਸਜਿਦ ਵੀ ਆ, ਆ ਜਾ ਧਰਮ ਦੀ ਚਰਚਾ ਕਰ ਲਈ, ਬੈਠ ਆ ਜਾ, ਮੈਂ ਵੀ ਮੈਂ ਰੱਬ ਦੇ ਗੁਣ ਗਾਉਣੇ, ਮੈਂ ਵੀ ਗਾਉਣਾ, ਤੂੰ ਵੀ ਗਾ, ਮਤਲਬ ਕਿਤੇ ਨਾ ਕਿਤੇ ਉਹਨੂੰ ਕਨਵਿੰਸ ਕਰ ਲਿਆ ਵੀ ਬਹਿ ਜਾ। ਹੁਣ ਜਦੋਂ ਉੱਥੇ ਚਰਚਾ ਹੋਣ ਲੱਗੀ ਆ, ਉਹ ਉਹਦੇ ਦਿਮਾਗ ਬੰਦਾ ਦਿਮਾਗੀ ਸੀਗਾ ਨਾ, ਬਿਲਕੁਲ ਬੰਦਾ ਦਿਮਾਗੀ ਸੀ, ਉਹ ਦੇਖ ਲਿਆ ਸੀ ਗੁਰੂ ਸਾਹਿਬ ਨੇ, ਇੱਦਾਂ ਨੀ ਹੈਗਾ ਵੀ ਉਹ ਇੱਕ ਠੱਗ ਦੇ ਕੋਲ ਗਏ ਆ, ਨਹੀਂ, ਗੁਰੂ ਸਾਹਿਬ ਇੱਕ ਸੱਜਣ ਕੋਲ ਗਏ ਆ, ਉਹਨਾਂ ਨੂੰ ਪਤਾ ਸੀ, ਜਿੱਦਾਂ ਲੈਣੇ ਉਹਨਾਂ ਨੂੰ ਪਤਾ ਸੀ ਵੀ ਇਹ ਬੰਦਾ ਵਧੀਆ ਆ, ਪਰ ਕਿਸੇ ਕਾਰਨ ਕਰਕੇ ਨਾ ਇਹਦੀ ਜਿਹੜੀ ਬੁੱਧੀ ਦੇ ਵਿੱਚ ਆਹ ਚੀਜ਼ ਵੜ ਗਈ ਆ ਕਿ ਮੈਂ ਇੱਦਾਂ ਪੈਸਾ ਕਮਾ ਸੀ। ਜੇ ਇੱਕ ਵਾਰੀ ਮੈਨੂੰ ਬੰਦਾ ਬਹਾਦਰ, ਬਸ ਇਹ ਥੋੜਾ ਗੁਰੂ ਸਾਹਿਬ ਦੇ ਜਾਣ ਨਾਲ ਬਦਲ ਗਿਆ, ਉਹ ਬੰਦਾ ਵਧੀਆ ਸੀ, ਉਹ ਹਾਂਜੀ ਗੁਰੂ ਸਾਹਿਬ ਦੇਖਦੇ ਵੀ ਇਹ ਬੰਦਾ ਜਿਹੜੇ ਰਾਹੇ ਪਿਆ ਆ, ਹਾਂਜੀ ਜੇ ਕਿਤੇ ਇਹਨੂੰ ਮੈਂ ਕਨਵਿੰਸ ਕਰਕੇ ਇੱਥੇ ਖੜਾ ਕਰ ਲਵਾਂ ਨਾ, ਹਾਂਜੀ ਇੱਦਾਂ ਤੇ ਉਹ ਇਹ ਬਹੁਤ ਕੁਛ ਕਰ ਸਕਦਾ ਕੌਮ ਲਈ। ਇਹ ਬੰਦਾ ਹੈ ਜਿਹਦੇ ਅੰਦਰ ਉਹ ਪੋਟੈਂਸ਼ੀਅਲ ਆ, ਹਾਂਜੀ ਯਾ ਤਾਂ ਹੀ ਯਾ ਤਾਂ ਬਦਲ ਤਾਂ ਉਹਦੇ ਉੱਤੇ ਟਾਈਮ ਲਾ ਰਹੇ ਜਾ ਕੇ ਜੀ, ਬਿਲਕੁਲ ਤਾਂ ਹੀ ਤਾਂ ਬੰਦਾ ਸਿੰਘ ਬਹਾਦਰ ਕੋਲੇ ਗਏ, ਹੋਰ ਕਿੰਨੇ ਬੈਠੇ ਹੋਣਗੇ ਛੱਪਰੀਆਂ ਦੇ ਵਿੱਚ, ਕਿਸੇ ਹੋਰ ਕੋਲੇ ਕਿਉਂ ਨਹੀਂ ਗਏ? ਉਹ ਚੈਪਟਰ ਜੇ ਖੋਲੇ ਜਾਣੇ ਆ, ਫਰੂਲੇ ਜਾਣੇ ਆ, ਉਹ ਲੱਭੇ ਜਾਣੇ ਆ ਵੀ ਕੀ ਵਾਪਰਿਆ, ਕੀ ਆ, ਕਿਉਂ ਏਡੀ ਦੂਰ ਗਏ ਆ, ਕੀ ਬੰਦਾ ਸਿੰਘ ਬਹਾਦਰ ਦਾ ਸੰਬੰਧ ਕਿਤੇ ਪਹਿਲਾਂ ਪੰਜਾਬ ਨਾਲ ਤਾਂ ਨੀ, ਕੁਛ ਪਹਿਲਾਂ ਤਾਂ ਨੀ ਹੋ ਰਿਹਾ ਕੀ? ਬਿਲਕੁਲ ਉਸੇ ਵੇਲੇ ਗਏ ਆ, ਬਿਲਕੁਲ ਸੱਚ ਆ ਇਹ ਗੱਲ ਵੀ ਇੱਦਾਂ ਉਹ ਉੱਥੇ ਜਾ ਕੇ ਮਦਾਰੀ ਦਾ ਕੰਮ ਕਰ ਰਿਹਾ ਤੇ ਆਹ ਆ ਤੇ ਗੁਰੂ ਸਾਹਿਬ ਮੰਜੇ ਤੇ ਬੈਠੇ ਤੇ ਉਹਨੇ ਉਲਟਾ ਦਿੱਤਾ ਤੇ ਆਹ ਹੋਇਆ, ਠੀਕ ਹੈ, ਮਤਲਬ ਇੱਦਾਂ ਹੀ ਹੋਈ ਆ। ਕਿਤੇ ਇਹ ਤਾਂ ਨੀ ਵੀ ਕਿਸੇ ਪਲੈਨਿੰਗ ਦੇ ਤਹਿਤ ਪਹਿਲਾਂ ਗੁਰੂ ਸਾਹਿਬ ਨਾਲ ਮਿਲਣੀ ਹੋ ਚੁੱਕੀ ਆ ਜਾਂ ਉਹ ਜਾਣਦੇ ਆ ਜਾਂ ਉਹ ਸਾਡੇ ਤੇ ਆਇਆ ਹੀ ਨਹੀਂ ਇਤਿਹਾਸ, ਅਸੀਂ ਕਿਉਂ ਗੱਲਾਂ ਚ ਕਰ ਰਹੇ ਹਾਂ? ਗੱਲ ਇਹ ਆ ਵੀ ਗੁਰੂ ਸਾਹਿਬ ਦੀ ਪਾਰਖੂ ਆਖਿਆ, ਬਚਿੱਤਰ ਸਿੰਘ ਨੂੰ ਕਿਉਂ ਕਹਿ ਰਹੇ ਆ ਉਹ, ਹਾਂਜੀ ਠੀਕ ਹੈ। ਹੁਣ ਅਸੀਂ ਕਹਿੰਦੇ ਵੀ ਜਿੱਥੇ ਗੁਰੂ ਸਾਹਿਬ ਦੀ ਇੱਦਾਂ ਮਿਹਰ ਹੋ ਗਈ, ਜਿੱਥੇ ਉਹਨੇ ਗੱਲ ਕਰ ਦਿੱਤੀ, ਜਿਹਦੇ ਉੱਤੇ ਹੱਥ ਰੱਖ ਦਿੱਤਾ, ਉਹ ਇੱਦਾਂ ਹੋ ਗਿਆ, ਫਿਰ ਤਾਂ ਹਰੇਕ ਨੇ ਹੋ ਜਾਣਾ ਸੀ। ਉਹ ਗੱਲਾਂ ਉਹਨੂੰ ਚੈਲੰਜ ਕਰਨਾ ਪੈਣਾ ਸਾਨੂੰ, ਬਿਲਕੁਲ ਇਹ ਗੱਲਾਂ ਸਾਨੂੰ ਸਾਧਾ ਨੇ ਜਿਸ ਤਰੀਕੇ ਨਾਲ ਸੁਣਾਈਆਂ, ਡੇਰੇਦਾਰਾਂ ਨੇ ਜਿੱਦਾਂ ਸਮਝਾਈਆਂ, ਜਦੋਂ ਅਸੀਂ ਕਿਰਪਾਨ ਦੀ ਵੀ ਇੱਕ ਤੁਹਾਨੂੰ ਕੱਲ ਦੀ ਸ਼ਾਇਦ ਗੱਲ ਆ, ਵੀਰ ਨਾਲ ਮੇਰੀ ਗੱਲ ਹੁੰਦੀ ਸੀ, ਤੁਸੀਂ ਸੱਚ ਵੀਰਵਾਰ ਗੱਲ ਕੀਤੀ, ਵੀਰਵਾਰ ਗੱਲ ਕੀਤੀ ਸ੍ਰੀ ਸਾਹਿਬ ਦੀ, ਸ੍ਰੀ ਸਾਹਿਬ ਗਾਤਰੇ ਸ੍ਰੀ ਸਾਹਿਬ ਕਦੋਂ ਆਈ ਆ ਸਾਡੇ? ਅੰਗਰੇਜ਼ਾਂ ਵੇਲੇ, ਸ਼੍ਰੋਮਣੀ ਕਮੇਟੀ ਦੇ ਟਾਈਮ, ਠੀਕ ਹੈ ਠੀਕ ਹੈ, ਉਦੋਂ ਉਹ ਕਕਾਰ, ਉਦੋਂ ਇੱਦਾਂ ਕਕਾਰ ਬਣ ਗਈ ਸਾਡਾ, ਠੀਕ ਹੈ। ਹੁਣ ਜਦੋਂ ਸ੍ਰੀ ਸਾਹਿਬ 3 ਫੁੱਟੀ ਸੀ, ਹਾਂਜੀ, ਉਦੋਂ ਨਹਾਉਣ ਲੱਗੇ ਕਿੱਦਾਂ ਸਿਰ ਤੇ ਬੰਨੀ ਜਾਂਦੀ ਸੀ ਉਹ? ਕੁਐਸਚਨ ਮਾਰਕ। 3 ਫੁੱਟੀ ਕਿਰਪਾਨ ਨੂੰ ਬੰਦਾ ਜਦੋਂ ਨਹਾਉਣ ਲੱਗਾ, ਹਾਂਜੀ, ਉਹ ਕਿੱਥੇ ਬੰਨੂ, ਕਿੱਦਾਂ ਬੰਨੂਗਾ? ਕੋਈ ਬੰਦਾ ਮੂਵੀ ਬਣਾਵੇ ਵੀ ਇੱਦਾਂ ਬੰਨੀ ਜਾ ਸਕਦੀ, ਇੱਦਾਂ ਬੰਨੀ ਜਾ ਸਕਦੀ ਹੈ, ਬਿਲਕੁਲ ਇਹੀ ਤਾਂ ਸਵਾਲ ਆ। ਹੁਣ ਆਮ ਬੰਦੇ ਦੇ ਸਮਝ ਦੇ ਵਿੱਚ ਆ ਜਾਣਾ ਇਹ, ਜਿਹੜਾ ਵੈਸੇ ਹੀ ਜਿਹੜਾ ਬੰਦਾ ਗੱਲ ਤਾਂ ਇਹ, ਉਹ ਤਾਂ ਹਥਿਆਰ ਦੇ ਵਜੋਂ ਸੀ ਨਾ, ਅੰਗ ਸੰਗ ਤੇਰੇ ਨਾਲ ਰਹੇ, ਉਹਦਾ ਮਤਲਬ ਸੀ ਅਵੇਸਲਾ ਨਾ ਹੋ ਜਾਈ, ਹਾਂਜੀ, ਵੀ ਕਿਤੇ ਇੱਦਾਂ ਇੱਦਾਂ ਨਾ ਹੋ ਜਾਏ ਵੀ ਤੂੰ ਕਿਸੇ ਟਾਈਮ, ਜੇ ਹੁਣ ਅਵੇਸਲੇ ਦਾ ਮਤਲਬ ਇਹ ਸੀ, ਅੰਗ ਸੰਗ ਦਾ ਮਤਲਬ ਇਹ ਸੀ ਵੀ ਕਿਤੇ ਵਿਆਹ ਦੇ ਵਿੱਚ, ਹਾਂਜੀ, ਰੰਗ ਤਮਾਸ਼ਾ, ਹੁਣ ਭੰਗੜਾ ਪਾਉਣ ਲੱਗਾ ਹੋਵੇ ਬੰਦਾ, ਹਾਂਜੀ, ਠੀਕ ਆ, ਤੇ ਹੁਣ ਸ੍ਰੀ ਸਾਹਿਬ ਗੱਡੀ ਚ ਪਈ ਆ, ਹਾਂਜੀ, ਅਗਲੇ ਉਹ ਜਿਹੜੇ ਦੁਸ਼ਮਣ ਆ, ਕੋਈ ਇੱਦਾਂ ਸੀ ਵੀ ਕਿਹੜੇ ਵੇਲੇ ਅਟੈਕ ਕਰਨਾ ਉਹਨੇ, ਕੋਈ ਵੱਜਾ ਸੀ ਉਹਦਾ ਨਹੀਂ ਨਾ, ਉਹ ਤਾਂ ਕਿਸੇ ਵੀ ਵੇਲੇ ਵੀ ਆ ਸਕਦੇ ਆ, ਇਸ ਕਰਕੇ ਵੀ ਉਹਨੂੰ ਨਾਲ ਰੱਖੀ ਆਪਣੇ ਅੰਗ ਸੰਗ ਰਹੀ ਤੇਰੀ, ਹਾਂਜੀ, ਠੀਕ ਆ। ਹੁਣ ਉਹਨਾਂ ਮਸਲਿਆਂ ਨੂੰ ਕਿੱਦਾਂ ਉਲਝਾਇਆ ਅਸੀਂ, ਹਾਂਜੀ, ਕਿੱਦਾਂ ਇਸ ਨਾਂ ਦੇ ਉੱਤੇ ਭਾਰ ਪਾ ਰਹੇ ਹਾਂ ਹਰੇਕ ਗੱਲ ਦੇ ਉੱਤੇ, ਹਾਂਜੀ, ਬੜਾ ਵੱਡਾ ਨੁਕਸਾਨ ਹੋ ਰਿਹਾ, ਬਿਲਕੁਲ ਬਹੁਤ ਵੱਡਾ ਨੁਕਸਾਨ ਅਸੀਂ ਆਪਣਾ ਵੀ ਕਰ ਰਹੇ ਹਾਂ, ਸਮੁੱਚੀ ਕੌਮ ਦਾ ਵੀ ਕਰ ਰਹੇ ਹਾਂ, ਠੀਕ ਹੈ। ਹੁਣ ਚਲੋ ਆਹ ਦੇਖ ਲੈਂਦੇ ਹਾਂ ਕਿੱਦਾਂ ਗੱਲ, ਝੂਠ ਆ ਉਹ, ਠੀਕ ਆ, ਹਾਂਜੀ, ਉਹ ਸੱਚ ਨੀ ਹੈਗਾ, ਠੀਕ ਆ, ਉਹਨੂੰ ਗੱਲ ਔਖੀ ਆ ਥੋੜੀ ਜਿਹੀ ਜਾਣੀ, ਤੇ ਹੁਣ ਮੈਨੂੰ ਪਤਾ ਨੀ ਪੂਰੀ ਕਾਰ ਹੋਣੀ ਕਿ ਨਹੀਂ, ਸ਼ੁਰੂ ਮੈਂ ਕਰ ਲਈ ਆ, ਪਰ ਕੋਸ਼ਿਸ਼ ਕਰਿਓ ਜਾਣੀ ਇੱਦਾਂ ਜੇ ਆਵੇ ਕਲਿੱਕ ਹੋਇਆ। ਦੇਖੋ ਜਿੱਦਾਂ ਨਾ ਇੱਕ ਗੁਰਬਾਣੀ ਆ, ਹਾਂਜੀ, ਇੱਕ ਇਤਿਹਾਸ ਆ, ਹਾਂਜੀ, ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਉਹ ਗੱਲ ਕੀਤੀ ਆ ਜਿਹੜੀ ਅਟਲ ਸੱਚਾਈ, ਜਿਹੜਾ ਯੂਨੀਵਰਸਲ ਟਰੁੱਥ ਆ, ਠੀਕ ਆ, ਹਾਂਜੀ। ਹੁਣ ਗੁਰੂ ਅੰਗਦ ਦੇਵ ਜੀ ਦੇ ਬਹੁਤ ਥੋੜੇ ਜਿਹੇ ਸ਼ਲੋਕ ਆ, ਹਾਂਜੀ, ਕੀ ਉਹਨਾਂ ਹੀ ਬੋਲੇ ਸਾਰੀ ਜ਼ਿੰਦਗੀ ਵਿੱਚ ਉਹ? ਨਹੀਂ ਜੀ, ਹਨਾ। ਹੁਣ ਜਿਹੜਾ ਉਹ ਬੋਲਣਾ ਉਹਨਾਂ ਦਾ, ਪਿਰਥੀ ਚੰਦ ਨੂੰ ਗੁਰਦੁਆਰੇ ਦਾ ਪ੍ਰਬੰਧ ਦੇਣ ਦਾ ਫੈਸਲਾ ਚੌਥੇ ਪਾਤਸ਼ਾਹ ਤੋਂ ਬਿਨਾਂ ਹੋਰ ਕਿਸੇ ਨੇ ਕੀਤਾ ਹੋਊਗਾ? ਨਹੀਂ ਜੀ, ਮਰਜ਼ੀ ਨਾਲ ਥੋੜਾ ਹੋ ਗਿਆ? ਨਹੀਂ ਨਹੀਂ, ਇਹ ਥੋੜਾ ਜਹਾਂਗੀਰ ਦੇ ਗਿਆ? ਨਹੀਂ ਨਹੀਂ, ਬਿਲਕੁਲ ਨਹੀਂ ਕੀਤਾ ਹੋਊਗਾ, ਬਿਲਕੁਲ ਠੀਕ ਸੀ ਫੈਸਲਾ ਉਹ? ਨਹੀਂ ਜੀ, ਆਹ ਜਿਹੜਾ ਸਵਾਲ ਆ, ਆਹ ਚੁੱਭਦਾ ਸਾਨੂੰ, ਆਹ ਨੀ ਸੁਣਨਾ ਚਾਹੁੰਦੇ ਅਸੀਂ। ਇੱਥੇ ਇਹ ਨੀ ਹੈਗਾ ਵੀ ਗੁਰੂ ਸਾਹਿਬ ਗਲਤ ਆ,
ਇਹ ਤਾਂ ਸਾਨੂੰ ਮੰਨਣਾ ਪੈਣਾ ਨਾ, ਇਹ ਤਾਂ ਸਾਨੂੰ ਵਿਚਾਰਨਾ ਪੈਣਾ ਨਾ ਵੀ ਉਹ ਫੈਸਲਾ ਕਰਦਾ ਕੌਣ ਆ। ਜਾਂ ਤਾਂ ਫਿਰ ਇਹ ਸਾਬਤ ਕਰੀ ਅਸੀਂ ਇੱਦਾਂ ਕਹਿ ਕੇ ਕਿੱਦਾਂ ਸਰ ਸਕਦੇ ਹਾਂ ਵੀ ਨਹੀਂ ਫੈਸਲਾ ਗੁਰੂ ਸਾਹਿਬ ਨੇ ਕੀਤਾ ਆ ਪਰ ਗਲਤੀ ਪਿਰਥੀ ਚੰਦ ਦੀ ਆ ਕਿਉਂਕਿ ਉਹ ਵਿਗੜ ਗਿਆ। ਫਿਰ ਜੇ ਅੱਜ ਤੁਸੀਂ ਕੋਈ ਬੰਦਾ ਅਮਰੀਕਾ ਕੈਨੇਡਾ ਦੇ ਵਿੱਚ ਬੈਠਾ ਉਹ ਜੇ ਆਪਣਾ ਟਰੱਕ ਚਲਾਉਂਦਾ ਆ ਜੇ ਉਹ 5 ਟਰੱਕ ਲੈਣ ਦਾ ਫੈਸਲਾ ਕਰ ਲੈਂਦਾ ਤੇ ਮੇਰੀ ਜੀ ਕੰਪਨੀ ਨਾਲ ਗੱਲ ਹੋਈ ਆ ਉਹਨਾਂ ਨੂੰ ਟਰੱਕ ਚਾਹੀਦੇ ਉਹ ਕਰਜ਼ਾ ਚੱਕ ਕੇ 5 ਟਰੱਕ ਲੈ ਲੈਂਦਾ ਹਨਾ ਭੜਕੇ ਨੂੰ ਉਹ ਕੰਪਨੀ ਸਾਲ ਬਾਅਦ ਬੰਦ ਹੋ ਜਾਂਦੀ ਆ ਉਹ ਮੁੜ ਕੇ ਬਲੇਮ ਦੇਵੇ ਵੀ ਭਾਈ ਬੈਂਕਰਪਟ ਜਿਹੜਾ ਮੈਂ ਹੋਇਆ ਮੇਰਾ ਨਹੀਂ ਕਸੂਰ ਹੈਗਾ ਮੈਂ ਤਾਂ ਫੈਸਲਾ ਸਹੀ ਕੀਤਾ ਸੀ ਇਹ ਤਾਂ ਕੰਪਨੀ ਦਾ ਕਸੂਰ ਆ ਕੀ ਗੱਲ ਉਹਨੂੰ ਫਰਜ਼ ਨਹੀਂ ਸੀ ਉਹਦਾ ਬਣਦਾ ਪਹਿਲਾਂ ਵੀ ਜਿੰਨੇ ਸਾਲਾਂ ਦਾ ਲੋਨ ਸੀ ਉਹਦਾ ਉਨੇ ਸਾਲ ਦਾ ਐਗਰੀਮੈਂਟ ਅਨਕੰਡੀਸ਼ਨਲ ਕਰਾਉਂਦਾ ਕੰਪਨੀ ਤੋਂ ਉਹਦੇ ਵਿੱਚ ਉਹਨੂੰ ਜੇ ਕੰਪਨੀ ਦੇ ਬੈਂਕਰਪਟ ਹੋਣ ਦੀ ਸੰਭਾਵਨਾ ਸੀ ਉਹਨੂੰ ਆਪਣੇ ਮੋਰਗੇਜ ਦਾ ਇੰਸ਼ੋਰੈਂਸ ਨਹੀਂ ਸੀ ਕਰਾਉਣਾ ਚਾਹੀਦਾ ਉਹ ਜ਼ਿੰਮੇਵਾਰੀ ਕਿਹਦੀ ਬਣਦੀ ਆ। ਜੇ ਉਸ ਬੇਵਕੂਫ ਨੇ ਇੱਕ ਟਰੱਕ ਨੂੰ ਮਿਲੇ ਹੋਏ ਕੰਮ ਦੇ ਆਧਾਰ ਤੇ ਫਟਾਫਟ ਗੁਣਾ ਕਰਕੇ ਉਹਨੇ ਸੋਚ ਲਿਆ ਵੀ 30,000 ਮਹੀਨੇ ਦਾ 20,000 ਮਹੀਨੇ ਦਾ ਮੈਂ ਇੱਕ ਟਰੱਕ ਨਾਲ ਕਮਾਉਣਾ ਆ ਜੇ 5 ਟਰੱਕ ਹੋਣਗੇ ਉਹਦੇ ਨਾਲ ਮੈਂ ਮਹੀਨੇ ਦਾ 1,00,000 ਕਮਾਊਂਗਾ ਸਾਲ ਦਾ 12,00,000 ਹੋ ਗਿਆ ਲੋਨ ਮੇਰਾ ਹੋਣਾ 7,00,000 ਜਾਂ ਲੋਨ ਮੇਰਾ ਹੈਗਾ ਮੰਨ ਲਓ 14,00,000 ਡੇਢ ਸਾਲ ਦੇ ਵਿੱਚ ਮੇਰਾ ਲੋਨ ਉੱਤਰ ਜਾਣਾ ਆ ਤਿੰਨਾਂ ਸਾਲਾਂ 'ਚ ਮੇਰੇ ਇੰਨੇ ਪੈਸੇ ਹੋ ਜਾਣੇ ਆ ਇੰਨੇ ਤੇ 4 ਸਾਲ ਬਾਅਦ ਮੈਂ ਇੰਨੇ ਦਾ ਟਰੱਕ ਵੇਚ ਦੇਣਾ ਆ। ਆਪਣਾ ਇੱਕ ਪਾਸੇ ਹਮੇਸ਼ਾ ਜਿਹੜਾ ਪੋਜ਼ਿਟਿਵ ਆ ਜੋ ਚੰਗਾ ਹੋਣ ਦੀ ਸੰਭਾਵਨਾ ਆ ਉਹ ਸੋਚ ਸੋਚ ਕੇ ਉਹਦੀ ਕਲਪਨਾ ਕਰਕੇ ਜੇ ਉਹਨੂੰ ਫੈਸਲਾ ਕਰ ਲਿਆ ਆ ਤੇ ਗਲਤੀ ਕਿਹਦੀ ਆ ਉਹਦੇ ਵਿੱਚ ਉਹ ਐਕਸੈਪਟ ਤਾਂ ਕਰਨੀ ਪੈਣੀ ਆ ਕਿ ਗੁਰੂ ਸਾਹਿਬ ਸਾਨੂੰ ਇਸ ਕੰਮ ਲਈ ਇਨਕਰੇਜ ਨਹੀਂ ਕਰ ਰਹੇ ਹੋਣਗੇ ਵੀ ਫੈਸਲੇ ਤਾਂ ਲੈਣੇ ਪੈਣੇ ਆ ਉਹਨਾਂ ਦੇ ਠੀਕ ਜਾਂ ਗਲਤ ਹੋਣ ਦੀ ਸੰਭਾਵਨਾ ਹਰ ਵੇਲੇ ਬਣੀ ਰਹਿਣੀ ਆ। ਤੁਹਾਡਾ ਪਰਿਵਾਰ ਆ ਬੱਚੇ ਆ ਬੱਚਿਆਂ ਨੇ ਵੱਡੇ ਹੋਣਾ ਆ ਬੱਚਿਆਂ ਨੂੰ ਜ਼ਿੰਮੇਵਾਰੀ ਦੇਣੀ ਆ ਉਹਦੇ ਵਿੱਚ ਅਰਜਨ ਵੀ ਹੋ ਸਕਦਾ ਪ੍ਰਿਥੀ ਚੰਦ ਵੀ ਹੋ ਸਕਦਾ ਕੋਈ ਗੱਲ ਨਹੀਂ ਤਾਂ ਠੀਕ ਤਾਂ ਠੀਕ ਜਾਂ ਗਲਤ ਦੀ ਗੱਲ ਥੋੜੋ ਆ ਗੱਲ ਤਾਂ ਇਹ ਆ ਵੀ ਫੈਸਲਾ ਲਿਆ ਗਿਆ ਆ ਜ਼ਿੰਮੇਵਾਰੀ ਉਠਾਈ ਗਈ ਆ। ਜੇ ਅਸੀਂ ਉਹਨੂੰ ਗਲਤ ਕਹਿ ਕੇ ਇੱਦਾਂ ਜ਼ਿੰਮੇਵਾਰੀ ਤੋਂ ਭੱਜਾਂਗੇ ਫਿਰ ਤਾਂ ਬੰਦਾ ਹਰੇਕ ਬੰਦਾ ਡਰੂਗਾ। ਅਸੀਂ ਗੁਰੂ ਸਾਹਿਬ ਦੇ ਉੱਤੇ ਇਹ ਕਲੰਕ ਲਾਉਣਾ ਚਾਹੁੰਦੇ ਹਾਂ ਕਿਤੇ ਨਾ ਕਿਤੇ ਸਾਨੂੰ ਇਹ ਗੱਲਾਂ ਜਿਹੜੀਆਂ ਵਿਚਾਰਨੀਆਂ ਪੈਣੀਆਂ ਸ਼ਬਦ ਜਿਹੜੇ ਆ ਉਹਨਾਂ ਦੇ ਪਿੱਛੇ ਜਾ ਕੇ ਜਦੋਂ ਅਸੀਂ ਬੇਈਮਾਨੀ ਕਰਦੇ ਇਹ ਹੀ ਸੱਚ ਅਸਲੀ ਮਿਹਨ ਸਹੀ ਮਿਹਨਿਆਂ ਦੇ ਵਿੱਚ ਜਾਣੀ ਜੇ ਸਹੀ ਦੇਖਿਆ ਜਾਵੇ ਤਾਂ ਇਹ ਹੀ ਹਰਾਮਜ਼ਦਗੀ ਆ। ਇਹਨੂੰ ਤੁਸੀਂ ਜੋ ਮਰਜ਼ੀ ਕਹਿ ਲਓ ਇਹਦੇ ਨਾਲ ਇਹ ਨਹੀਂ ਹੈਗਾ ਵੀ ਜੇ ਤੁਸੀਂ ਕਹੋ ਤੁਸੀਂ ਇੱਦਾਂ ਕਰਕੇ ਸਾਡੇ ਰਾਹ ਦਾ ਰੂੜਾ ਬਣ ਜਾਣਾ ਤੁਸੀਂ ਪਟਕਾ ਦੇਣਾ ਸਾਨੂੰ ਪਿੱਟ ਲਓ ਜਿੰਨਾ ਪਿੱਟਣਾ ਭਾਈ ਤੁਸੀਂ ਕੀ ਔਕਾਤ ਆ ਇਹਨਾਂ ਦੀ ਕਹੋ ਤਾਂ ਕੁਲਵਿੰਦਰ ਬਠਿੰਡੇ ਵਾਲੇ ਨੂੰ ਕਰੇ ਸਾਡੇ ਨਾਲ ਲਿਆਵੇ ਪੰਥਪ੍ਰੀਤ ਨੂੰ ਜਰਕ ਇਹਨਾਂ ਵਿਸ਼ਿਆਂ 'ਤੇ ਕਰੇ ਸਾਡੇ ਨਾਲ ਗੱਲ ਨਹੀਂ ਗੁਰਦੇਵ ਸੱਧੇ ਵਾਲੀ ਆ ਕਰੇ ਜਰਕ ਮੁੜ ਕੇ ਜਦੋਂ ਗੱਲ ਕਰਨ ਦਾ ਵਿਹਲਾ ਆਉਂਦਾ ਫਿਰ ਚੀਕਾਂ ਮਾਰ ਮਾਰ ਕੇ ਇੱਕੋ ਸਾਹਿਬ ਬੋਲ ਬੋਲ ਕੇ ਮੁੜ ਕੇ ਫਿਰ ਮੈਨੂੰ ਬਲੌਕ ਕਰ ਦਿੱਤਾ ਮੈਨੂੰ ਆਹ ਕਰ ਦਿੱਤਾ ਮੈਨੂੰ ਆਹ ਕਰ ਦਿੱਤਾ ਗੁਰੂ ਦੇ ਨਿੰਦਕ ਹੋ ਗਿਆ ਇਹ ਜੀ ਆਹ ਹੋ ਗਿਆ ਇਹ ਜੀ ਆਹ ਹੋ ਗਿਆ ਠੀਕ ਆ ਇੱਦਾਂ ਨਹੀਂ ਮਸਲਾ ਹੱਲ ਹੋ ਜਾਣਾ ਭਾਈ ਨਹੀਂ ਨਾ ਬਸ ਉਹ ਸੁਣਨਾ ਨਹੀਂ ਚਾਹੁੰਦੀ ਅਸੀਂ ਜੇ ਨਾ ਜੇ ਇੱਕ ਬਰੀਕ ਗੱਲ ਫੜ ਲਈ ਅਸੀਂ ਫਿਰ ਸਾਨੂੰ ਆਪਣੇ ਅੰਦਰ ਜੀਣ ਦਾ ਉਤਸ਼ਾਹ ਆ ਜਾਣਾ ਫਿਰ ਸਾਨੂੰ ਸਮਝ ਆ ਜਾਣੀ ਵੀ ਨਹੀਂ ਆਮ ਬੰਦਿਆਂ ਵਾਂਗੇ ਜਿਹੜੇ ਫੈਸਲੇ ਆ ਨਾ ਬੱਚਿਆਂ ਨੂੰ ਪਾਲਣ ਦੇ ਫੈਸਲੇ ਆ ਆਮ ਲੋਕਾਂ ਵਾਂਗੇ ਹੋਏ ਆ ਠੀਕ ਆ ਉਹ ਜ਼ਿੰਦਗੀ ਦੇ ਵਿੱਚੋਂ ਨਾ ਕੁਛ ਗੱਲਾਂ ਜਿਹੜੀਆਂ ਅਟਲ ਸਚਾਈਆਂ ਸੀ ਉਹ ਗੱਲਾਂ ਗੁਰਬਾਣੀ ਦਾ ਹਿੱਸਾ ਬਣੀਆਂ ਨਾ ਕਿ ਉਹਨਾਂ ਦੇ ਮੂੰਹੋਂ ਸਾਰਾ ਬੋਲਿਆ ਗੁਰਬਾਣੀ ਹੋਇਆ ਨਹੀਂ ਇੱਦਾਂ ਨਹੀਂ ਹੋਇਆ ਠੀਕ ਆ ਉਹ ਜਿਹੜਾ ਉਹ ਗੁਰਬਾਣੀ ਤੋਂ ਬਿਨਾਂ ਸੀ ਨਾ ਉਹ ਇਤਿਹਾਸ ਆ ਗੁਰ ਇਤਿਹਾਸ ਆ ਉਹਦੇ ਵਿੱਚ ਕੁਛ ਵੀ ਅੱਗੇ ਪਿੱਛੇ ਹੋ ਗਿਆ ਜਾਣੀ ਠੀਕ ਹੈ ਉਹਦੇ ਵਿੱਚ ਅਸੀਂ ਮਰਜ਼ੀ ਨਾ ਉਹਨਾਂ ਨੂੰ ਬੇਲੋੜਾ ਲੋੜ ਤੋਂ ਵੱਧ ਸਤਿਕਾਰ ਦੇ ਕੇ ਨਾ ਹਾਂਜੀ ਉਹਨਾਂ ਦੀ ਸ਼ਰਧਾ ਬਸ ਹੋ ਕੇ ਹਾਂਜੀ ਅਸੀਂ ਉਹਨੂੰ ਐਵੀਂ ਖਾਮ ਖਾਮ ਮਹਾਨਤਾ ਦੇ ਦਿੱਤੀ ਵੀ ਸ਼੍ਰੀ ਚੰਦ ਵੀ ਸਿਰ ਤੇ ਬਿਠਾ ਲਿਆ ਹਨਾ ਦਾਤੂ ਦਾਸੂ ਵੀ ਹਾਂਜੀ ਠੀਕ ਹੈ ਗੁਰਦਿੱਤਾ ਵੀ ਹਨਾ ਵੀ ਗੁਰੂ ਪੁੱਤਰ ਹੋਏ ਆ ਵੀ ਉਹ ਕਹਿੰਦੇ ਵੀ ਗੁਰੂ ਨੂੰ ਦਿੱਤਾ ਅਸੀਂ ਇੱਦਾਂ ਹਾਂਜੀ ਹਾਲਾਂਕਿ ਹੁਣ ਜਿਹੜੀ ਰਾਮ ਰਾਜ ਦੀ ਵੀ ਗੱਲ ਆ ਉਹਨੂੰ ਵੀ ਸਾਨੂੰ ਵੱਖਰੇ ਐਂਗਲ ਤੋਂ ਦੇਖਣਾ ਪੈਣਾ ਠੀਕ ਆ ਜਿਹੜੀ ਜਿਹੜੀ ਗੁਰਦਿੱਤੇ ਦੀ ਸ਼੍ਰੀ ਚੰਦ ਨਾਲ ਉਹਦਾ ਰਿਸ਼ਤਾ ਆ ਉਹ ਵੀ ਸਾਨੂੰ ਵੱਖਰੇ ਐਂਗਲ ਤੋਂ ਦੇਖਣਾ ਪੈਣਾ ਜੀ ਜੇ ਨਹੀਂ ਦੇਖਾਂਗੇ ਆਹ ਗੱਲ ਜਾਣੀ ਥੋੜੀ ਜਿਹੀ ਸਾਡੇ ਸਟ੍ਰੈਸ ਦੇਣੇ ਵਾਲੀ ਆ ਤੇ ਗੁਰੂ ਸਾਹਿਬ ਨੇ ਜਿਹੜਾ ਜੀਵਨ ਜੀਵਿਆ ਆ ਨਾ ਉਹਦੇ ਵਿੱਚ ਬਹੁਤ ਕੁਛ ਇੱਦਾਂ ਦਾ ਹੈ ਜਿਹੜਾ ਆਮ ਇਨਸਾਨਾਂ ਵਾਂਗ ਹੋਇਆ ਆ ਹਾਂਜੀ ਠੀਕ ਆ ਉੱਥੇ ਆ ਕੇ ਫਿਰ ਅਸੀਂ ਇੱਦਾਂ ਤੋੜ ਮਰੋੜ ਕੇ ਉਹਨੂੰ ਭਾਰੇ ਭਾਰੇ ਸ਼ਬਦ ਦੇ ਕੇ ਪਏ ਉਹ ਤਾਂ ਉਹਦੀ ਲੀਲਾ ਆ ਇਹ ਤਾਂ ਉਹੀ ਜਾਣਦੇ ਸੀ ਇਹ ਤਾਂ ਰਮਜਾਂ ਸੀਆਂ ਇਹ ਤਾਂ ਸੰਸਾਰ ਨੂੰ ਸਿੱਖਿਆ ਦੇਣੀ ਚਾਹੁੰਦੇ ਸੀ ਇੱਦਾਂ ਨਹੀਂ ਹੋਇਆ ਆ ਇੱਦਾਂ ਨਹੀਂ ਹੋਇਆ ਆ ਰੱਬ ਨੇ ਜਿਹੜਾ ਭਵਿੱਖ ਆ ਨਾ ਹਾਂਜੀ ਉਹ ਸਾਰਿਆਂ ਤੋਂ ਗੁਪਤ ਰੱਖਿਆ ਆ ਹਾਂਜੀ ਕਿਸੇ ਧਰਤੀ ਦੇ ਉੱਤੇ ਕੋਈ ਇੱਦਾਂ ਦੀ ਚੀਜ਼ ਨਹੀਂ ਹੁਣ ਪੈਦਾ ਕੀਤੀ ਜਿਹਨੂੰ ਇੱਦਾਂ ਕਰ ਦਿੱਤਾ ਜਿੱਥੇ ਜਦੋਂ ਤੀਜੇ ਪਾਤਸ਼ਾਹ ਵਰ ਦਿੰਦੇ ਆ ਮਾਤਾ ਭਾਨੀ ਨੂੰ ਭਾਈ ਚੰਗਾ ਠੀਕ ਆ ਫਿਰ
ਵੀ ਤੈਨੂੰ ਇੱਦਾਂ ਤੇਰਾ ਹੁਣ ਆਹ ਨੁਕਤਾ ਇਹਨਾਂ ਨੂੰ ਪੁੱਛੇ ਵੀ ਤੁਹਾਡੇ ਪਿਓ ਨੇ ਵਿਚਾਰਨਾ ਆਹ ਵੀ ਜਿਹੜਾ ਭਵਿੱਖ ਆ ਉਹ ਪਰਮਾਤਮਾ ਨੇ ਗੁਪਤ ਰੱਖਿਆ ਆ ਹਾਂਜੀ ਨਹੀਂ ਦੱਸਿਆ ਕਿਸੇ ਨੂੰ ਠੀਕ ਆ ਹੁਣ ਤੁਸੀਂ ਇੱਥੇ ਰਿਹਾ ਕੇ ਗੁਰੂ ਸਾਹਿਬ ਨੂੰ ਇੱਦਾਂ ਕੁਦਰਤ ਤੋਂ ਬਾਹਰ ਕਿਉਂ ਕਰਕੇ ਖੜਾ ਕਰ ਰਹੇ ਹਾਂ ਹਾਂਜੀ ਇਹੀ ਗਲਤੀ ਤਾਂ ਬ੍ਰਾਹਮਣ ਕਰਦਾ ਸੀ ਹਾਂਜੀ ਬਿਲਕੁਲ ਉਹ ਆਪਣੇ ਦੇਵਤਿਆਂ ਨੂੰ ਇੱਦਾਂ ਪੇਸ਼ ਕਰ ਰਿਹਾ ਆ ਵੀ ਇਹਨਾਂ ਨੂੰ ਸਾਰਾ ਕੁਛ ਪਤਾ ਸੀ ਭਵਿੱਖ ਦਾ ਹਾਂਜੀ ਇਸ ਸੰਬੰਧ ਦੇ ਵਿੱਚ ਨਾ ਵੀਰ ਯਾਦਵਿੰਦਰ ਨੇ ਅੱਜ ਇੱਕ ਪੋਸਟ ਲਿਖੀ ਆ ਉਹਦੇ ਵਿੱਚ ਆਹੀ ਨੁਕਤਾ ਵਿਚਾਰਿਆ ਉਹਨਾਂ ਨੇ ਵੀ ਜਿਹੜੀ ਉਹ ਗੱਲ ਉਹ ਉਸ ਟਾਈਮ ਆਪਾਂ ਤੁਸੀਂ ਪਿਛਲੇ ਪ੍ਰੋਗਰਾਮ ਚ ਕੀਤੀ ਨਾ ਰਾਮ ਰਾਏ ਦੇ ਸੰਬੰਧ ਦੇ ਵਿੱਚ ਗੁਰੂ ਸਾਹਿਬ ਨੇ ਉਸ ਟਾਈਮ ਦੇ ਅਕੋਰਡਿੰਗਲੀ ਬੈਸਟ ਫੈਸਲਾ ਲਿਆ ਆ ਫਿਊਚਰ ਦੇ ਵਿੱਚ ਨੀ ਪਤਾ ਲੱਗਿਆ ਉਹ ਫੈਸਲਾ ਗਾ ਹੁਣ ਪ੍ਰਿਥੀ ਚੰਦ ਨੂੰ ਜਦੋਂ ਦਿੱਤਾ ਆ ਉਹਨਾਂ ਨੇ ਪ੍ਰਬੰਧ ਸੌਂਪਿਆ ਆ ਉਦੋਂ ਫੈਸਲਾ ਉਸ ਅਕੋਰਡਿੰਗਲੀ ਵਧੀਆ ਲਿਆ ਗਿਆ ਉਹ ਪਰ ਫਿਊਚਰ ਚ ਉਹਦਾ ਕੀ ਰਿਜ਼ਲਟ ਨਿਕਲਿਆ ਗੁਪਤ ਆ ਫਿਊਚਰ ਗੁਪਤ ਰੱਖਿਆ ਗਿਆ ਹਾਂਜੀ ਉੱਥੇ ਜੇ ਅਸੀਂ ਹੁਣ ਇੱਦਾਂ ਕਹਿਣਾ ਜਿਹੜਾ ਫਿਊਚਰ ਦੇ ਵਿੱਚ ਕੁਛ ਵੀ ਹੋਣ ਦੀ ਸੰਭਾਵਨਾ ਆ ਹਾਂਜੀ ਉਹਦੇ ਲਈ ਗੁਰੂ ਸਾਹਿਬ ਇਨਕਰੇਜ ਕਰ ਰਹੇ ਆ ਹਾਂਜੀ ਵੀ ਕਦੇ ਵੀ ਭਵਿੱਖ ਨੂੰ ਦੇਖ ਕੇ ਡਰਿਓ ਨਾ ਹਾਂਜੀ ਜੇ ਇੰਨਾ ਵੀ ਬੁਰਾ ਹੋ ਜਾਏ ਨਾ ਤਾਂ ਵੀ ਕੁਛ ਨੀ ਹੁੰਦਾ ਕੁਛ ਨੀ ਹੁੰਦਾ ਬਿਲਕੁਲ ਸਾਰਾ ਹੁਣ ਰਾਮ ਰਾਜ ਦੀ ਵਾਰੀ ਸਾਰਾ ਕੁਛ ਸਾਰੀ ਪਲੈਨਿੰਗ ਤੈਸ਼ ਨੈਸ਼ ਹੋ ਰਹੀ ਆ ਹਾਂਜੀ ਠੀਕ ਹੈ ਪ੍ਰਿਥੀ ਚੰਦ ਕਿੱਡਾ ਵੱਡਾ ਜਿਹੜਾ ਖਤਰਾ ਬਣ ਰਿਹਾ ਗੁਰੂ ਘਰ ਦੇ ਲਈ ਹਾਂਜੀ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਦੇ ਵਿੱਚ ਉਹ ਪੂਰੀ ਹਿੰਮਤ ਆਪਣੀ ਪਾ ਰਿਹਾ ਨਾਲ ਹਾਂਜੀ ਹਨਾ ਪੰਜਵੇਂ ਪਾਤਸ਼ਾਹ ਦੇ ਸੰਪਾਦਨਾ ਕਰਨ ਤੋਂ ਬਾਅਦ ਉਹਨਾਂ ਦੇ ਸ਼ਹੀਦ ਹੋ ਜਾਣਾ ਛੇਵੇਂ ਪਾਤਸ਼ਾਹ ਦੀ ਉਮਰ ਤਾਂ ਬਹੁਤ ਥੋੜੀ ਆ ਹਾਂਜੀ ਕਿੱਡਾ ਵੱਡਾ ਨੁਕਸਾਨ ਹੋ ਰਿਹਾ ਹੈ ਹਨਾ ਪਰ ਉਹਦੇ ਲਈ ਗੁਰੂ ਸਾਹਿਬ ਇਨਕਰੇਜ ਕਰ ਰਹੇ ਆ ਹਾਂਜੀ ਹੁਣ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਲਈ ਤੁਰਨਾ ਅਸੀਂ ਤਾਂ ਉਹ ਨਾਲ ਕਹਾਣੀ ਜੋੜ ਦਿੱਤੀ ਹਰੇਕ ਵਾਰੀ ਹਾਂਜੀ ਤੇ ਜੇ ਬ੍ਰਾਹਮਣ ਆਏ ਆ ਹਨਾ ਉਹਨਾਂ ਨੇ ਕਿਹਾ ਆ ਗੁਰੂ ਸਾਹਿਬ ਗੋਬਿੰਦ ਰਾਜ ਤੋਂ ਕਹਾ ਦਿੱਤਾ ਵੀ ਚੰਗਾ ਫਿਰ ਜੇ ਕਿਸੇ ਮਹਾਨ ਆਤਮਾ ਨੇ ਜਾਣਾ ਆ ਨੌਵੇਂ ਪਾਤਸ਼ਾਹ ਇੱਦਾਂ ਕਿੱਦਾਂ ਕਹਿ ਸਕਦੇ ਆ ਵੀ ਧਰਤੀ ਤੋਂ ਜ਼ੁਲਮ ਦਾ ਨਾਸ਼ ਤਾਂ ਹੋਊਗਾ ਜੇ ਮਹਾਨ ਆਤਮਾ ਚੱਲ ਜਾਏ ਇਹ ਤਾਂ ਸਰਾਪ ਆ ਕਿਸੇ ਨੇ ਦਿੱਤਾ ਇਹ ਤਾਂ ਬ੍ਰਾਹਮਣ ਦੀ ਚਾਲ ਹੋ ਸਕਦੀ ਆ ਹਾਂਜੀ ਠੀਕ ਹੈ ਇਹ ਤਾਂ ਇਹ ਹੋ ਸਕਦਾ ਵੀ ਉਹਨਾਂ ਨੇ ਆ ਕੇ ਇਹ ਗੱਲ ਆਪ ਬਣਾ ਕੇ ਕਹੀ ਹੋਵੇ ਵੀ ਦੇਖੋ ਜੀ ਸਾਨੂੰ ਇਲਹਾਮ ਹੋਇਆ ਸਾਨੂੰ ਇੱਦਾਂ ਸੁਪਨਾ ਆਇਆ ਸਾਨੂੰ ਦੱਸਿਆ ਗਿਆ ਭਈ ਜੇ ਕੋਈ ਜਿਹੜਾ ਮਹਾਨ ਆ ਵੀ ਤੁਹਾਤੋਂ ਮਹਾਨ ਕੌਣ ਆ ਇਹ ਤਾਂ ਪੰਪ ਹੋ ਸਕਦਾ ਉਹਨਾਂ ਦਾ ਬਿਲਕੁਲ ਹੁਣ ਤੁਸੀਂ ਸੋਚੋ ਨਾ ਅੱਜ ਜੇ ਕੋਈ ਸਾਨੂੰ ਆ ਕੇ ਕਹੇ ਹਾਂਜੀ ਵੀ ਜੀ ਏਦਾਂ ਵੀ ਮੈਂ ਤਾਂ ਉੱਥੇ ਪੜ੍ਹਿਆ ਮੈਂ ਤਾਂ ਏਦਾਂ ਕੀਤਾ ਸਨ ਤਾਂ ਇਲਹਾਮ ਹੋਇਆ ਸਨ ਤਾਂ ਕੋਈ ਕਿਸੇ ਦੇਵਤੇ ਨੇ ਕਿਹਾ ਆ ਕੇ ਹਾਂਜੀ ਵੀ ਮਹਾਨ ਬੰਦਾ ਆ ਕੇ ਕਹੇ ਹਾਂਜੀ ਹੁਣ ਢੱਡ ਨੇ ਧੁੰਦਾ ਜੀ ਨੂੰ ਕਹੇ ਵੀ ਤੁਹਾਤੋਂ ਮਹਾਨ ਕੌਣ ਆ ਜੀ ਇਸ ਵੇਲੇ ਦੱਸੋ ਹਾਂਜੀ ਹਨਾ ਤੇ ਤੁਸੀਂ ਦਿਓ ਬਲੀ ਆਪਣੀ ਉਹਨੂੰ ਕੀ ਕਹਾਂਗੇ ਅਗਲੇ ਦੀ ਚਾਲਿਆ ਉਹ ਅਸੀਂ ਗੋਬਿੰਦ ਰਾਜ ਤੋਂ ਕਹਾ ਦਿੱਤਾ ਹਾਂਜੀ ਅਸੀਂ ਵੀ ਕਿੱਥੇ ਕਹਾਇਆ ਲਿਖਣੇ ਵਾਲੇ ਤਾਂ ਸੰਤੋਖ ਸਿੰਘ ਵਰਗੇ ਆ ਉਹਨਾਂ ਨੇ ਸਾਡੇ ਤੇ ਤਾਂ ਪਹੁੰਚਾ ਇੱਦਾਂ ਅਸੀਂ ਤਾਂ ਸੁਣਨਾ ਹੀ ਨੀ ਚਾਹੁੰਦੇ ਕੁਛ ਵੀ ਯਾਰ ਹਾਂਜੀ ਹਨਾ ਅਸੀਂ ਤਾਂ ਦੇਹ ਗੁਰੂ ਨੂੰ ਫੜ ਕੇ ਬਹਿ ਗਏ ਤਾਂ ਜੱਫੀ ਪਾ ਕੇ ਬਹਿ ਗਏ ਤਾਂ ਹੀ ਤਾਂ ਪੰਜਾਬ ਦੇ ਵਿੱਚ ਡੇਰਾਵਾਦ ਜੇ ਅਸੀਂ ਸ਼ਬਦ ਗੁਰੂ ਦਾ ਸਨਾਤ ਸਮਝ ਲਿਆ ਹੁੰਦਾ ਤੇ ਪੰਜਾਬ ਵਿੱਚ ਡੇਰਾਵਾਦ ਆ ਹੀ ਨਹੀਂ ਸੀ ਸਕਦਾ ਕਦੇ ਵੀ ਨਹੀਂ ਆ ਸਕਦਾ ਸੀ ਬਿਲਕੁਲ ਕਿਉਂਕਿ ਸਾਡੇ ਨਾਲ ਤਾਂ ਉਹ ਚੰਗੇ ਆ ਨਾ ਅਸੀਂ ਫਸ ਗਏ ਸਾਡੇ ਨਾਲ ਤਾਂ ਹਿੰਦੂ ਚੰਗੇ ਰਹਿ ਗਏ ਪਤਾ ਕਿਉਂ ਉਹਨਾਂ ਨੇ ਮੂਰਤੀ ਨੂੰ ਰੱਬ ਮੰਨ ਲਿਆ ਹਾਂਜੀ ਹੁਣ ਮੂਰਤੀ ਸਾਹਮਣੇ ਪਈ ਸੀ ਉਹ ਚ ਭੁਲੇਖਾ ਨੀ ਕੋਈ ਵਿਆਸਤੀ ਗਣੇਸ਼ ਦੀ ਮੂਰਤੀ ਪਈ ਆ ਨਾ ਉਹਦੇ ਬਰਾਬਰ ਕਿਸੇ ਹੋਰ ਮੂਰਤੀ ਨੂੰ ਰੱਖ ਕੇ ਦਿਖਾ ਲਓ ਕਦੇ ਵੀ ਨਹੀਂ ਹੋ ਸਕਦਾ ਹਾਂਜੀ ਲਾ ਲਓ ਜਿੰਨਾ ਮਰਜ਼ੀ ਜ਼ੋਰ ਲਾਉਣਾ ਬਿਲਕੁਲ ਠੀਕ ਆ ਉਹ ਇਸ ਗੱਲੋਂ ਚੰਗੇ ਰਹਿ ਗਏ ਹਾਂਜੀ ਠੀਕ ਆ ਪਰ ਸਾਨੂੰ ਭੁਲੇਖਾ ਪਾਤਾ ਅਸੀਂ ਫਸ ਗਏ ਅਸੀਂ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਕਰ ਲਿਆ ਦਿਮਾਗ ਚੋਂ ਦੇਹ ਨਹੀਂ ਨਿਕਲ ਰਹੀ ਸਾਡੇ ਜੀ ਜੀ ਬਿਲਕੁਲ ਉੱਥੇ ਚੱਕਰ ਪਿਆ ਸਾਡੇ ਨਾਲ ਸਰੋਤੇ ਆ ਜੀ ਹਾਂਜੀ ਸਵਾਗਤ ਹੈ ਜੀ ਤੁਹਾਡਾ ਹਾਂਜੀ ਖਾਲਸਾ ਜੀ ਫਤਿਹ ਜੀ ਗੁਰੂ ਫਤਿਹ ਜੀ ਤੁਸੀਂ ਆਉਣੇ ਰਿਹਾ ਜੀ ਤੇ ਸਰੋਤੇ ਸੁਣ ਰਹੇ ਨਾਲ ਇੱਕ ਚੀਜ਼ ਹੈਗੀ ਆ ਵੀ ਰਿਕਾਰਡ ਹੋ ਰਿਹਾ ਤੁਹਾਡਾ ਸਾਰਾ ਕੁਛ ਧੰਨਵਾਦ ਜੀ ਹਾਂ ਇਹ ਸੁਣਨਾ ਦੁਬਾਰਾ ਚੱਲਣਾ ਆਇਆ ਫਿਰ ਨਾ ਕਹੋ ਤੁਸੀਂ ਨਹੀਂ ਮੈਂ ਤਾਂ ਇੱਕੋ ਹੀ ਗੱਲ ਐਡ ਕਰਨੀ ਆ ਮੈਂ ਸੁਣੀ ਵਖਣ ਵਾਲਾ ਸ਼ਾਇਰ ਪਤਨੀ ਮਿੱਤੋਂ ਮੈਂ ਕੰਮ ਵੀ ਕਰੀ ਉਹਨਾਂ ਨਾਲ ਸ਼ਾਇਰ ਸੁਣਨ ਜੇ ਵਿਸਮਾ ਹੋ ਗਿਆ ਹੋਵੇ ਹਾਂਜੀ ਤੇ ਇੱਕ ਗੱਲ ਜਿਹੜੀ ਆ ਜ਼ਰੂਰ ਸਾਨੂੰ ਨਾਲ ਧਿਆਨ ਰੱਖਣੀ ਪੈਣੀ ਆ ਇਸ ਸਿਨਾਰੀਓ ਦੇ ਵਿੱਚ ਜਿਹੜਾ ਤੁਸੀਂ ਦੱਸ ਰਹੇ ਹੋ ਨਾ ਗੁਰੂ ਸਾਹਿਬ ਵਾਲਾ ਹਾਂਜੀ ਉਹ ਇਹ ਆ ਕਿ ਜੇ ਕੋਈ ਫੈਸਲਾ ਲਿੱਤਾ ਫੈਸਲਾ ਲੈਣਾ ਸਭ ਤੋਂ ਵੱਡੀ ਗੱਲ ਆ ਤੁਸੀਂ ਦੱਸਦਾ ਹੈ ਨਾ ਹਾਂਜੀ ਜੇ ਫੈਸਲਾ ਫਿਊਚਰ ਚ ਠੀਕ ਨਹੀਂ ਨਿਕਲਿਆ ਤਾਂ ਗੁਰੂ ਸਾਹਿਬ ਨੇ ਉਸ ਫੈਸਲੇ ਨੂੰ ਖੜੇ ਖੜੇ ਨਹੀਂ ਰਹੇ ਕਿ ਹੁਣ ਤਾਂ ਮੈਂ ਲੈ ਲਿਆ ਸੀਗਾ ਜਾਂ ਹੁਣ ਮੈਂ ਇੱਦਾਂ ਹੁਣ ਮੈਂ ਪਿੱਛੇ ਹੱਟਦਾ ਆ ਜੇ ਪ੍ਰਿਥੀ ਚੰਦ ਨੂੰ ਛੱਡ ਕੇ ਹੁਣ ਜੇ ਮੈਂ ਉਹਨੂੰ ਆਪਣੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਗੁਰਗੱਦੀ ਦਿੰਦਾ ਤਾਂ ਅਗਲੇ ਲੋਕੀ ਕੀ ਕਹਿਣਗੇ ਪਹਿਲਾਂ ਨੀ ਪਤਾ ਸੀਗਾ ਗੁਰੂ ਕਹਾਈ ਜਾਂਦੇ ਆਪਣੇ ਆਪ ਨੂੰ ਉਸ ਚੀਜ਼ ਦੀ ਪਰਵਾਹ ਨੀ ਕੀਤੀ ਗੁਰੂ ਸਾਹਿਬ ਨੇ ਉਹ ਤਾਂ ਡਰ ਚ ਨੀ ਨਾ ਹੋਇਆ ਸਾਡੇ ਹੋ ਸਕਦਾ ਗੁਰੂ ਪਾਤਸ਼ਾਹ ਨੇ ਪਬਲਿਕਲੀ ਕਿਹਾ ਹੋਵੇ ਗੱਲ ਭਾਈ ਉਹ ਫੈਸਲਾ ਗਲਤ ਲੈ ਹੋ ਗਿਆ ਮੇਰੇ ਤੋਂ ਉਹਦੇ ਕਾਰ ਵਿਹਾਰ ਨੂੰ ਦੇਖਦੇ ਹੋਏ ਉੱਥੇ ਉਸ ਤਾਂ ਹੀ ਕਰਕੇ ਤਾਂ ਗੁਰੂ ਪਾਤਸ਼ਾਹ ਨੇ ਆਪਣੇ ਫੈਸਲੇ ਚੇਂਜ ਕਰ ਲਏ ਆਪਣੇ ਇਹ ਕਿਉਂਕਿ ਇਹਨਾਂ ਪ੍ਰਚਾਰਕਾਂ ਦੇ ਚੇਲਿਆਂ ਦੇ ਕਾਹਤੇ ਨੀ ਬਚਦੀ ਗੱਲ
ਹੁਣ ਇਹ ਗੁਰਬਖਸ਼ ਸਿੰਘ ਕੋਲੇ ਜਾ ਆਏ। ਚਲੋ ਇਹਨਾਂ ਦੀ ਗੱਲ ਮੰਨ ਲਈਏ ਵੀ ਭਾਈ ਗੁਰਬਖਸ਼ ਸਿੰਘ ਦਾ ਕੀ ਪਤਾ ਸੀ, ਵੈਸੇ ਸਭ ਨੂੰ ਪਤਾ ਸੀਗਾ, ਚਲੋ ਇਹਨਾਂ ਦੀ ਬੁੱਧੀ ਦਾ ਵੀ ਮੰਨ ਲਈਏ ਵੀ ਗੁਰਬਖਸ਼ ਸਿੰਘ ਦਾ ਪਤਾ ਨਹੀਂ ਸੀਗਾ ਵੀ ਬਾਅਦ ਚ ਸਿਰੇ ਚੜੂ ਕਿ ਨਾ ਚੜੂ, ਇਹੀ ਕਹਿੰਦੇ ਆ ਬੰਦੇ। ਜਿਹਨੂੰ ਅਸੀਂ ਹੈ ਤਾਂ ਬਹੁਤ ਕੁਛ ਆ ਜਿਹੜਾ ਕਹਿਣੇ ਵਾਲਾ, ਪਰ ਉਹ ਇਕੱਠਾ ਨੀ ਕਿਹਾ ਜਾਣਾ ਜਾਣੀ। ਅਜੇ ਮੈਨੂੰ ਏਦਾਂ ਲੱਗਦਾ ਵੀ ਇਹਦਾ ਖਲਾਰਾ ਪਾਈਏ ਥੋੜਾ ਥੋੜਾ ਕਰਕੇ, ਇੱਕ ਇੱਕ ਗੱਲ ਦਾ ਰੌਲਾ ਪੈ ਜਾਏ ਜਿੰਨਾ ਪੈਂਦਾ ਆ ਹਨਾ, ਮੰਨ ਲਓ ਪੰਜ ਸੱਤ ਦਸ ਸਾਲ ਏਦਾਂ, ਫਿਰ ਉਹਨੂੰ ਇਕੱਠਾ ਕਰਾਂਗੇ ਆਪਾਂ। ਜਿੱਦਾਂ ਹੁਣ ਆਹ ਜਿਹੜੀ ਗੱਲ ਆਪਾਂ ਕਰਦੇ ਸੀ ਨਾ ਵੀ ਸਾਡੇ ਸਾਡੇ ਅੰਦਰੋਂ ਦੇਹ ਨੀ ਨਿਕਲ ਰਹੀ, ਦਿਮਾਗ ਦੇ ਵਿੱਚ ਦੇਹ ਆ, ਦਿਖਾਲਣ ਲਈ ਅਸੀਂ ਗੁਰੂ ਗ੍ਰੰਥ ਸਾਹਿਬ ਰੱਖਿਆ ਆ ਹਨਾ, ਤੇ ਮੂੰਹੋਂ ਅਸੀਂ ਸ਼ਬਦ ਗੁਰੂ ਕਹੀ ਜਾਂਦੇ ਹਾਂ। ਨਹੀਂ ਜੀ, ਜੇ ਤਾਂ ਸ਼ਬਦ ਗੁਰੂ ਜੋ ਜਿਹੜੇ ਗੱਲ ਕਰਦੇ ਆ ਨਾ, ਖਾਸ ਤੌਰ ਤੇ ਪੰਥ ਪ੍ਰੀਤ ਦੇ ਜਿੰਨੇ ਵੀ ਜਾਣਨ ਵਾਲੇ ਆ, ਇਹ ਮੈਂ ਤੁਹਾਨੂੰ ਮੈਂ ਦੱਸਾਂ, ਇਹ ਘਟਨਾ ਸਾਡੇ ਇਲਾਕੇ ਦੀ ਰੀਅਲ ਘਟਨਾ ਹੈ। ਮੈਂ ਏਦਾਂ ਨੀ ਕਹਿ ਰਿਹਾ, ਜਿਹੜੇ ਬਿਲਕੁਲ ਮੰਨੇ ਪਰ ਮੰਨੇ ਬੰਦੇ ਨਾ, ਉਹਨਾਂ ਦੇ ਜਿਹੜੀ ਕਰੀਮ ਹੈ ਜਿਹੜੀ, ਉਹ ਜਦੋਂ ਪੰਥ ਪ੍ਰੀਤ ਦੀਵਾਨ ਲਾਉਣ ਚਲਾ ਜਾਂਦਾ ਹੈ, ਸਵੇਰੇ ਦਾ ਰਾਤ ਨੂੰ ਸਟੇ ਉੱਥੇ ਕਰਦਾ ਲੋਕਲ ਜਿੱਥੇ ਅਸੀਂ ਜਿੱਦਾਂ ਰਹਿੰਦੇ ਹਾਂ, ਜਿਵੇਂ ਜਦੋਂ ਸਵੇਰੇ ਦੀਵਾਨ ਲਾਉਣ ਚਲੇ ਜਾਣਾ ਨਹਾ ਕੇ ਉਹਨੇ, ਤਾਂ ਉਹ ਜਿਹੜੇ ਮਗਰਲੀ ਕਰੀਮ ਹੈ ਨਾ ਜਿਹੜੀ, ਉਹਨਾਂ ਨੇ ਦੇਖ ਲੈਣਾ ਪੰਥ ਪ੍ਰੀਤ ਚਲਾ ਗਿਆ, ਉਹਨੂੰ ਕਛਹਿਰਾ ਉਹਦਾ ਜਿਹੜਾ ਹੈਗਾ ਉਹਨੂੰ ਨਿਚੋੜ ਕੇ ਉਹਨੂੰ ਉਹ ਪਾਟੀਆਂ ਚ ਪਾ ਲੈਣਾ ਏਦਾਂ ਕਰਕੇ, ਤੇ ਮੁੜ ਕੇ ਪੀਣਾ। ਉਹਨਾਂ ਨੂੰ ਏਦਾਂ ਭਰਮ ਹੋ ਗਿਆ ਸੀ ਵੀ ਜਿਹੜੇ ਬੰਦੇ ਨੂੰ ਇੰਨਾ ਗਿਆਨ ਹੈ ਨਾ, ਉਹ ਬੰਦੇ ਦਾ ਜੇ ਅਸੀਂ ਏਦਾਂ ਕੁਛ ਕਰ ਲਈਏ, ਏਦਾਂ ਕਛਹਿਰਾ ਨਿਚੋੜ ਕੇ ਪੀ ਲਈਏ, ਸ਼ਾਇਦ ਸਾਨੂੰ ਵੀ ਹੋ ਜਾਊ ਉਹਦੇ ਨਾਲ ਕਿਤੇ। ਹੁਣ ਜੇ ਕੋਈ ਬੰਦਾ ਕਵੇ ਵੀ ਪੰਥ ਪ੍ਰੀਤ ਦੀ ਕੋਈ ਗਲਤੀ ਇਹਦੇ ਵਿੱਚ, ਪੂਰੀ ਪੰਥ ਪ੍ਰੀਤ ਦੀ ਗਲਤੀ ਹੈ ਜੀ, ਜੇ ਉਹ ਇੰਨੇ ਸਾਲਾਂ ਦੇ ਵਿੱਚ ਆਪਣੀ ਕਰੀਮ ਨੂੰ ਇਹ ਸਮਝਾਉਣ ਦੇ ਵਿੱਚ ਵੀ ਸਮਰੱਥ ਨਹੀਂ ਹੋ ਸਕਿਆ ਗਾ ਵੀ ਭਾਈ ਮੇਰੇ ਨਾਲ ਜੁੜਨ ਦਾ ਨੀ ਕੋਈ ਫਾਇਦਾ, ਮੈਂ ਤਾਂ ਕੱਖ ਵੀ ਨੀ ਗਾ, ਮੇਰੇ ਤੋਂ ਦਿਨ ਚ 50 ਗਲਤੀਆਂ ਹੋ ਜਾਂਦੀਆਂ ਮੇਰੇ ਤੋਂ ਤਾਂ। ਜਦੋਂ ਸਾਬਤ ਏਦਾਂ ਕਰਦੇ ਆ ਵੀ ਮੈਂ ਤਾਂ ਜਿੱਦੀ ਮੈਨੂੰ ਬਾਣੀ ਸਮਝ ਆ ਗਈ ਨਾ, ਉਹਦੇ ਬੰਦਿਆਂ ਦੇ ਵਿੱਚ ਇਹ ਪਤਾ ਨੀ ਕਿੱਥੋਂ ਜਿਹੜੀ ਗੱਲ ਹੈਗੀ, ਅਸੀਂ ਵਿੱਚੋਂ ਆਏ ਹਾਂ ਉਹਨਾਂ ਦੇ, ਇਹ ਗੱਲ ਜਿਹੜੀ ਹੈਗੀ ਸਾਰਿਆਂ ਦੇ ਵਿੱਚ ਘੁੰਮੀ ਪਈ ਹੈ ਵੀ ਪੰਥ ਪ੍ਰੀਤ ਨੂੰ 1430 ਪੰਨੇ ਗੁਰੂ ਗ੍ਰੰਥ ਸਾਹਿਬ ਦੇ ਮੂੰਹ ਚਬਾਨੀ ਯਾਦ ਹੈ। ਠੀਕ ਹੈ, ਉਹ ਕਹਿੰਦੇ ਇੱਕ ਚੌਂਕੜੇ ਦੇ ਵਿੱਚ ਸਾਰਾ ਖੰਡ ਪਾਠ ਕਰ ਦਿੰਦਾ ਉਹ ਬਿਨਾਂ ਦੇਖੇ, ਹੈਗਾ ਝੂਠ ਆ ਇਹ ਉਦਾਂ ਸਰੇਆਮ ਝੂਠ ਹੈ, ਤਾਂ ਇਹਦੇ ਚ ਥੋੜੀ ਕੋਈ ਦੌਰ ਆਏ ਹੈ, ਇਸ ਤਰ੍ਹਾਂ ਦੁਨੀਆਂ ਤੇ ਨੀ ਕੋਈ ਬੰਦਾ ਹੋਣਾ ਹੈਗਾ, ਮਤਲਬ ਕੋਈ ਮਿਥ ਕੇ ਵੀ ਕਰਨਾ ਚਾਹੇ ਨਾ ਤਾਂ ਮਿਥ ਕੇ ਵੀ ਨੀ ਕਰ ਸਕਦਾ ਏਦਾਂ ਜੇ ਕੋਈ ਬੰਦਾ ਕਹੇ। ਪਰ ਹੁਣ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਕੀ ਕਾਰਨ ਹੈ, ਹੁਣ ਪੰਥ ਪ੍ਰੀਤ ਦੀਆਂ ਗੱਲਾਂ ਨਾਲੋਂ ਪੰਥ ਪ੍ਰੀਤ ਸ਼ਖਸੀਅਤ ਨੂੰ ਕਾਹਦੇ ਭਾਰਿਆ ਜਾ ਰਿਹਾ ਜਾਵੇ, ਉਹੀ ਕਾਰਨ ਹੈ ਵੀ ਦੇਹ ਨਾਲ ਜੁੜਨ ਦੀ ਸਾਡੀ ਜਿਹੜੀ ਪੁਰਾਣੀ ਬਿਮਾਰੀ ਹੈ ਸਾਡੇ ਵਿੱਚ ਲੱਗੀ ਹੋਈ ਜਿਹੜੀ ਹੈ, ਪੰਥ ਪ੍ਰੀਤ ਹਾਂ ਦੁਨੀਆਂ ਤੇ ਜਿਉਂਦਾ ਜਾਗਦਾ ਬੈਠਾ ਨਾ, ਉਹਦੀ ਤਾਂ ਬਹੁਤ ਸਾਰੀ ਚੀਜ਼ਾਂ ਦੇ ਉੱਤੇ ਜਿਹੜੀ ਪ੍ਰਮਾਣਿਕਤਾ ਲਿੱਤੀ ਜਾ ਸਕਦੀ, ਜਾਂਚੀ ਜਾ ਸਕਦੀ ਹੈ, ਉੱਥੇ ਨੀ ਜਿਹੜੇ ਬੰਦੇ ਏਦਾਂ ਮਤਲਬ ਤਾਬੇ ਆ ਰਹੇ ਗੇ, ਤੁਸੀਂ ਦੱਸੋ ਗੁਰੂ ਪਾਤਸ਼ਾਹ ਦੀ ਇੰਨੀਆਂ ਪੁਰਾਣੀਆਂ ਗੱਲਾਂ ਨੂੰ ਉਹ ਬੰਦਾ ਨੇ ਕਿੱਥੇ ਸਮਝ ਆਉਣੀ ਹੈ, ਜਿਹੜੇ ਮਗਰ ਕੁਲਵਿੰਦਰ ਬਠਿੰਡਾ ਦੂਜੇ ਤੀਜੇ ਜਿਹੜੇ ਬੰਦੇ ਏਦਾਂ ਕਛਹਿਰੇ ਨਿਚੋੜ ਨਿਚੋੜ ਕੇ ਪ੍ਰਚਾਰਕ ਬਣੇ ਆ ਜਿਹੜੇ, ਇਹਨਾਂ ਨੂੰ ਕਿੱਥੇ ਸਮਝ ਆਉਣੀ ਹੈ ਇਹਨਾਂ ਗੱਲਾਂ ਬਾਰੇ। ਹਾਂ ਉਹਨਾਂ ਨੇ ਹੈ, ਉਹ ਯਾਦਵਿੰਦਰ ਨੇ ਵੀ ਸਹੀ ਗੱਲ ਕੀਤੀ ਆ, ਉਹ ਕਹਿੰਦਾ ਗੁੱਸਾ ਤਾਂ ਇਹਨਾਂ ਨੂੰ ਇਹ ਆ ਨਾ, ਦੇਹ ਵਾਲਾ ਆਪਣਾ ਜਿਹੜਾ ਜਿੱਥੇ ਦੇਹ ਨਾਲ ਜੁੜਿਓ ਆ, ਗੁੱਸਾ ਇਹਨਾਂ ਨੂੰ ਇਹ ਆ, ਕੱਢ ਉਹ ਗੁਰੂ ਸਾਹਿਬ ਦੇ ਬਹਾਨੇ ਨਾ ਹੁਣ ਰਹੇ ਆ, ਉਹ ਪੰਥ ਪ੍ਰੀਤ ਨੂੰ ਗੁਰੂ ਨਾਲ ਘੱਟ ਨੀ ਮੰਨਦੇ ਗੇ ਉਹ, ਬਸ ਸਹੀ ਗੱਲ ਹੈ, ਬਸ ਕਹਿ ਨੀ ਰਹੇ ਗੇ, ਬਸ ਉਹ ਹੁਣ ਕਹਿਣ ਦੇ ਨਾਲ ਉਹਨਾਂ ਨੂੰ ਪਤਾ ਵੀ ਕਹਿਣਾ ਫੇਵਰ ਚ ਨੀ ਜਾਊਗਾ ਸਾਡੇ। ਨਹੀਂ ਜੀ, ਪੰਥ ਪ੍ਰੀਤ ਸਿੰਘ ਨੂੰ ਜੇ ਨਾ ਹੁਣ ਦੇਖੀਏ ਜਿੱਥੇ ਅੱਜ ਦੀ ਗੱਲ ਆ, ਮੈਂ ਕਹਿੰਦਾ ਉਹ ਤੋਂ ਵੱਡਾ ਬੁੱਝੜ ਕੋਈ ਨੀ ਹੋਣਾ। ਮੈਂ ਦੱਸ ਦਿੰਦਾ ਵੀ ਜਿੱਦਾਂ ਉਹ ਸਿਰਫ ਜਿਹੜੀਆਂ ਗੱਲਾਂ ਨਾ ਨਕਲ ਮਾਰੀਓ ਆ, ਨਾ ਉਹਨੂੰ ਕੋਈ ਨਾ ਉਹ ਅੱਗੇ ਵਧਣਾ ਚਾਹੁੰਦਾ, ਮੈਂ ਇਹ ਵੀ ਦੱਸ ਦਿੰਦਾ ਆ, ਉਹ ਇਹ ਬੰਦਿਆਂ ਨੇ ਇਹ ਬੰਦੇ ਆ, ਕਈ ਸਰੋਤੇ ਨਾ ਸਾਨੂੰ ਪੁੱਛਦੇ ਆ ਵੀ ਮਸਲਾ ਤਾਂ ਟਕਸਾਲ ਨਾਲ ਆ, ਡੇਰੇਦਾਰਾਂ ਨਾਲ, ਜਥੇਦਾਰਾਂ ਨਾਲ, ਵੀ ਇਹਨਾਂ ਪ੍ਰਚਾਰਕਾਂ ਨਾਲ ਕੀ ਗੱਲ ਹੋਈ ਆ। ਉਹ ਮੈਨੂੰ ਲੱਗੀ ਜਾ ਰਿਹਾ, ਪਤਾ ਨੀ, ਚਲੋ ਗੱਲ ਤਾਂ ਸਹਿ ਸਵਾਏ ਹੋਈ ਸੀ ਵੀ ਦਸੰਬਰ ਤੱਕ ਕੋਈ ਪ੍ਰੋਗਰਾਮ ਦੇਣ ਇਹ, ਪਰ ਮੈਨੂੰ ਲੱਗਦਾ ਵੀ ਸਭ ਤੋਂ ਵੱਡੀ ਇਸ ਗੱਲ ਨੇ ਸਾਬਤ ਕਰ ਦਿੱਤਾ, ਟਕਸਾਲ ਤੋਂ ਮੂਹਰੇ ਹੋ ਕੇ ਇਹਨਾਂ ਨੇ ਚੀਕਾਂ ਮਾਰੀਆਂ, ਜਿੱਦਣ ਕੋ ਗੱਲ ਕਰਨੀ ਆ ਇਹਨੇ ਰੌਲਾ ਜ਼ਿਆਦਾ ਹੀ ਪਾਉਣਾ, ਕਿਉਂਕਿ ਗਿਆਨੀ ਬੰਦੇ ਆ। ਹੁਣ ਸਾਡੇ ਲਈ ਮੁਸ਼ਕਿਲ ਇਹ ਬਣਨੀ ਆ, ਆਮ ਲੋਕਾਂ ਨੇ ਕਹਿਣਾ ਵੀ ਭਾਈ ਟਕਸਾਲੀ ਕਹਿਣ, ਫੇਰ ਤਾਂ ਅਸੀਂ ਕਹੀਏ ਵੀ ਪਸ਼ੂ ਆ ਉਹ, ਇਹ ਤਾਂ ਪੰਥਪ੍ਰੀਤ ਸਿੰਘ ਹੁਣੀ ਕਹਿੰਦੇ ਆ, ਇਹ ਥੋੜੀ ਗੱਲ ਤਾਂ ਹੋ ਸਕਦੇ ਆ। ਬਿਲਕੁਲ, ਹੁਣ ਜਿਸ ਕਰਕੇ ਸਾਨੂੰ ਇਹ ਕਮੀਣੇ ਕੁੱਤੇ ਸ਼ਬਦ ਇਹਨਾਂ ਲਈ ਵਰਤਣਾ ਪਿਆ ਵੀ ਭਾਈ ਹੁਣ ਤੋਂ ਇਹਨਾਂ ਨੂੰ ਇਹਨਾਂ ਬਾਰੇ ਸੁਣਨਾ ਸਿੱਖ ਲਓ, ਸ਼ੁਰੂ ਕਰ ਲਓ। ਹਾਂਜੀ ਹਾਂ, ਇੱਦਾਂ ਦੇ ਆ, ਇਹ ਨੀ ਅਜੇ ਹੋਰ ਆਪਣਾ ਕੁੱਤ ਪੁਣਾ ਦਿਖਾਉਣਾ ਆ। ਬਿਲਕੁਲ ਬਿਲਕੁਲ ਬਿਲਕੁਲ, ਨਹੀਂ ਜੀ ਏਦਾਂ ਹੀ ਹੈ, ਬਿਲਕੁਲ ਦੇਹ ਦੇ ਪੁਜਾਰੀ ਬਣੇ ਹੋਏ ਆ। ਚਲੋ ਜੀ, ਕਰ ਲੋ ਕੰਟੀਨਿਊ, ਥੈਂਕ ਯੂ ਜੀ, ਓਕੇ।
ਭਈ ਉਹ ਬੜਾ ਬੜਾ ਜ਼ਰੂਰੀ ਆ ਜੀ, ਜੇ ਅਸੀਂ ਨਾ ਇਹਨੂੰ ਇਸ ਤਰੀਕੇ ਨਾਲ ਪਰਖਿਆ ਨਾ ਦੇਖਿਆ ਨਾ ਇਹਦੇ ਉੱਤੇ ਵਿਚਾਰ ਕੀਤੀ ਤੇ ਸਾਡਾ ਆਉਣੇ ਵਾਲਾ ਜਿਹੜਾ ਸਮਾਂ ਆ ਉਹ ਬੜਾ ਖਤਰਨਾਕ ਹੋਣਾ। ਬਿਲਕੁਲ, ਜਿੰਨੀ ਕਿਸੇ ਨੇ ਵਿਚਾਰ ਕਰਨੀ ਆ ਸਾਡੇ ਨਾਲ ਇਹਦੇ ਬਾਰੇ ਉਹ ਕਰ ਸਕਦਾ, ਸਾਨੂੰ ਕੋਈ ਨੀ ਉਹਦੇ ਨਾਲ, ਅਸੀਂ ਹਮੇਸ਼ਾ ਤਿਆਰ ਹਾਂ ਜੀ। ਠੀਕ ਆ ਭਈ, ਉੱਧਰ ਭਾਈ ਸਾਹਿਬ ਹੋਰਾਂ ਦਾ ਪ੍ਰੋਗਰਾਮ ਚੱਲ ਰਿਹਾ ਹੈ ਜੀ। ਪਹਿਲਾਂ ਵੀਰ ਦਾ ਮੈਸੇਜ ਆਇਆ ਸੀਗਾ ਵੀ ਚੱਲਦੇ ਪ੍ਰੋਗਰਾਮ ਚ ਉਹ ਜੈਕਾਰੇ ਛੱਡ ਛੱਡ ਕੇ ਤੇ ਖਲਲ ਪਾਉਣ ਦੀ ਕੋਸ਼ਿਸ਼ ਕਰ ਰਹੇ ਆ, ਖਾਲੀ ਵਿੱਚ ਬੈਠੇ ਹੋਣੇ ਆ ਤਾਂ, ਪਰ ਪ੍ਰੋਗਰਾਮ ਚੱਲ ਰਿਹਾ ਆ। ਦੇਖੋ ਇਹ ਗੱਲਾਂ ਜਿਹੜੀਆਂ ਆ ਵਾਰ ਵਾਰ ਉੱਥੇ ਮੁੜ ਕੇ ਲੈ ਕੇ ਆਉਂਦੀਆਂ ਸਾਨੂੰ, ਵੀ ਸਾਡੇ ਲਈ ਸੰਸਥਾਵਾਂ ਜਿਹੜੀਆਂ ਆਪਣੀਆਂ ਆ ਉਹ ਬੜੀਆਂ ਜ਼ਰੂਰੀ ਆ। ਆਪਾਂ ਸੁਣਦੇ ਹਾਂ ਵਿਆਹ ਹੋ ਜਾਊਗਾ ਹਨਾ, ਪਰ ਤੇਰੇ ਘਰ ਚ ਸ਼ਹੀਦੀਆਂ ਬਹੁਤ ਹੋਣੀਆਂ ਫਿਰ ਵੀ ਏਦਾਂ, ਫਿਰ ਉਹ ਫਿਰ ਉਹ ਜਿਹੜੀ ਹੁਣ ਹੁਣ ਉੱਥੋਂ ਰਿਸ਼ਤਾ ਉੱਥੋਂ ਹੀ ਜੁੜਤਾ ਨਾ, ਵੀ ਜਿਹੜੇ ਜਿਹੜੀ ਮਾਤਾ ਭਾਨੀ ਉਹਨਾਂ ਦਾ ਪੁੱਤਰ ਆ ਹਾਂਜੀ ਹਨਾ, ਗੁਰੂ ਅਰਜਨ ਹਾਂਜੀ ਹਾਂਜੀ, ਉਹਨਾਂ ਦਾ ਪੁੱਤਰ ਆ ਹਰਗੋਬਿੰਦ ਹਾਂਜੀ, ਉਹਨਾਂ ਦਾ ਪੁੱਤਰ ਆ ਗੁਰੂ ਤੇਗ ਬਹਾਦਰ ਹਾਂਜੀ, ਉਹਨਾਂ ਦਾ ਪੁੱਤਰ ਗੁਰੂ ਗੋਬਿੰਦ ਸਿੰਘ ਹਾਂਜੀ, ਉਹਨਾਂ ਦੇ ਗਾਹਾਂ ਸਾਹਿਬਜ਼ਾਦੇ ਹਾਂਜੀ ਹਨਾ, ਉਹ ਜਿਹੜੀ ਜਿਹੜੀਆਂ ਸ਼ਹੀਦੀਆਂ ਸਾਰੀਆਂ ਆ ਹਾਂਜੀ, ਉਹ ਮਾਤਾ ਭਾਨੀ ਤੋਂ ਜੁੜਦੀਆਂ। ਠੀਕ, ਇਹ ਵੀ ਕਹਾਣੀ ਜਿਹੜੀ ਆ ਇਹ ਸੰਤੋਖ ਸਿੰਘ ਨੇ ਹੀ ਲਿਖੀ ਉਹ ਆ ਹਾਂਜੀ। ਠੀਕ ਆ ਜੀ, ਬੜੇ ਬੜੇ ਤਰੀਕੇ ਨਾਲ। ਹਾਂਜੀ, ਸਾਡੇ ਨਾਲ ਇੱਕ ਹੋਰ ਸਰੋਤੇ ਆ, ਸਵਾਗਤ ਹੈ ਜੀ ਤੁਹਾਡਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰੂ ਫਤਿਹ ਜੀ, ਗੁਰੂ ਫਤਿਹ ਜੀ, ਸਵਾਗਤ ਹੈ ਜੀ ਤੁਹਾਡਾ। ਕਿੱਦਾਂ, ਠੀਕ ਹੈ ਜੀ, ਆਵਾਜ਼ ਆਉਂਦੀ ਜੀ ਸਾਫ਼? ਹਾਂਜੀ, ਬਹੁਤ ਵਧੀਆ ਜੀ, ਬਹੁਤ ਵਧੀਆ ਜੀ। ਸਰੋਤੇ ਵੀ, ਅਸੀਂ ਵੀ ਸੁਣਦੇ ਹਾਂ ਤੇ ਸਰੋਤੇ ਵੀ ਸੁਣ ਰਹੇ ਤੁਹਾਨੂੰ। ਠੀਕ ਹੈ ਜੀ, ਬਲਜਿੰਦਰ ਸਿੰਘ ਦੀ ਗੱਲ ਚੱਲਦੀ ਸੀ, ਮੈਂ ਸੁਣਦਾ ਸੀ। ਹਾਂਜੀ, ਕਲੀਅਰ ਆ, ਵੈਸੇ ਤਾਂ ਗੱਲ ਤਾਂ ਹੈਗੀ ਬੜੀ ਕਲੀਅਰ, ਪਰ ਕਲੀਅਰ ਉਹਨਾਂ ਬੰਦਿਆਂ ਲਈ ਨੀ ਹੈਗੀ ਜਿਹੜੇ ਮਤਲਬ ਜ਼ਿੰਮੇਵਾਰੀ ਤੋਂ ਭਗੌੜੇ ਆ, ਉਹਨਾਂ ਲਈ ਬਹੁਤ ਔਖਾ ਹੋਇਆ ਪਿਆ ਇਸ ਗੱਲ ਦੇ ਨਾਲ, ਕਿਉਂਕਿ ਜਿਹੜਾ ਗਿਆਨ ਆ ਹਨਾ ਉਹ ਜ਼ਿੰਮੇਵਾਰੀ ਪਾਉਂਦਾ ਮੋਢਿਆਂ ਦੇ ਉੱਤੇ, ਜਿਹੜਾ ਜਿਹੜੀ ਦੂਜੀ ਵਿਚਾਰਧਾਰਾ ਆ ਜਿਹੜੀ ਦੇਹ ਵਾਲੀ ਆ ਹਨਾ, ਤੇ ਜਿਹੜੀ ਪ੍ਰਚਲਿਤ ਧਰਮਾਂ ਵਾਲੀ ਗੁਰੂ ਸਾਹਿਬ ਦੇ ਵੇਲੇ ਵੀ ਸੀਗੀ, ਭਾਵੇਂ ਹਿੰਦੂਆਂ ਨੂੰ ਲੈ ਲਈਏ, ਮੁਸਲਮਾਨਾਂ ਨੂੰ ਲੈ ਲਈਏ, ਜਾਂ ਈਸਾਈਆਂ ਨੂੰ ਲੈ ਲਈਏ, ਉਹ ਤਿੰਨੇ ਹੀ ਇੱਕ ਵਾਅਦਾ ਕਰਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੁਹਾਡਾ ਭਲਾ ਹੋਣਾ ਆ, ਜੇ ਅੱਜ ਤੁਸੀਂ ਮਤਲਬ ਸਾਡੇ ਦੱਸੇ ਮੁਤਾਬਕ ਚੱਲਦੇ ਆ ਕਰਦੇ ਆ। ਠੀਕ ਆ, ਉਹ 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 ਜਿਹੜਾ ਭਲੇ ਦੀ ਗੱਲ ਆ ਉਹ ਖੈਰ ਹੋਣਾ ਤਾਂ ਕਦੇ ਵੀ ਨਹੀਂ, ਪਰ ਮਤਲਬ ਉਹਨਾਂ ਨੂੰ ਇਹ ਆਸ਼ਵਾਸਨ ਦਿੱਤਾ ਜਾਂਦਾ ਵੀ ਤੁਸੀਂ ਅੱਜ ਸਾਡੀ ਪੁਜਾਰੀ ਕਹਿੰਦਾ ਮੇਰੀ ਗੱਲ ਮੰਨ ਲਓ ਤੇ ਆਉਣ ਵਾਲੇ ਸਮੇਂ ਚ ਤੁਹਾਡਾ ਜਿਹੜਾ ਜੀਵਨ ਆ ਉਹ ਸਫਲ ਹੋ ਜਾਊਗਾ ਨਾ। ਨਾਲੇ ਬ੍ਰਾਹਮਣ ਦਾ ਤਾਂ, ਬ੍ਰਾਹਮਣ ਦੀਆਂ ਤਾਂ ਜੜਾਂ ਹੀ ਇਹਦੇ ਵਿੱਚ ਲੱਗੀਆਂ ਆ ਨਾ, ਕੋਈ ਸ਼ੱਕ ਨਹੀਂ। ਉਹਦਾ ਜਿਹੜਾ ਜਾਤ ਪਾਤ ਦਾ ਸਿਸਟਮ ਆ ਉਹ ਇਸੇ ਆਧਾਰ ਤੇ ਖੜਾ ਆ। ਉਹ ਕਹਿੰਦਾ ਵੀ ਪਿਛਲੇ ਜਨਮ ਚ ਪਿਛਲੇ ਟਾਈਮ ਚ ਤੁਹਾਡੇ ਵਡੇਰਿਆਂ ਨੇ ਕੋਈ ਗਲਤੀਆਂ ਕਰ ਦਿੱਤੀਆਂ, ਤੂੰ ਪਿਛਲੇ ਜਨਮ ਦੇ ਵਿੱਚ, ਜਿੱਦਾਂ ਮਰਦਾਨੇ ਬਾਰੇ ਕਹਿੰਦੇ ਆ, ਹਾਂਜੀ ਉਹ ਸੰਤ ਪਿੰਡਰਾਣੇ ਦਾ ਵੀ ਕਲਿੱਪ ਆ ਨਾ, ਵੀ ਬਰੰਡੀ ਪੀ ਲਈ ਉਹਨੇ, ਹਨਾ ਵੀ ਇੱਦਾਂ ਭਗਤ ਰਵਦਾਸ ਬਾਰੇ ਕਹਿੰਦੇ ਆ ਵੀ ਸਿਗਾ ਬਾਹਮਣ ਦੇ ਘਰ ਇਹਨੇ ਇੱਦਾਂ ਬਾਹਮਣ ਨੂੰ ਆਹ ਕਰ ਦਿੱਤਾ, ਇੱਦਾਂ ਉਹਦੇ ਚੌਂਕੇ ਦੇ ਉੱਤੇ ਇੱਦਾਂ ਸਰਾਪ ਦੇ ਦਿੱਤਾ ਬਾਹਮਣ ਨੇ, ਉਹ ਜਾਤ ਪਾਤ ਦਾ ਸਿਸਟਮ। ਉਹ ਕਹਿੰਦਾ ਵੀ ਪਿਛਲੇ ਤੇਰੇ ਜਨਮ ਦੀ ਜਿਹੜੀ ਗਲਤੀ ਆ ਉਹਨੂੰ ਮੈਂ ਠੀਕ ਕਰ ਸਕਦਾ ਜੇ ਤੂੰ ਹੁਣ ਮੇਰਾ ਕਹਿਣਾ ਮੰਨ ਕੇ ਇਸ ਜਨਮ ਦੇ ਵਿੱਚ ਸਾਰੇ ਉਹ ਕੰਮ ਕਰੀ ਜਾਵੇਂ ਵੀ ਨਾ ਤੂੰ ਪੜ੍ਹ, ਨਾ ਤੂੰ ਮੰਦਰ ਜਾ, ਨਾ ਬਾਹਮਣ ਦੇ ਰੋੜਾ ਬਣ। ਜਿਹੜਾ ਬਾਹਮਣ ਕੰਮ ਕਰਨਾ ਜੇ ਉਹ ਤੇਰੀ ਤੀਮੀ ਨੂੰ ਕੁਛ ਕਹਿਣਾ ਚਾਹੁੰਦਾ ਉਹਨੂੰ ਛੇੜੀ ਨਾ, ਉਹਨੂੰ ਟੋਕੀ ਨਾ ਮਾੜਾ, ਵੀ ਫਿਰ ਕੀ ਹੋਊਗਾ, ਫਿਰ ਤੇਰਾ ਅਗਲੇ ਜਨਮ ਦੇ ਵਿੱਚ ਤੇਰਾ ਜਨਮ ਕੱਟ ਕੇ ਤੇਰਾ ਵਧੀਆ ਥਾਂ ਤੇ ਜਨਮ ਹੋ ਜਾਊਗਾ। ਉਹ ਬਾਕੀ ਦੇ ਦੋ ਵੀ ਅਸਲ ਦੇ ਵਿੱਚ ਲਗਭਗ ਉਸੇ ਵਿਚਾਰਧਾਰਾ ਦੇ ਨਾਂ ਦੀ ਹਾਮੀ ਭਰਦੇ ਆ ਨਾ, ਉਹ ਵੀ ਕਹਿੰਦੇ ਆ ਵੀ ਜਦੋਂ ਤੂੰ ਮਰ ਜਾਣਾ ਵੀ ਪਰਮਾਤਮਾ ਨੇ ਤੈਨੂੰ ਠਾਲ ਲੈਣਾ ਕਿਆਮਤ ਵਾਲੇ ਦਿਨ। ਹੁਣ ਇਹ ਗੱਲਾਂ ਮਤਲਬ ਜਦੋਂ ਗਿਆਨ ਗੁਰੂ ਬਣ ਜਾਂਦਾ ਆ ਉਦੋਂ ਇਹ ਗੱਲਾਂ ਦੀ ਤਾਂ ਹੋਂਦ ਹੀ ਖਤਮ ਹੋ ਜਾਂਦੀ ਆ, ਉਦੋਂ ਜ਼ਿੰਮੇਵਾਰੀ ਤੁਹਾਡੇ ਆਪਣੇ ਮੋਢਿਆਂ ਤੇ ਆ ਜਾਂਦੀ ਆ, ਤੁਹਾਡੇ ਆਪਣੇ ਕੰਮਾਂ ਦੀ ਆ ਜਾਂਦੀ। ਹੁਣ ਜਦੋਂ ਆਪਣੇ ਕੰਮਾਂ ਦੀ ਆਉਣੀ ਆ ਨਾ, ਉਹਦੇ ਵਿੱਚ ਗਲਤੀ ਦੀ ਗੁੰਜਾਇਸ਼ ਹੋਣੀ ਹੀ ਹੋਣੀ ਆ। ਜਿਹੜਾ ਗਲਤੀ ਨਹੀਂ ਕਰ ਰਿਹਾ ਉਹ ਬੰਦਾ ਨਹੀਂ ਹੈਗਾ, ਗਲਤੀ ਤਾਂ ਹੋਣੀ ਆ ਆਮ ਜ਼ਿੰਦਗੀ ਦੇ ਵਿੱਚ, ਭੁੱਲਾਂ ਚੁੱਕਾਂ ਹੋਣੀਆਂ। ਗੁਰੂ ਸਾਹਿਬ ਨੇ ਸਾਨੂੰ ਕਿਤੇ ਨੀ ਕਿਹਾ ਇਹ ਗੱਲ ਵੀ ਗਲਤੀ ਨਾ ਕਰੋ, ਕਿਤੇ ਨੀ ਕਹੀ ਇਹ ਗੱਲ, ਕਿਉਂਕਿ ਜਿਹੜੀਆਂ ਭੁੱਲਾਂ ਚੁੱਕਾਂ ਜ਼ਿੰਦਗੀ ਦੇ ਵਿੱਚ ਉਹ ਤਾਂ ਹੋਣੀਆਂ ਹੀ ਹੋਣੀਆਂ ਆ। ਹਾਂ, ਜਿਹੜੀਆਂ ਯੂਨੀਵਰਸਲੀ ਸੱਚ ਗੱਲਾਂ ਸੀਗੀਆਂ ਉਹ ਉਹਨਾਂ ਨੇ ਗੁਰਬਾਣੀ ਦੇ ਵਿੱਚ ਫਰਮਾਨ ਦੇ ਰੂਪ ਦੇ ਵਿੱਚ ਉਹ ਸਾਨੂੰ ਦੱਸ ਦਿੱਤੀਆਂ ਵੀ ਜੇ ਇਹਦੇ ਤੇ ਚੱਲੇਗਾ, ਚੱਲਦੇ ਹੋਏ ਜੇ ਗਲਤੀਆਂ ਹੋਣਗੀਆਂ ਵੀ ਤਾਂ ਤੂੰ ਇੱਕ ਸਕਿੰਟ ਦੇ ਵਿੱਚ ਉਹਨੂੰ ਰੈਕਟੀਫਾਈ ਕਰ ਲਏਗਾ, ਉਹਦੇ ਵਿੱਚੋਂ ਹੀ ਨਿਕਲਣਾ ਨਾ ਸਾਰਾ ਕੁਛ। ਬਿਲਕੁਲ ਬਿਲਕੁਲ, ਜਿਹੜੀਆਂ ਦਾ ਬਣ ਜਾਣਾ, ਜਿਹੜੀਆਂ ਗਲਤੀਆਂ ਹੋਣ ਦੀ ਸੰਭਾਵਨਾ ਆ ਉਹਦੇ ਵਿੱਚੋਂ ਹੀ ਕ੍ਰੀਏਟਿਵਿਟੀ ਨਿਕਲਣੀ ਆ।
ਬਸ ਆ ਗੱਲ ਵਿਚਲੀ ਆ ਕੁਛ 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 ਵਧੀਆ ਜਿਹੜਾ ਹੋਣਾ ਆ ਉਹ ਸੰਭਾਵਨਾ ਦੇ ਵਿੱਚ ਪਿਆ ਆ ਜਿਹੜਾ ਉਹ ਸੰਭਾਵਨਾ ਨਹੀਂ ਰੱਖ ਰਿਹਾ ਇਹਦਾ ਮਤਲਬ ਉਹ ਕ੍ਰੀਏਟਿਵ ਨਹੀਂ ਹੈਗਾ ਬਿਲਕੁਲ ਹੈਗਾ ਉਹ ਅੱਜ ਜਾਗਰੂਕਾਂ ਦੇ ਰੁਕੇ ਹੋਏ ਹੋਣ ਦਾ ਕਾਰਨ ਇਹ ਆ ਉਹ ਕਹਿੰਦੇ ਇੱਦਾਂ ਅਸੀਂ ਗੱਲ ਨਾਪ ਤੋਲ ਕੇ ਕਹਿਣੀ ਆ ਗੱਲ ਅਸੀਂ ਇੱਦਾਂ ਇੱਦਾਂ ਥੋੜੀ ਗੱਲ ਉੱਦਾਂ ਗਲਤੀ ਥੋੜੋ ਕਰ ਦੇਣੀ ਅਸੀਂ ਹਾਂਜੀ ਹੁਣ ਜਿਹੜੀ ਨਾਪ ਤੋਲ ਕੇ ਆ ਜਿਹੜੀ ਗਰੰਟੀ ਵਾਲੀ ਗੱਲ ਆ ਉਹ ਹੋਣੀ ਆ ਜਿਹੜੀ ਬੀਤੇ ਸਮੇਂ ਦੀ ਆ ਹਾਂਜੀ ਕਿਉਂਕਿ ਆਉਣ ਵਾਲੇ ਸਮੇਂ ਨੂੰ ਤਾਂ ਕੁਛ ਕਿਹਾ ਹੀ ਨਹੀਂ ਜਾ ਸਕਣਾ ਉਹ ਤੇ ਗਰੰਟੀ ਆ ਉਹ ਗਰੰਟੀ ਉਹ ਜਿਹੜੀ 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 ਲਿਖੀ ਗਈ ਆ ਹਾਂਜੀ ਤੇ ਉਹ ਗੱਲ ਜਿਹੜੀ ਸਾਰਿਆਂ ਨੇ ਕਬੂਲ ਕਰ ਲਈ ਆ ਹਾਂਜੀ ਹਾਂਜੀ ਸਾਰਿਆਂ ਨੇ ਮੰਨ ਲਈ ਆ ਉਹ ਗੱਲ ਕਹਿਣੀ ਆ ਫਿਰ ਬਸ ਬਿਲਕੁਲ ਕਿਉਂਕਿ ਉਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਖਤਰਾ ਆ ਨਾ ਵੀ ਉਹ ਜਿਹੜਾ ਤੁਹਾਡਾ ਲਾਇਆ ਗਿਆ ਅੰਦਾਜ਼ਾ ਹੋ ਸਕਦਾ ਗਲਤ ਹੋਵੇ ਤੇ ਗੁਰੂ ਸਾਹਿਬ ਤਾਂ ਨੀ ਰੋਕ ਰਿਹਾ ਉਹਦੇ ਤੋਂ ਉਹ ਕਹਿੰਦੇ ਵੀ ਤੇਰੇ ਸੁਭਾਅ ਦੇ ਵਿੱਚ ਜੇ ਤੂੰ ਉਹ ਅੰਦਾਜ਼ਾ ਲਾਉਣਾ ਹੈ ਕੋਈ ਗੱਲ ਨੀ ਤੂੰ ਆਪਣੀ ਗਲਤੀ ਮੰਨ ਤੂੰ ਆਪਣੀ ਕਾਬਲੀਅਤ ਦੇ ਉੱਤੇ ਮੰਨ ਲਓ ਤੂੰ ਕਹਿ ਵੀ ਠੀਕ ਆ ਮੇਰੇ ਤੋਂ ਗਲਤੀ ਹੋ ਗਈ ਨਾ ਸਾਡੀ ਮੰਨ ਲਓ ਸਾਡੀ ਮਾੜੀ ਕਿਸਮਤ ਵੀ ਤਾਂ ਹੀ ਆ ਹਨਾ ਜਿਹੜੀ ਆ ਤੁਸੀਂ ਗੱਲ ਕਹਿ ਕੇ ਹਟੇ ਆ ਮੰਨ ਲਓ ਇਹ 100 ਗੱਲਾਂ ਦੀ ਇੱਕ ਗੱਲ ਆ ਵੀ ਸਾਡੇ ਕੋਲ ਬੰਦੇ ਉਹ ਆ ਜਿਹੜੇ ਜੋ ਹਿਸਟਰੀ ਦੇ ਵਿੱਚ ਲੰਘ ਗਿਆ ਆ ਉਹਦੇ ਤੇ ਮਤਲਬ ਗੱਪਾਂ ਮਾਰੀ ਜਾਂਦੇ ਆ ਉਹ ਸੇਫਟੀ ਆ ਨਾ ਪੂਰੀ ਪੂਰੀ ਸਿਕਿਉਰਿਟੀ ਆ ਉਹਦੇ ਵਿੱਚ ਆ ਬਸ ਬਸ ਉਹ ਜੋ ਬੀਤ ਚੁੱਕਿਆ ਹਨਾ ਉਹਦੇ ਬਾਰੇ ਤਾਂ ਕੋਈ ਵੀ ਬੰਦਾ ਗੱਲ ਕਰ ਸਕਦਾ ਉਹ ਤਾਂ ਕੋਈ ਰੌਲਾ ਨੀ ਹੈਗਾ ਹੁਣ ਬੀਤੇ ਗਿਆ ਜੀ ਨਹੀਂ ਬੜੀ ਬੀਤੇ ਉਹਦੇ ਉੱਤੇ ਵੀ ਸੰਤੋਖ ਸਿੰਘ ਵਰਗਿਆਂ ਦੇ ਕੀਤੇ ਹੋਏ ਬਕਵਾਸ ਦੇ ਸਾਰਾ ਕੁਛ ਇੰਨੀ ਚਰਚਾ ਤੋਂ ਬਾਅਦ ਹਾਂਜੀ ਸਵਰੇ ਵਰਗਾ ਬੰਦਾ ਫਿਰ ਜਾ ਕੇ ਉੱਥੇ ਕਰੀ ਜਾਂਦਾ ਉਹਦਾ ਜਨਮ ਦਿਨ ਮਨਾਈ ਜਾਂਦਾ ਹੁਣ ਕਾਰਨ ਇਹੀ ਆ ਨਾ ਜਿਹੜਾ ਲਿਖਿਆ ਆ ਹਾਂਜੀ ਉਹਨੂੰ ਇੱਦਾਂ ਨੀ ਰਿਸਕ ਨੀ ਲੈਣਾ ਚਾਹੁੰਦੇ ਕੋਈ ਯਾ ਹੁਣ ਇਹ ਗੱਲਾਂ ਇਹ ਖਤਰੇ ਤਾਂ ਇਹਨਾਂ ਨੂੰ ਮੁੱਲ ਲੈਣੇ ਚਾਹੀਦੇ ਸੀ ਬਿਲਕੁਲ ਹੁਣ ਜਦੋਂ ਤੁਸੀਂ ਦੇਖੋ ਜਦੋਂ ਸਾਰੀ ਦੁਨੀਆਂ ਕਹਿੰਦੀ ਆ ਭਈ ਸੂਰਜ ਨੂੰ ਪਾਣੀ ਪਾਇਆ ਜਾਂਦਾ ਯਾਰ ਪਹੁੰਚਦਾ ਆ ਹਾਂਜੀ ਪਿੱਤਰਾ ਤੇ ਪਹੁੰਚਦਾ ਆ ਹਾਂਜੀ 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 ਪੁਸ਼ਤਾਂ ਤੋਂ ਹੁਣ ਕਿਸੇ ਨੇ ਹਿੰਮਤ ਕੀਤੀ ਆ ਜੀ ਕਹਿੰਦੇ ਨਹੀਂ ਯਾਰ ਇੱਦਾਂ ਕਿੱਦਾਂ ਹੋ ਗਈ ਬਿਲਕੁਲ ਬਿਲਕੁਲ ਨਹੀਂ ਹੁੰਦਾ ਹੁਣ ਬਾਹਮਣ ਕਹਿ ਰਿਹਾ ਭਈ ਸ਼ੂਦਰ ਨੂੰ ਜਿਹੜਾ ਕਰਨਾ ਉਹਨੂੰ ਪਾਪ ਲੱਗਣਾ ਕਿੰਨੀਆਂ ਕਹਾਣੀਆਂ ਜੋੜੀਆਂ ਆ ਗੁਰੂ ਸਾਹਿਬ ਮਰਦਾਨੇ ਨੂੰ ਨਾਲ ਰੱਖਦੇ ਉਹਨੂੰ ਪੜਾਉਂਦੇ ਆ ਉਹਨੂੰ ਗਾਉਣ ਲਾਉਂਦੇ ਆ ਸਾਰਾ ਕੁਛ ਸਾਰੀ ਦੁਨੀਆਂ ਨੂੰ ਜਾ ਕੇ ਲੈਕਚਰ ਦਿੰਦਾ ਉਹ ਹਾਂਜੀ ਹਨਾ ਜਦੋਂ ਬਾਹਮਣਾਂ ਨੂੰ ਜਾ ਕੇ ਗੱਲ ਬਾਹਮਣਾਂ ਨੂੰ ਕੁਛ ਕਹਿੰਦੇ ਆ ਨਾਲ ਮਰਦਾਨਾ ਮਰਾਸੀ ਨਾਲ ਖੜਾ ਉਹਨਾਂ ਦੇ ਉਹ ਇਹ ਗੱਲਾਂ ਪ੍ਰਚਾਰਕਾਂ ਦਾ ਕੰਮ ਸੀ ਇਹ ਜਿਹੜੀਆਂ ਧਾਰਨਾਵਾਂ ਇਹਨਾਂ ਨੂੰ ਤੋੜਨਾ ਇਹਨਾਂ ਪਰੰਪਰਾਵਾਂ ਨੂੰ ਤੋੜਨਾ ਇਹਨਾਂ ਦਾ ਕੰਮ ਸੀ ਪਰ ਉਹ ਗੱਲ ਸਾਡੇ ਪਈਆਂ ਆ ਨਹੀਂ ਇਹਨਾਂ ਦੇ ਵੱਸ ਦੀ ਗੱਲ ਨੀ ਇਹਨਾਂ ਦੇ ਤਾਂ ਨਿੱਜੇ ਹੀ ਉੱਥੇ ਜਾ ਕੇ ਮੁੱਕ ਜਾਂਦੇ ਆ ਸਬਰੇ ਹੁਣਾਂ ਦੇ ਜਿਹੜੀ ਤੁਸੀਂ ਗੱਲ ਕਹਿੰਦੇ ਆ ਹੁਣ ਨਾ ਤਾਂ ਨਾ ਤੋੜਿਆ ਹੀ ਨੀ ਨਾ ਉਹਨੂੰ ਤੋੜਿਆ ਨਾ ਸਾਡਾ ਤੋੜਨ ਲਈ ਸਾਥ ਦਿੱਤਾ ਹਾਂਜੀ ਉਲਟਾ ਆਪਣੇ ਚੇਲਿਆਂ ਨੂੰ ਚਲੋ ਇੱਕ ਮੇਰੇ ਹੋਰ ਦਿਮਾਗ ਚ ਆਉਂਦੀ ਸੀ ਵੀ ਆਪਾਂ ਜਿਹੜੇ ਪੰਥਪ੍ਰੀਤ ਸਿੰਘ ਉਹਨਾਂ ਦੇ ਸਾਥੀ ਆ ਨਾ ਇਹਨਾਂ ਦੇ ਨਾਲ ਦੇ ਆ ਹਾਂਜੀ ਉਹਨਾਂ ਨੂੰ ਪ੍ਰੇਮੀ ਕਿਹਾ ਕਰੀਏ ਆਪਾਂ ਠੀਕ ਆ ਹਾਂ ਨਹੀਂ ਹੁਣ ਸਿੱਖ ਕਹਿਣਾ ਤਾਂ ਅਸੀਂ ਕਹਿ ਦਿੰਦੇ ਪੰਥਪ੍ਰੀਤ ਦੇ ਸਿੱਖ ਹਾਂਜੀ ਹਨਾ ਉਹ ਤਾਂ ਗੱਲ ਨੀ ਹੁਣ ਚਾਪਲੂਸ ਤਾਂ ਸਾਰਿਆਂ ਦੇ ਚਾਪਲੂਸ ਤਾਂ ਸ਼ਬਦ ਆਮ ਜਿਹਾ ਹੋ ਗਿਆ ਨਾ ਹਾਂਜੀ ਇਹ ਪ੍ਰੇਮੀ ਆ ਇਹ ਤਾਂ ਜਾਣੀ ਜਿੱਦਾਂ ਉਹ ਸੌਦੇ ਵਾਲੇ ਲਈ ਮਰ ਮਿਟਣ ਲਈ ਤਿਆਰ ਹੋਏ ਹੋ ਨਾ ਬਸ ਇਹ ਇਹਦੇ ਲਈ ਇਹਦੇ ਪ੍ਰੇਮੀ ਆ ਇਹ ਦਲੀਲ ਹੈ ਨੀ ਕਿਸੇ ਕੋਲ ਕੋਈ ਵੀ ਹਾਂਜੀ ਰਾਤ ਇੱਕ ਇਕਬਾਲ ਸਿੰਘ ਬੰਬੇ ਤੋਂ ਬੰਦੇ ਨੇ ਵੀ ਇੰਨਾ ਸਿਰ ਖਾਧਾ ਮੇਰਾ ਠੀਕ ਉਹ ਮੈਨੂੰ ਕਹੇ ਮੈਨੂੰ ਇੱਕ ਗੱਲ ਦਾ ਜਵਾਬ ਦੇ ਜਦੋਂ ਗੱਲ ਸ਼ੁਰੂ ਮੈਨੂੰ ਕਹਿੰਦਾ ਇੱਕ ਗੱਲ ਦਾ ਜਵਾਬ ਦੇ ਮੈਂ ਕਿਹਾ ਕਿਉਂ ਦਿਆਂ ਕਹਿੰਦਾ ਨਹੀਂ ਮੇਰੀ ਗੱਲ ਸੁਣ ਮੈਂ ਕਿਹਾ ਕਿਉਂ ਸੁਣਾ ਉਹ ਫਿਰ ਮੈਂ ਕਿਹਾ ਤੈਨੂੰ ਇੰਨੀ ਗੱਲ ਸਮਝ ਨਹੀਂ ਆਉਂਦੀ ਵੀ ਤੂੰ ਗੱਲ ਕਹਿਣੀ ਚਾਹੁੰਦਾ ਆ ਮੈਂ ਤੈਨੂੰ ਇਹ ਕਹਿ ਰਿਹਾ ਵੀ ਤੈਨੂੰ ਹੱਕ ਕੀ ਆ ਇਹ ਗੱਲ ਕਹਿਣੀ ਦਾ ਹਾਂਜੀ ਤੂੰ ਕਿਸ ਹੱਕ ਨਾਲ ਮੈਨੂੰ ਕਹਿੰਦਾ ਵੀ ਮੈਂ ਤੈਨੂੰ ਗੱਲ ਸੁਣਾਉਣੀ ਆ ਕਹਿੰਦਾ ਨਹੀਂ ਤੁਹਾਡਾ ਫਰਜ਼ ਬਣਦਾ ਸੁਣ ਮੈਂ ਕਿਹਾ ਕਿਉਂ ਉਹ ਗਾਹਾਂ ਗੱਲ ਕਰੇ ਮੈਂ ਕਿਹਾ ਗਾਹਾਂ ਤਾਂ ਤੂੰ ਗੱਲ ਤਾਂ ਕਰ ਜੇ ਮੈਨੂੰ ਇਸ ਗੱਲ ਦਾ ਜਵਾਬ ਦੇ ਪਹਿਲਾਂ ਹਾਂਜੀ ਪਹਿਲਾਂ ਅਸੀਂ ਇੱਥੇ ਤੈਅ ਹੋਈਏ ਹਨਾ ਕਹਿੰਦਾ ਨਹੀਂ ਸਿੱਖ ਦੀ ਗੱਲ ਸੁਣਦਾ ਮੈਂ ਕਿਹਾ ਮੈਂ ਨਹੀਂ ਸੁਣਨੀ ਤੇਰੀ ਗੱਲ ਇਹ ਕਿੱਥੇ ਲਿਖਿਆ ਆ ਹਾਂਜੀ ਕਹਿੰਦਾ ਨਹੀਂ ਤੁਸੀਂ ਰੇਡੀਓ ਤੇ ਪ੍ਰੋਗਰਾਮ ਕਰਦੇ ਆ ਇੱਦਾਂ ਮੈਂ ਕਿਹਾ ਅਸੀਂ ਤੈਨੂੰ ਕਿਹਾ ਵੀ ਤੂੰ ਸੁਣ ਹਾਂਜੀ ਜੇ ਤਾਂ ਤੈਨੂੰ ਅਸੀਂ ਕਹੀਏ ਵੀ ਤੂੰ ਸੁਣ ਸਾਡੀ ਗੱਲ ਫਿਰ ਤੂੰ ਕਹਿ ਚੰਗਾ ਮੇਰੀ ਵੀ ਸੁਣੋ ਹਾਂਜੀ ਮੈਂ ਕਿਹਾ ਮੈਂ ਤੈਨੂੰ ਕਹਿੰਦਾ ਰੇਡੀਓ ਬੰਦ ਕਰ ਦੇ ਹਾਂਜੀ ਕਹਿੰਦਾ ਨਹੀਂ ਤੁਸੀਂ ਉਹ ਜਿਹੜਾ ਕਲਿੱਪ ਕੀਤਾ ਮੈਂ ਕਿਹਾ ਉਹਨੂੰ ਡਿਲੀਟ ਮਾਰ ਦੇ ਹਾਂਜੀ ਕਹਿੰਦਾ ਮੈਨੂੰ ਕਿਸੇ ਨੇ ਭੇਜਿਆ ਮੈਂ ਕਿਹਾ ਨਾ ਸੁਣ ਤੂੰ ਹਨਾ ਜਿਹਨੂੰ ਭੇਜਿਆ ਉਹਨਾਂ ਗੱਲ ਕਰ ਤੂੰ ਦੱਸ ਤੇਰੀ ਗੱਲ ਮੈਂ ਕਿਉਂ ਸੁਣਾ ਹਾਂਜੀ ਬਸ ਇਸੇ ਗੱਲ ਤੋਂ ਉਹ ਬੰਦੇ ਨੂੰ ਨਾ ਸਮਝ ਆਈ ਇੰਨੀ ਗੱਲ ਦੀ ਤੁਸੀਂ ਦੀਵਾ ਹੀ ਬੁਝਾਤਾ ਆਈ ਕਿਉਂ ਇੰਨਾ ਇੰਨਾ ਲੋ ਜਾਣੀ ਨਾ ਬੰਦਿਆਂ ਦਾ ਨਹੀਂ ਨਹੀਂ ਇਹੀ ਆ ਮਤਲਬ ਪਤਾ ਨੀ ਜਿਹੜਾ ਦਰਅਸਲ ਹੋਇਆ ਕੀ ਆ ਨਾ ਇਹਨਾਂ ਨੂੰ ਓਵਰ ਰੇਟਡ ਉਹ ਜਿੱਦਾਂ ਕਹਿ ਨੀ ਦਿੰਦੇ ਹੁੰਦੇ ਬਈ
ਬਿਨਾਂ ਡਿਜ਼ਰਵਨੈਸ ਤੋਂ ਜਿਹੜਾ ਬਹੁਤ ਜ਼ਿਆਦਾ ਕ੍ਰੈਡਿਟ ਮਿਲ ਗਿਆ ਦਰਅਸਲ ਇਹਨਾਂ ਕਥਾਕਾਰਾਂ ਨੂੰ, ਔਕਾਤ ਇਹਨਾਂ ਦੀ ਧੇਲੇ ਦੀ ਨੀ ਹੈਗੀ। ਅੱਗੇ ਵੀ ਗੱਲ ਕਰਦੇ ਹੁੰਦੇ ਆ ਵੀ ਗੁਰਬਾਣੀ ਦੇ ਘੋਟੇ ਲਾਉਣ ਦਾ ਅਕਲ ਦੇ ਨਾਲ ਦੱਸੋ ਕੀ ਲੈਣਾ ਦੇਣਾ ਹਨਾ। ਉਹ ਤਾਂ ਇਹਨਾਂ ਦੀਆਂ ਜਿਹੜੀਆਂ ਕਮਲੀਆਂ ਜੱਬਲੀਆਂ ਦਾ ਜਿਹੜਾ ਹਨਾ ਕ੍ਰੈਡਿਟ ਤਾਂ ਮਿਲ ਗਿਆ ਕਿਉਂਕਿ ਉਹਨਾਂ ਦਾ ਮੁਕਾਬਲਾ ਮਹਾਂਮੂਰਖਾਂ ਨਾਲ ਸੀਗਾ, ਟਕਸਾਲੀਆਂ ਨਾਲ। ਉਹ ਤਾਂ ਗਧੇ ਸੀਗੇ, ਮਤਲਬ ਉਹ ਤਾਂ ਗਧੇ ਸੀਗੇ ਜਿਹੜੇ ਲਿੰਗਣ ਡੇ ਸੀਗੇ, ਉਹਨਾਂ ਦੇ ਮੁਕਾਬਲੇ ਵਿੱਚ ਤਾਂ ਕੋਈ ਵੀ ਮਤਲਬ ਉੱਖਲ ਉੱਠ ਕੇ ਸਿੱਧੀ ਗੱਲ ਕਰ ਸਕਦਾ ਸੀਗਾ। ਸਹੀ ਗੱਲ ਹੁਣ ਇਹ ਕਹਿੰਦੇ ਉਹਨਾਂ ਸਿੱਧੀਆਂ ਗੱਲਾਂ ਨੂੰ, ਮਤਲਬ ਇਹਨਾਂ ਦੀ ਜਿਹੜੀ ਇਹਨਾਂ ਦੀ ਸ਼ਰਧਾ ਆ ਨਾ ਗੁਰੂ ਪ੍ਰਤੀ, ਇਹ ਕਹਿੰਦੇ ਆ ਹੁਣ ਸਾਰੀ ਦੁਨੀਆ ਨੂੰ ਉਹਨੂੰ ਮੰਨੋ, ਜਦਕਿ ਜਿਹੜਾ ਗਿਆਨ ਗੁਰੂ ਵਾਲਾ ਕੋਨਸੈਪਟ ਆ ਅਸੀਂ ਉਹਦੇ ਬਾਰੇ ਗੱਲ ਨੀ ਕਰਨੀ, ਅਸੀਂ ਤਾਂ ਮਤਲਬ ਦੇਹ ਗੁਰੂ ਦੇ ਨਾਲ ਜੁੜ ਕੇ ਰਹਿਣਾ। ਆ ਬਰਗਾੜੀ ਵਾਲੇ ਕਾਂਡ ਸਾਰੀਆਂ ਗੱਲਾਂ ਦਾ ਜਨਮ ਇਹਨਾਂ ਗੱਲਾਂ ਚ ਹੋਇਆ। ਹਾਂ, ਜੇ ਗਿਆਨ ਗੁਰੂ ਹੁੰਦਾ ਇਹਨਾਂ ਗੱਲਾਂ ਦਾ ਕੋਈ ਮਸਲਾ ਹੀ ਨੀ ਸੀ ਕਦੇ ਖੜਾ ਹੋਣਾ। ਪਰ ਚਲੋ ਠੀਕ ਹੈ ਜੀ, ਬਹੁਤ ਵਧੀਆ ਹੌਲੀ ਹੌਲੀ ਗੱਲਾਂ ਜਿਹੜੀਆਂ ਕਲੀਅਰ ਹੋ ਰਹੀਆਂ। ਥੈਂਕ ਯੂ ਜੀ। ਥੈਂਕ ਯੂ ਜੀ। ਠੀਕ ਹੈ ਜੀ, ਆਪਾਂ ਜਿਹੜੀ ਕੱਲ ਬੁੱਧਵਾਰ ਵਾਲਾ ਹੈਗਾ ਆਪਣਾ ਆਪਣੀ ਰਿਕਾਰਡਿੰਗ ਹੈ, ਸਾਡੇ ਪ੍ਰੋਗਰਾਮ ਦੀ ਰਿਕਾਰਡਿੰਗ ਆ, ਉਹਨੂੰ ਦੁਬਾਰਾ ਆਪਾਂ ਸੁਣ ਰਹੇ ਹਾਂ। ਉਹ ਤੇ ਵਿਚਾਰ ਕਰ ਰਹੇ ਹਾਂ, ਚੀਕਾਂ ਮਾਰੀਆਂ ਇਹਨਾਂ ਨੇ, ਆਪਾਂ ਸੁਣ ਲਈਏ। ਠੀਕ ਹੈ, ਹੁਣ ਉਹ ਜੇ ਉਹ ਬਰੀਕੀ ਅਸੀਂ ਫੜ ਲਈ, ਹਾਂਜੀ, ਅਸੀਂ ਉਹ ਜਾਣੀ ਇਹ ਹੁੰਦਾ ਕੀ ਆ, ਜਦੋਂ ਲੰਘ ਜਾਂਦਾ ਨਾ ਸਮਾਂ, ਹਾਂਜੀ, ਜਦੋਂ ਬੀਤ ਜਾਂਦਾ ਹੈ ਸਮਾਂ, ਲੋੜ ਇਹ ਹੁੰਦੀ ਆ ਵੀ ਜਿਹੜੀ ਉਸਾਰੂ ਕਲਪਨਾ ਆ ਉਹ ਕੀਤੀ ਜਾਵੇ। ਉਸਾਰੂ ਕਲਪਨਾ, ਠੀਕ ਹੈ, ਉਸਾਰੂ ਕਲਪਨਾ ਜੋ ਅੱਜ ਆ ਨਾ ਸਾਡੇ ਕੋਲ, ਹਾਂਜੀ, ਹੈ ਨਾ ਇੱਥੇ। ਹਾਂ, ਆ ਦੇਖੋ, ਉਹ ਕਪੂਰ ਕਹਿੰਦਾ ਵੀ ਅਯੋਕੇ ਯਥਾਰਥ ਨਾਲ, ਹਾਂਜੀ, ਜਿਹੜੀ ਅੱਜ ਦੀ ਅਸਲੀਅਤ ਆ, ਹਾਂਜੀ, ਉਹਦੇ ਨਾਲ ਭਵਿੱਖ ਦਾ ਅੰਦਾਜ਼ਾ ਲਾਉਣਾ, ਹਾਂਜੀ, ਇਹ ਕੰਮ ਆ ਸਾਡਾ। ਠੀਕ ਹੈ ਜੀ, ਜਿੰਨਾ ਤੁਸੀਂ ਅੱਜ ਵਿਹਾਰਕ ਜੀਵਨ ਵਧੀਆ ਜੀ ਰਹੇ ਆ, ਹਾਂਜੀ, ਹੁਣ ਜੀ ਤਾਂ ਮੇਰਾ ਇੱਦਾਂ ਕਰਦਾ ਵੀ ਕੱਲੀ ਕੱਲੀ ਗੱਲ ਦੇ ਉੱਤੇ ਫੇਰ ਸਾਡੇ 15-15 ਮਿੰਟ ਲੱਗ ਜਾਣ ਜਾਣੀ। ਠੀਕ ਹੈ, ਆਹ ਗੱਲ ਹੁਣ ਪ੍ਰਚਾਰਕ ਕਦੋਂ ਗੇੜ ਵਿੱਚ ਲੈ ਕੇ ਆਉਣਗੇ ਲੋਕਾਂ ਦੇ ਵੀ ਜਿਹੜਾ ਸਾਡਾ ਜੀਣਾ ਆ ਉਹ ਆਹ ਆ, ਵੀ ਜਿਹੜਾ ਅੱਜ ਦਾ ਯਥਾਰਥ ਆ ਨਾ, ਹਾਂਜੀ, ਉਹਦੇ ਨਾਲ ਭਵਿੱਖ ਨੂੰ ਚੰਗਾ ਬਣਾਉਣ ਦੇ ਲਈ ਅਸੀਂ ਹਨਾ, ਪਰ ਹੈ ਨੀ, ਸਾਨੂੰ ਨਹੀਂ ਹੋ ਨਹੀਂ ਰਿਹਾ ਉਹ, ਹਾਂਜੀ, ਹਾਂਜੀ, ਅੱਜ ਯਥਾਰਥ ਸੱਚਾਈ ਦੇ ਵਿੱਚ ਜੀ ਰਹੇ ਆ, ਜਿੰਨਾ ਪ੍ਰੈਕਟੀਕਲੀ ਜੀ ਰਹੇ ਆ, ਹਾਂਜੀ, ਜਿੰਨਾ ਹਰ ਰਿਸ਼ਤੇ ਨੂੰ ਐਨ ਜਿੱਦਾਂ ਦਾ ਹੈਗਾ ਉਦਾਂ ਦਾ ਨਿਭਾ ਰਹੇ ਆ, ਹਾਂਜੀ, ਉਨਾ ਹੀ ਤੁਹਾਡੇ ਕੋਲ ਭਵਿੱਖ ਦਾ ਅੰਦਾਜ਼ਾ ਲਾਉਣਾ ਜਿਹੜਾ ਆ ਉਹ ਸੌਖਾ ਹੋ ਜਾਣਾ। ਠੀਕ ਹੈ ਜੀ, ਜਿਹੜਾ ਬੰਦਾ ਬਿਜ਼ਨਸ ਵਾਲਾ ਆ, ਹਾਂਜੀ, ਹਨਾ, ਜਿਸ ਬੰਦੇ ਨੇ ਪਲਾਟ ਲੈ ਕੇ ਆਪ ਘਰ ਬਣਾਇਆ, ਹਾਂਜੀ, ਹਨਾ, ਹੁਣ ਇੱਕ ਘਰ ਬਣਾਉਂਦਿਆਂ ਉਹਦਾ ਪਲੰਬਰ ਨਾਲ ਵਾਹ ਪਿਆ, ਇਲੈਕਟ੍ਰੀਸ਼ਨ ਨਾਲ ਪਿਆ, ਉਹਨੂੰ ਲੱਕੜੀ ਲਿਆਂਦੀ ਆ, ਬਿਲਡਰ ਦੇ ਨਾਲ ਪਿਆ, ਛੱਤ ਦੇਖੀ ਆ, ਕਰਦਿਆਂ ਹੁਣ ਸਮਾਨ ਖਰੀਦੀ ਗਿਆ, ਹਾਂਜੀ, ਹੋਰ ਉਹਨੂੰ ਕੰਪਨੀਆਂ ਦਾ ਪਤਾ ਲੱਗ ਗਿਆ, ਹਾਂਜੀ, ਹਨਾ, ਜਦੋਂ ਦੂਜੇ ਘਰ ਦੇ ਬਾਰੇ ਉਹਨੂੰ ਕਰਨਾ ਅੰਦਾਜ਼ਾ ਲਾਉਣਾ ਵਧੀਆ ਹੋ ਕੇ ਨਹੀਂ, ਬਿਲਕੁਲ, ਓਕੇ, ਜਦੋਂ ਦੂਜਾ ਬਣਾ ਲਿਆ ਉਹ ਤੋਂ ਗਾਹਾਂ, ਹਾਂਜੀ, ਹੋ ਸਕਦਾ, ਤੇ ਜੇ ਉਹ ਬੰਦੇ ਨੇ ਜਦੋਂ ਘਰ ਬਣਾਇਆ ਆ, ਹਾਂਜੀ, ਉਦੋਂ ਇਦਾਂ ਕਿਸੇ ਨੂੰ ਕਹਿ ਦਿੱਤਾ ਹੋਵੇ ਵੀ ਜਾ ਸਮਾਨ ਲਿਆ, ਆਹ ਲਿਆ, ਆਹ ਲਿਆ, ਆਦਤ ਫਿਰ ਨਹੀਂ ਜੀ, ਜਿੰਨਾ ਵਿਹਾਰਕ ਜੀਵਨ ਤੁਹਾਡਾ ਵਧੀਆ ਆ, ਹਾਂਜੀ, ਉਨਾ ਤੁਹਾਨੂੰ ਜਿਹੜਾ ਭਵਿੱਖ ਦਾ ਅੰਦਾਜ਼ਾ ਲਾਉਣਾ ਆ ਉਹ ਸੌਖਾ ਆ, ਤੇ ਉਹ ਕਾਰਜ ਆ ਮੁੱਖ ਹਰ ਬੰਦੇ ਦਾ। ਠੀਕ ਹੈ ਜੀ, ਗੁਰੂ ਸਾਹਿਬ ਨੇ ਉਹ ਬਾਖੂਬੀ ਨਾਲ ਨਿਭਾਇਆ, ਹਾਂਜੀ, ਕਿਉਂਕਿ ਹੁਣ ਜਦੋਂ ਗੁਰੂ ਨਾਨਕ ਪਾਤਸ਼ਾਹ ਬਾਬਰ ਦੇ ਨਾਲ ਜੋ ਪੋਲੀਟੀਕਲ ਹਾਲਤ ਆ ਉਦੋਂ ਦੀ, ਹਾਂਜੀ, ਉਹਨੂੰ ਵੀ ਦੇਖ ਰਹੇ ਆ, ਹੁਣ ਹਰਿਦੁਆਰ ਜਾਇਆ, ਮੱਕੇ ਜਾਇਆ, ਯੋਗੀਆਂ ਨੂੰ ਮਿਲਿਆ, ਹਾਂਜੀ, ਜਿਹੜੇ ਧਾਰਮਿਕ ਲੋਕ ਆ ਉਹਨੂੰ ਵੀ ਦੇਖ ਲਿਆ, ਸਮਾਜ ਨੂੰ, ਜਨੇਊ ਬਾਰੇ ਤਾਂ 9-10 ਸਾਲ ਦੀ ਉਮਰ ਚ ਰੌਲਾ ਪਾਤਾ ਉਹਨਾਂ ਨੇ, ਸਮਾਜਕ ਵੀ ਜਾਣਦੇ ਆ ਉਹ, ਹਾਂਜੀ, ਹਨਾ, ਆਲੇ ਦੁਆਲੇ ਜਿੰਨਾ ਜਿੱਦਾਂ ਦਾ ਗਲਬਾ ਪਿਆ ਆ, ਜਿਹੜੇ ਹੁਣ ਜਿਹੜੇ ਜਦੋਂ ਐਮਰਾਬਾਦ ਦੀ ਗੱਲ ਕਰਦੇ ਆ, ਲਾੜੇ ਸੋਹਣ ਪਾਸ ਜਿਹੜੀ ਉਹਨਾਂ ਦੀ ਹਾਲਤ ਆ ਰਾਜਿਆਂ ਦੀ, ਉਹ ਵੀ ਚੰਗੀ ਤਰ੍ਹਾਂ ਦੇਖ ਲਈ ਆ, ਹਨਾ, ਉਹ ਤੋਂ ਗਾਹਾਂ ਦਾ ਅੰਦਾਜ਼ਾ ਲਾਉਣਾ ਕਿੰਨਾ ਸੌਖਾ ਸੀ ਉਹਨਾਂ ਨੂੰ, ਔਰ ਕਿੰਨਾ ਪਰਫੈਕਟ ਲੱਗਾ। ਠੀਕ ਹੈ, ਜਿਹੜੀ ਜਿਹੜੀ ਜਿੱਦਾਂ ਗੁਰਬਾਣੀ ਨੂੰ ਇਕੱਠੀ ਹੁਣ ਲਿਆ ਕੇ ਕਬੀਰ ਹੋਣਾ ਦੀ, ਭਗਤ ਰਵਿਦਾਸ ਜੀ ਹੋਣਾ ਦੀ, ਉਹ ਸਾਰੀ ਬਾਣੀ ਨੂੰ ਇਕੱਠੀ ਕਰਕੇ ਕਿੱਦਾਂ ਬਾਖੂਬੀ ਨਾਲ ਲੈ ਕੇ ਗਾਹਾਂ ਜਾ ਰਹੇ ਆ, ਹਾਂਜੀ, ਹਨਾ, ਹੁਣ ਪੰਜਵੇਂ ਪਾਤਸ਼ਾਹ ਦਾ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨਾ, ਹਾਂਜੀ, ਸ਼ਹੀਦੀ ਤਾਂ ਕਿਤੇ ਬਾਅਦ ਵਿੱਚ ਹੋਈ ਆ, ਹਾਂਜੀ, ਪਹਿਲਾਂ ਕੋਈ ਹਾਲਾਤ ਉਦਾਂ ਦੇ ਥੋੜੀ ਹੋਏ ਆ, ਨਹੀਂ ਜੀ, ਹਨਾ, ਉਹ ਫੈਸਲਾ ਜਿਹੜਾ ਆ ਉਹ ਭਵਿੱਖ ਦਾ ਅਨੁਮਾਨ ਲਾਉਣ, ਯਥਾਰਥ ਦੇ ਨਾਲ ਇੱਕ ਮਿਕ ਹੋਣ ਤੋਂ ਬਿਨਾਂ, ਹਾਂਜੀ, ਜਿਹੜਾ ਅੱਜ ਆ ਉਹਦੇ ਨਾਲ ਇੱਕ ਮਿਕ ਹੋਣ ਤੋਂ ਬਿਨਾਂ ਭਵਿੱਖ ਦਾ ਅੰਦਾਜ਼ਾ ਨਹੀਂ ਲੱਗ ਸਕਦਾ। ਹੁਣ ਉਹ ਸ਼ੁਰੂ ਦੇ ਵਿੱਚ 2 ਮਿੰਟ ਦੀ ਗੱਲ ਕਰਕੇ ਆ ਗੱਲਾਂ ਸਾਰੀਆਂ ਕੱਟ ਦਿੱਤੀਆਂ ਵਿੱਚੋਂ, ਠੀਕ ਹੈ, ਫਿਰ ਅਖੀਰ ਤੇ ਜਾ ਕੇ ਇੱਕ ਗੱਲ ਜਿਹੜੀ ਆ ਉਹ ਨਾਲ ਐਡ ਕਰ ਦਿੱਤੀ, ਜਿਹੜਾ ਇਟਲੀ ਦੇ ਵਿੱਚ ਪੰਥਪ੍ਰੀਤ ਸਿੰਘ ਵੱਲੋਂ ਰੋਲਾ ਕੀ ਪਾਇਆ ਜਾ ਰਿਹਾ ਸੀ, ਮੈਂ 2 ਮਿੰਟ ਦੀ ਗੱਲ ਦਾ ਜਵਾਬ ਨਹੀਂ ਦੇਣਾ, ਮੇਰਾ ਪੂਰਾ ਦੀਵਾਨ ਸੁਣੋ ਤੇ ਆਪ
ਉਹਨਾਂ ਦੇ ਬੰਦੇ ਆ ਇਹ, ਯਾਨੀ ਕਿ ਉਹਨਾਂ ਦੇ ਖਾਸ। ਤੇ ਦੂਸਰੀ ਗੱਲ ਨਾ, ਕੁਲਵਿੰਦਰ ਬਠਿੰਡਾ ਕਹੀ ਜਾਂਦਾ, ਦੂਜਿਆਂ ਨੂੰ ਇੱਦਾਂ ਕਹੀ ਜਾਂਦਾ ਵੀ ਬੋਲੋ ਕੁਛ ਤੁਸੀਂ ਹੁਣ ਵੀ ਨੀ ਬੋਲ ਰਹੇ। ਭਰਾਵਾ ਤੂੰ ਪਹਿਲਾਂ ਪੰਥਪ੍ਰੀਤ ਨੂੰ ਬੁਲਾ ਇਸ ਬਾਰੇ ਜਾ ਕੇ, ਉਹ ਗੁਰੂ ਨੂੰ ਕੀ ਦੇਹ ਮੰਨਦਾ ਕਿ ਸ਼ਬਦ ਮੰਨਦਾ ਆ। ਨਹੀਂ ਚਲੋ ਉਹਨਾਂ ਦੀ ਵੀਡੀਓ ਕਢਵਾ ਦਿਓ, ਪੰਥਪ੍ਰੀਤ ਸਿੰਘ ਧੁੰਦਾ ਜੀ ਹੋਰਾਂ ਦੀ, ਉਹਨਾਂ ਦੀ ਵੀਡੀਓ ਕਢਵਾ ਦਿਓ ਇਹਦੇ ਵਿੱਚੋਂ, ਹੈਨਾ। ਆਹੋ ਉਹ ਦੱਸ ਦੇਣ ਸਾਨੂੰ ਇੱਥੇ ਸਿੰਘ ਮਤਲਬ ਕੀ ਕੀ ਕਿੱਥੇ ਕਿੱਥੇ ਕੀ ਕੀ ਗਲਤ ਹੋਇਆ ਆ। ਤੁਸੀਂ ਇੱਕ 10 ਸਕਿੰਟ ਦੀ ਗੱਲ ਦੇ ਵਿੱਚ ਤੁਸੀਂ ਯਾਨੀ ਕਿ ਐਡ ਕੀਤੀ ਹੈ ਸਾਰੀਆਂ ਆਹ ਗੱਲਾਂ ਕੱਟ ਕੇ ਜਿਹੜੀਆਂ ਸੁਣਾ ਰਹੇ ਹਾਂ ਆਪਾਂ, ਉਹਦੇ 10 ਸਕਿੰਟ ਦੀ ਗੱਲ ਤੇ ਤੁਸੀਂ ਰੋਲਾ ਪਾ ਰਹੇ ਵੀ ਨਹੀਂ ਨਹੀਂ ਏਦਾਂ ਨੀ ਏਦਾਂ ਕਹਿ ਗਿਆ ਏਦਾਂ ਨੀ ਏਦਾਂ ਨਹੀਂ ਨਹੀਂ ਬਸ ਜੀ ਕਹਿੰਦੇ ਇੱਦਾਂ ਇੱਦਾਂ ਨਾ ਕਹੋ ਵੀ ਇਨਸਾਨਾਂ ਵਾਂਗ ਗਲਤੀਆਂ ਕਰਦੇ ਸੀ ਉਹ ਇੱਦਾਂ। ਹਾਂਜੀ ਠੀਕ ਆ। ਹੁਣ ਉਹ ਜਿੰਨਾ ਚਿਰ ਅਸੀਂ ਗੁਰੂ ਸਾਹਿਬ ਨੂੰ ਇਸ ਤਰੀਕੇ ਨਾਲ ਨਹੀਂ ਦੇਖਦੇ, ਇਸ ਐਂਗਲ ਤੋਂ ਨਹੀਂ ਦੇਖਦੇ, ਹਾਂਜੀ, ਉਨਾ ਚਿਰ ਅਸੀਂ ਆਪਣੇ ਮੋਢਿਆਂ ਤੇ ਜ਼ਿੰਮੇਵਾਰੀ ਲੈ ਕੇ ਭਵਿੱਖ ਸਵਾਰਨ ਦੇ ਲਈ ਨਹੀਂ ਤੁਰਨਾ। ਹਾਂਜੀ ਜਦੋਂ ਅਸੀਂ ਇਹ ਕਹਿਣਾ ਪਏ ਤਾਂ ਗੁਰੂ ਸਾਹਿਬ ਸੀਗੇ, ਉਹ ਤਾਂ ਮਹਾਨ ਸੀਗੇ, ਹਾਂਜੀ, ਉਹਨਾਂ ਦੀ ਤਾਂ ਕੀਤੀ ਹੋਈ ਗਲਤੀ ਵੀ ਜਿਹੜੀ ਆ ਰੱਬ ਸੱਚ ਕਰ ਰਿਹਾ ਆ। ਹਾਂਜੀ ਉਹਨਾਂ ਦੀ ਕੀਤੀ ਹੋਈ ਗਲਤੀ ਨੂੰ, ਉਹਨਾਂ ਦੇ ਲਏ ਹੋਏ ਗਲਤ ਫੈਸਲੇ ਨੂੰ ਕਿਸੇ ਹੋਰ ਦੇ ਮੋਢਿਆਂ ਤੇ ਸਿੱਟਿਆ ਜਾ ਸਕਦਾ। ਹਾਂਜੀ ਹੁਣ ਸਾਡੇ ਤਾਂ ਨਹੀਂ ਹੋਣਾ ਇੱਦਾਂ, ਫੇਰ ਅਸੀਂ ਕਰਾਂਗੇ, ਅਸੀਂ ਤਾਂ ਫੈਸਲਾ ਲਵਾਂਗੇ ਹੀ ਨਹੀਂ ਫਿਰ ਬਈਆ, ਫਿਰ ਤਾਂ ਚੁੱਪ ਰਹੂਗਾ ਬੰਦਾ। ਹੁਣ ਬਾਅਦ ਵਿੱਚ ਨੀਹਾਂ ਚ ਕਿਉਂ ਨੀ ਕਿਸੇ ਦੇ ਬੱਚੇ ਚਲੇ ਜਾ ਰਹੇ, ਬਾਅਦ ਚ ਕੋਈ ਤਿਆਰ ਕਿਉਂ ਨੀ ਹੋ ਰਿਹਾ, ਆਹੀ ਕਾਰਨ, ਆਹੀ ਕਾਰਨ ਆ। ਗਮਲੇ ਖਾ ਕੇ ਵੀ ਕਿਉਂ ਚੋਪਿਆ ਪ੍ਰਚਾਰਕ, ਆਹੀ ਕਾਰਨ। ਹਾਂ ਉਹ ਤਾਂ ਗੁਰੂ ਆ ਜਿਹੜਾ ਭੁੱਲਣਾ ਹਾਰ ਨੀ ਹੈਗਾ ਜਾਣੀ, ਅਸੀਂ ਤਾਂ ਭੁੱਲਣਾ ਹਾਰੇ ਆ। ਸਾਤੋਂ ਤਾਂ ਇੱਦਾਂ ਜੇ ਕੁਛ ਹੋ ਗਿਆ ਸਾਡੀ ਤਾਂ ਸਿੱਖੀ ਖਤਮ ਹੋ ਜਾਣੀ ਆ। ਜਦਕਿ ਕੁਛ ਵੀ ਇਸ ਤਰੀਕੇ ਨਾਲ ਠੀਕ ਜਾਂ ਗਲਤ ਨਹੀਂ ਹੈਗਾ, ਗੱਲ ਸਿਰਫ ਹੋਣਾ ਆ, ਬਿਲਕੁਲ ਉਹਦਾ ਹੋਣਾ ਆ ਬਸ, ਠੀਕ ਹੈ। ਇਸੇ ਕਰਕੇ ਜਦੋਂ ਡਿਸੀਜਨ ਲਏ ਜਾਂਦੇ ਨਾ, ਉਹਦੇ ਬਾਰੇ ਇੱਦਾਂ ਨਹੀਂ ਕੀਤਾ ਜਾਂਦਾ ਵੀ ਇਹ ਡਿਸੀਜਨ ਠੀਕ ਆ, ਇਹ ਡਿਸੀਜਨ ਗਲਤ ਆ। ਗੱਲ ਉਹਦੇ ਸਿੱਟਿਆਂ ਨੂੰ ਵਿਚਾਰਨਾ ਆ, ਹਾਂਜੀ, ਠੀਕ ਹੈ। ਜਿੱਦਾਂ ਦੇ ਵੀ ਸਿੱਟੇ ਨਿਕਲੇ ਆ, ਕਿਉਂਕਿ ਜੋ ਤੁਹਾਡੇ ਕੋਲ ਸੀਗਾ ਤੁਸੀਂ ਉਹਦੇ ਆਧਾਰ ਤੇ ਫੈਸਲਾ ਲੈ ਲਿਆ, ਹਾਂਜੀ, ਹਨਾ। ਹੁਣ ਜਿਹੜੇ ਸਿੱਟੇ ਨਿਕਲੇ ਆ ਉਹਦੀ ਜ਼ਿੰਮੇਵਾਰੀ ਲੈ ਲਓ ਤੁਸੀਂ, ਬਸ ਉਹ ਤੋਂ ਤੁਹਾਨੂੰ ਪਤਾ ਲੱਗ ਜਾਣਾ ਵੀ ਤੁਹਾਡੇ ਕੋਲ 3 ਰਾਹ ਸੀ, ਹਾਂਜੀ, 3 ਚੋਂ ਤੁਸੀਂ 1 ਚੁਣ ਲਿਆ, ਹਾਂਜੀ, ਉਹ ਉਹਦੇ ਸਿੱਟੇ ਠੀਕ ਨਹੀਂ ਨਿਕਲੇ, ਹੁਣ ਤੁਹਾਡੇ ਕੋਲ 2 ਰਾਹ ਬਚੇ ਆ ਗਾਂ ਦੀ ਵਾਰੀ, ਹਾਂਜੀ, ਹੁਣ ਇਹਨਾਂ ਚੋਂ ਚੂਜ਼ ਕਰਨਾ, ਉਹਦੇ ਚ ਦੋ ਚੋਂ ਚੂਜ਼ ਕਰਨਾ, ਹਾਂਜੀ, ਠੀਕ ਆ। ਦੂਜੀ ਵਾਰ ਫੈਸਲਾ ਲੈਣ ਲਈ 1 ਰਾਹ ਜਿਹੜਾ ਓਲੀਮੀਨੇਟ ਹੋ ਚੁੱਕਾ ਹੈ, ਹੁਣ ਨਹੀਂ ਬਚਿਆ ਤੁਹਾਡੇ ਜੀ, ਸੌਖਾ ਹੋਇਆ ਤੁਹਾਡੇ। ਉਹ ਸਾਰੂ ਕਲਪਨਾ ਜਿਹੜੀ ਆ ਨਾ ਉਹ ਕਰਨੀ ਚਾਹੀਦੀ ਹਰ ਇੱਕ ਨੂੰ। ਇੱਦਾਂ ਹੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਭਾਈ ਲਹਿਣਾ ਜੀ ਚੋਣ ਕੀਤੀ ਹੋਈ, ਜਿਹੜਾ ਭਵਿੱਖ ਅੰਦਾਜ਼ਾ ਵੀ ਇਹੀ ਕਰ ਸਕਦੇ, ਉਹ ਫਿਰ ਸਾਰਾ ਜਥਾ ਉਹ ਚ ਨਿਕਲਿਆ ਹੋਣਾ ਵੀ ਆਪਦਾ ਜਿਹੜਾ ਵਿਹਾਰਿਕ ਪੱਖ ਵੀ ਇਹੀ ਸੂਟੇਬਲ ਵੀ ਇੱਕ ਏਡੀ ਵੱਡੀ ਜ਼ਿੰਮੇਵਾਰੀ ਕਿਸੇ ਨੂੰ ਸੌਂਪਣਾ ਵੀ ਕਿਸੇ ਤੁਹਾਡਾ ਅੰਦਾਜ਼ਾ ਉਹਦੇ ਪ੍ਰਤੀ ਸਹੀ ਹੋਣਾ ਵੀ ਬਹੁਤ ਵੱਡੀ ਚੀਜ਼ ਆ, ਉਹ ਚ ਅਲਾਰੂ ਨਹੀਂ ਨਾ ਹੋ ਸਕਦੇ ਤੁਸੀਂ, ਉਹ ਚ ਤੁਹਾਨੂੰ ਅਪਰਚੁਨਿਟੀ ਦੇਣੀ ਪੈਣੀ ਆ। ਤੁਸੀਂ ਇੱਦਾਂ ਨਹੀਂ ਕਰ ਸਕਦੇ ਭਈ ਹੁਣ ਕਈ ਵਾਰੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਪਤਾ ਹੁੰਦਾ ਜਦੋਂ ਬੰਦਾ ਇਹ ਕੰਮ ਕਰਨ ਲੱਗ ਪੈਂਦਾ ਨਾ, ਹਾਂਜੀ, ਹੁਣ ਮੈਨੂੰ ਜਦੋਂ ਧੁੰਦਾ ਜੀ ਪੰਥਪ੍ਰੀਤ ਸਿੰਘ ਉਹਨਾਂ ਦੀ ਗੱਲ ਹੋਈ ਆ, ਹਾਂਜੀ, ਉਦੋਂ ਇੰਨੇ ਕੁ ਬੰਦੇ ਵਾਰ ਵਾਰ ਮੈਸੇਜ ਕਰਦੇ ਆ ਨਾ ਭਾਈ ਭਾਈ ਸਾਹਿਬ ਸਾਨੂੰ ਨੀ ਲੱਗਦਾ ਪਿਓ ਨੀ ਆਉਣਾ ਮੁੜ ਕੇ, ਹਾਂਜੀ, ਏਦਾਂ। ਹੁਣ ਜਦੋਂ ਗੱਲ ਹੁੰਦੀ ਆ ਜੇ 10 ਮਿੰਟਾਂ ਦੀ ਪ੍ਰਕਾਸ਼ ਦੀ ਗੱਲ ਹੁੰਦੀ ਆ, ਹਾਂਜੀ, ਹਨਾ, ਵੀ ਲੈ ਇੱਦਾਂ ਜਥੇਦਾਰਾਂ ਨੇ ਕਿੱਥੇ ਕਰਨੀ ਆ, ਹਾਂਜੀ, ਉਹਨੂੰ ਥੋੜੋ ਮੰਨਣੀ ਆ, ਅਸੀਂ ਇੱਦਾਂ ਜੀਨੇ ਆ, ਠੀਕ ਹੈ ਜੀ, ਠੀਕ ਹੈ। ਜਦੋਂ ਗਿਆਨ ਆਉਂਦਾ ਨਾ, ਹਾਂਜੀ, ਜੇ ਗਿਆਨ ਪ੍ਰੈਕਟੀਕਲ ਨਹੀਂ ਹੈਗਾ, ਹਾਂਜੀ, ਇੱਦਾਂ ਜੀਂਦਾ ਉਹ ਇਹ ਨਹੀਂ ਦੇਖਦਾ, ਉਸ ਵੇਲੇ ਬੰਦਾ ਇਹ ਨਹੀਂ ਦੇਖਦਾ ਵੀ ਉਹ ਫੈਸਲਾ ਜਿਹੜਾ ਨਾ ਉਹਨੂੰ ਪ੍ਰੈਕਟੀਕਲੀ ਲਾਗੂ ਕਰਨ ਦੇ ਲਈ ਕਿਹੜੀਆਂ ਸਟੇਜਾਂ ਵਿੱਚੋਂ ਲੈ ਕੇ ਜਾਣਾ ਮੈਨੂੰ, ਠੀਕ ਹੈ ਜੀ, ਠੀਕ ਹੈ, ਕਿੰਨਾ ਕਿੰਨਾ ਮੈਂ ਕਹਾਂ ਤਾਂ ਕਿ ਜਿਹੜਾ ਬੰਦਾ ਮੂਹਰੇ ਕਰਨੇ ਵਾਲਾ ਹੈ ਨਾ, ਹਾਂਜੀ, ਜਾਂ ਤਾਂ ਉਹ ਕਰਨ ਲੱਗ ਪਵੇ, ਹਾਂਜੀ, ਉਹਨੂੰ ਲੱਗੇ ਵੀ ਮੇਰੇ ਹੱਕ ਦਾ ਆ, ਹਾਂਜੀ, ਉਹ ਜਾਂ ਡਰ ਜਾਏ, ਹਾਂਜੀ, ਠੀਕ ਹੈ, ਜਾਂ ਲਾਲਚ ਵਿੱਚ ਆ ਜਾਏ, ਹਾਂਜੀ, ਉਹਨੂੰ ਫਾਇਦਾ ਦਿਸ ਜਾਏ, ਹਾਂਜੀ, ਉਹ ਕਰਨ ਲੱਗ ਪਵੇ। ਨਹੀਂ ਤਾਂ ਜਿਹੜੇ ਬਾਕੀ ਬੰਦੇ ਆ ਨਾ ਉਹ ਜੈਨੂਨਲੀ ਸਮਝ ਜਾਣ ਵੀ ਨਹੀਂ, ਪ੍ਰਿਥੀ ਚੰਦ ਦੇ ਸਾਰਾ ਕੁਛ ਕਰਨ ਤੋਂ ਬਾਅਦ, ਹਾਂਜੀ, ਸ਼੍ਰੀ ਚੰਦ ਦੇ ਆਪਣਾ ਜੀਵਨ ਦਾ ਬਹੁਤਾ ਹਿੱਸਾ ਗੁਰਮਤਿ ਦੇ ਉਲਟ ਬਿਤਾਉਣ ਤੋਂ ਬਾਅਦ, ਹਾਂਜੀ, ਜਿਹੜੇ ਸਿਆਣੇ ਬੰਦੇ ਸੀ ਨਾ, ਹਾਂਜੀ, ਉਹ ਸਮਝ ਗਏ ਸੀ, ਠੀਕ ਹੈ, ਇਹ ਯੋਗ ਨਹੀਂ ਹੈਗਾ, ਹਾਂਜੀ, ਠੀਕ ਹੈ। ਜੇ ਹੁਣ ਪ੍ਰਿਥੀ ਚੰਦ ਨੂੰ ਬਿਨਾਂ ਹੀ ਪ੍ਰਬੰਧ ਦਿੱਤਿਆਂ ਇੱਦਾਂ, ਇਹ ਨਹੀਂ ਹੋ ਸਕਦੀ ਵੀ ਉਹ ਸਮੈਲ ਨਾ ਆਉਂਦੀ ਹੋਵੇ ਗੁਰੂ ਸਾਹਿਬ ਨੂੰ, ਹਾਂਜੀ, ਠੀਕ ਹੈ। ਹੁਣ ਉਹ ਲੋਕਾਂ ਮੂਹਰੇ ਪ੍ਰਗਟ ਕਦੋਂ ਹੋ ਰਿਹਾ ਆ, ਜਦੋਂ ਗੁਰੂ ਸਾਹਿਬ ਆਪ ਫੈਸਲੇ ਲੈ ਰਹੇ ਆ, ਹਾਂਜੀ, ਠੀਕ ਹੈ, ਉਦੋਂ ਉਹ ਪ੍ਰਬੰਧ ਕਰਾ ਕੇ ਸਾਰਾ ਕੁਛ ਕਰਕੇ ਉਹਨੂੰ ਲੋਕਾਂ ਮੂਹਰੇ ਪ੍ਰਗਟ ਕਰ ਰਹੇ ਆ, ਠੀਕ ਹੈ। ਮੁੜ ਕੇ ਜਿਹੜਾ ਆਪਣਾ ਫੈਸਲਾ ਆ ਉਹ ਮੋਹਰ ਜਿਹੜੀ ਆ ਗੁਰੂ ਅਰਜਨ ਦੇਵ ਜੀ ਦੇ ਉੱਤੇ ਲੱਗ ਰਹੀ ਆ। ਹੁਣ ਨਾ ਅਸੀਂ ਜਦੋਂ ਇਹ ਪੱਖ ਆਉਂਦਾ ਵੀ ਪਹਿਲਾਂ ਪ੍ਰਗਟ ਹੋਣ ਦੀ ਉਹਨੂੰ, ਉਦੋਂ ਅਸੀਂ ਕਾਹਲੀ ਕਰਦੇ ਹਾਂ, ਨਹੀਂ ਜਦੋਂ ਪਤਾ ਆ ਵੀ ਫੈਸਲਾ ਕਰੋ ਤੁਸੀਂ, ਅੜੀਕੀ ਕਿਉਂ ਜਾਂਦੇ ਹੋ ਤੁਸੀਂ, ਠੀਕ ਹੈ, ਉਦੋਂ ਇਹ ਕਰਨਾ ਚਾਹੁੰਦੇ ਆ, ਹੈਨਾ। ਜਦੋਂ ਜਿਹੜਾ ਗੁਰੂ ਸਾਹਿਬ ਦੇ ਜਿੱਥੇ ਇਹ ਪ੍ਰਿਥੀ ਚੰਦ ਵਾਲਾ ਚੈਪਟਰ ਆ ਸਾਰਾ, ਉਹਨੂੰ ਅਧਿਆਤਮਿਕਤਾ ਨਾਲ ਜੋੜਨਾ ਚਾਹੁੰਦੇ ਆ,
ਹਾਂਜੀ ਠੀਕ ਹੈ ਦੋ ਇਹ ਗੱਲ ਤੇ ਆਓ ਜਿਹੜੀ ਗੁਰਬਾਣੀ ਆ ਗੁਰਬਾਣੀ ਉਹ ਗੁਰਬਾਣੀ ਬਣੀਆਂ ਜਿਹੜੀਆਂ ਜ਼ਿੰਦਗੀ ਦੀਆਂ ਅਟਲ ਸੱਚਾਈਆਂ ਸੀ ਉਹ ਕੁਛ ਕੋਟੇਸ਼ਨਾਂ ਜਿਹੜੀਆਂ ਸੀ ਨਾ ਉਹਨਾਂ ਦੀਆਂ ਜ਼ਿੰਦਗੀ ਦੀਆਂ ਸੱਚੀਆਂ ਜਿਹੜੀਆਂ ਸੀ ਉਹ ਉਹ ਬਣੀਆਂ ਹੁਣ ਜਿੱਦਣ ਸਾਨੂੰ ਨਾ ਕਿਸੇ ਨੂੰ ਕੜਵਾ ਕਹਿਣ ਕਿਸੇ ਨੂੰ ਕੌੜਾ ਕਹਿਣ ਦੀ ਉਹ ਗੱਲਾਂ ਦੀ ਜਦੋਂ ਗੱਲ ਹੋਣੀ ਆ ਹਾਂਜੀ ਵੀ ਨਹੀਂ ਜੀ ਆਪ ਜਦੋਂ ਵੀਰ ਵੀ ਗੱਲ ਕਰਦਾ ਸੀ ਵੀ ਏਦਾਂ ਸਾਨੂੰ ਕਰਨਾ ਚਾਹੀਦਾ ਹਾਂਜੀ ਹਨਾ ਫਿਰ ਜਿਹੜਾ ਵੀ ਪਾਂਡੇ ਤੁਮਰਾ ਰਾਮ ਚੰਦ ਉਹ ਵੀ ਆਵਤ ਦੇਖਿਆ ਥਾ ਹਾਂਜੀ ਰਾਵਣ ਸੇਤੀ ਸਰਵਰ ਹੋਈ ਘਰ ਕੀ ਜੋਏ ਗੁਆਈ ਥੀ ਉਹ ਕਿੱਥੋਂ ਆਇਆ ਫਿਰ ਕਿਸੇ ਨੂੰ ਜਿਹਨੂੰ ਰੱਬ ਮੰਨ ਕੇ ਬੈਠਾ ਉਹ ਇੱਕ ਭਗਤ ਨਾਮਦੇਵ ਵਰਗਾ ਬੰਦਾ ਇੱਕ ਸ਼ਿੰਬਾ ਬੰਦਾ ਯਾਰ ਹਾਂਜੀ ਹੁਣ ਇੱਕ ਜਲਾਹਾ ਜਿਹੜਾ ਖਾਦੀ ਦਾ ਕੰਮ ਕਰ ਰਿਹਾ ਹੈ ਜਾਣੀ ਉਹ 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 ਕਹਿੰਦਾ ਵੀ ਜੋ ਤਾਂ ਬ੍ਰਾਹਮਣ ਬ੍ਰਾਹਮਣ ਹੀ ਜਾਇਆ ਤਾਂ ਆਉਣ ਵਾਟ ਕਹੀ ਨਹੀਂ ਆਇਆ ਹੁਣ ਮੁਗਲਾਂ ਦਾ ਰਾਜ ਹਨਾ ਉਸ ਵੇਲੇ ਇਹ ਕਹਿਣਾ ਵੀ ਸੁੰਨਤ ਕੀ ਹੈ ਤੁਰਕ ਜੇ ਹੋਏਗਾ ਔਰਤ ਕਾ ਕਿਆ ਕਰੀਏ ਕਿੱਥੇ ਗਈ ਨਿਮਰਤਾ ਉਹ ਚੈਪਟਰ ਸਾਡੇ ਵਿੱਚੋਂ ਮਿਸਿੰਗ ਹੋ ਰਿਹਾ ਕਿਤੇ ਨਾ ਕਿਤੇ ਕਾਹਤੇ ਹੋ ਰਿਹਾ ਆ ਸਟੇਟ ਨੂੰ ਜੱਚਦਾ ਨਹੀਂ ਇੱਕ ਵੀਰ ਮੈਨੂੰ ਪੁੱਛਦਾ ਸੀ ਕਹਿੰਦਾ ਵੀ ਕੇਜਰੀਵਾਲ ਅਸੀਂ ਕਹਿੰਦਾ ਉਹਦੀ ਸਪੋਰਟ ਕਰਦੇ ਹੁੰਦੇ ਸੀ ਠੀਕ ਹੈ ਜੀ ਵੀ ਤੁਸੀਂ ਕਹਿੰਦਾ ਮੈਂ ਉਦੋਂ ਨਹੀਂ ਸੀ ਸੁਣਦਾ ਰੇਡੀਓ ਹਾਂਜੀ ਵੀ ਮੈਂ ਬਾਅਦ ਵਿੱਚ ਸੁਣਨ ਲੱਗਾ ਥੋੜਾ ਜਿਹਾ ਤੇ ਮੈਂ ਪ੍ਰੋਗਰਾਮ ਸੁਣੇ ਆ ਹੁਣ ਤੁਹਾਡੇ ਪਿੱਛਿਓ ਜਾ ਕੇ ਅਸੀਂ ਤਾਂ ਸਪੋਰਟ ਕਰਦੇ ਸੀ ਉਹਦੀ ਤੁਸੀਂ ਤੁਸੀਂ ਕਹਿੰਦੇ ਵੀ ਨਹੀਂ ਠੀਕ ਨਹੀਂ ਬੰਦਾ ਪਰ ਜਦੋਂ ਦਿੱਲੀ ਚ ਦੇਖਦੇ ਆ ਸਕੂਲ ਇੰਨੇ ਵਧੀਆ ਬਣਾ ਦਿੱਤੇ ਹਸਪਤਾਲ ਇੰਨੇ ਸਿਸਟਮ ਇੰਨਾ ਵਧੀਆ ਕਰ ਰਿਹਾ ਉਹ ਵੀ ਪੰਜਾਬ ਲਈ ਚੰਗਾ ਕਿਉਂ ਨਾ ਹੁੰਦਾ ਮੈਂ ਕਿਹਾ ਇਹ ਸਮਝਣ ਵਾਲੀ ਗੱਲ ਇਹ ਆ ਵੀ ਜਿਹੜਾ ਦਿੱਲੀ ਉਹਨਾਂ ਦੀ ਆ ਹਾਂਜੀ ਪੰਜਾਬ ਥੋੜੀ ਉਹਨਾਂ ਦਾ ਆ ਹਾਂਜੀ ਤੁਸੀਂ ਕਹਿੰਦੇ ਆ ਵੀ ਪੰਜਾਬ ਉਹਨਾਂ ਦਾ ਦਿੰਦੇ ਉਹਨਾਂ ਨੂੰ ਤੁਸੀਂ ਹਾਂਜੀ ਜੇ ਦੇਣਾ ਆ ਫਿਰ ਠੀਕ ਆ ਫਿਰ ਦਿੱਲੀ ਵਾਂਗ ਸੰਭਾਲ ਲਓਗੇ ਉਹ ਹਾਂਜੀ ਜੇ ਦਿੱਲੀ ਆਂਗੇ ਤੁਸੀਂ ਚਾਹੁੰਦੇ ਆ ਵੀ ਜਿੱਦਾਂ ਉੱਥੇ ਸਕੂਲ ਉੱਥੇ ਸਿਲੇਬਸ ਬਣਾ ਕੇ ਇੱਥੇ ਵੀ ਬਣਾ ਦੇਣ ਉਹ ਉਸ ਸਿਲੇਬਸ ਨਾਲ ਪੈਦਾ ਕੀ ਹੋਣੇ ਫਿਰ ਕੇਜਰੀਵਾਲ ਪੈਦਾ ਹੁੰਦੇ ਆ ਜਿਹੜੇ ਜਿਹੜੇ ਸਕੂਲ ਕੇਜਰੀਵਾਲ ਨੇ ਸੋਹਣੇ ਬਣਾਉਣੇ ਆ ਨਾ ਹਾਂਜੀ ਕੱਲੀਆਂ ਬਿਲਡਿੰਗਾਂ ਥੋੜਾ ਸੋਹਣੀਆਂ ਬਣਾਉਣੀਆਂ ਸਿਲੇਬਸ ਵੀ ਤਾਂ ਕਰੂਗੇ ਟੀਚਰ ਵੀ ਪ੍ਰਬੰਧ ਤਾਂ ਉਹ ਕਰੂਗੇ ਨਾ ਉਹਦੇ ਵਿੱਚ ਪੈਦਾ ਕੀ ਹੋਣੇ ਫਿਰ ਘੱਗੇ ਪ੍ਰੋਫੈਸਰ ਦਰਸ਼ਨ ਸਿੰਘ ਨਹੀਂ ਜੀਣ ਵਾਲੇ ਨਹੀਂ ਜੀ ਧੁੰਦੇ ਨਹੀਂ ਜੀ ਬਿਲਕੁਲ ਉਹਦੇ ਵਿੱਚ ਤਾਂ ਭਗਵੰਤ ਮਾਨ ਘੁੱਗੀ ਜਿਹੜੇ ਉਹਨਾਂ ਦੇ ਜਿਹੜੇ ਉਹਨਾਂ ਨੂੰ ਜਿੱਦਾਂ ਦੇ ਉਹਨਾਂ ਨੂੰ ਚਾਹੀਦੇ ਆ ਬਿਲਕੁਲ ਉਹ ਪੈਦਾ ਹੋਣੇ ਆ ਠੀਕ ਹੈ ਇਸ ਕਰਕੇ ਉਹ ਜਿਹੜਾ ਜਿਹੜਾ ਅਸੀਂ ਪੋਟੈਂਸ਼ੀਅਲ ਜਿਹੜਾ ਹੈ ਨਾ ਉਹਨੂੰ ਨਾ ਮਾਰ ਲਈਏ ਉਹਨੂੰ ਰੱਖੀਏ ਵੀ ਸਾਡੇ ਕੰਮ ਦਾ ਕੀ ਆ ਇੱਥੇ ਠੀਕ ਆ ਉਹ ਗੱਲ ਚਲੋ ਵਿੱਚ ਆ ਗਈ ਉੱਦਾਂ ਪਰ ਬੜੀ ਜ਼ਰੂਰੀ ਸੀ ਮੈਨੂੰ ਕਦੀ ਸੀ ਜਾਣੀ ਏਦਾਂ ਜਦੋਂ ਸਾਹਮਣੇ ਆਈ ਨਾ ਜਦੋਂ ਆਉਂਦੀ ਹੁੰਦੀ ਹੈ ਨਾ ਗੱਲ ਜੇ ਉਹਨੂੰ ਨਾ ਕਰੀਏ ਫੇਰ ਅੰਦਰ ਹੋਰੇ ਤਰ੍ਹਾਂ ਉਬਾਲਾ ਜਿਹਾ ਹੁੰਦਾ ਅੰਦਰ ਟੱਪੀ ਜਾਂਦੀ ਉਹ ਠੀਕ ਹੈ ਤੇ ਹੁੰਦੀਆਂ ਤਾਂ ਕਈ ਗੱਲਾਂ ਨੁਕਸਾਨਦੇਹ ਆ ਇੱਦਾਂ ਹਾਂਜੀ ਕਰਕੇ ਜਦੋਂ ਪੰਗਾ ਇਹ ਵੀ ਪੈ ਜਾਂਦਾ ਕਈ ਵਾਰ ਆਪ ਨੂੰ ਇੱਦਾਂ ਕਈ ਵਾਰ ਹੁਣ ਜਦੋਂ ਦੂਜੇ ਦਿਨ ਅਗਲੇ ਨੇ ਫੋਨ ਕਰਨਾ ਰਿਪੀਟ ਸੁਣ ਕੇ ਹਾਂਜੀ ਵੀ ਉਹ ਜਿਹੜੀ ਤੁਸੀਂ ਗੱਲ ਕਰਦੇ ਸੀ ਇੱਦਾਂ ਵੀ ਚੇਤਾ ਨਹੀਂ ਹੁੰਦਾ ਵੀ ਕਿਹੜੀ ਗੱਲ ਕੀਤੀ ਪਹਿਲਾਂ ਦੱਸ ਭਰਾਵਾ ਪੂਰੀ ਗੱਲ ਦੱਸ ਹਨਾ ਪਰ ਉਹ ਇਹ ਗੱਲ ਹੈ ਜਾਣੀ ਜਿੱਦਾਂ ਬੜੀ ਕੰਮ ਦੀ ਆ ਸਾਡੇ ਜੇ ਸਮਝ ਲਈ ਅਸੀਂ ਜਿਹੜਾ ਸਾਡਾ ਜਾਗਰੂਕ ਹੋਣਾ ਗਿਆਨਵਾਨ ਹੋਣਾ ਹੈ ਨਾ ਜਿਹੜਾ ਸਾਡਾ ਉਸਾਰੂ ਪਾਸੇ ਤੁਰਨਾ ਆ ਉਹ ਪ੍ਰੈਕਟੀਕਲ ਹੋਣਾ ਵਿਹਾਰਕ ਹੋਣਾ ਆ ਜਦੋਂ ਗੁਰੂ ਸਾਹਿਬ ਨੂੰ ਅਸੀਂ ਇੱਦਾਂ ਇੱਦਾਂ ਸਮਝ ਲਿਆ ਨਾ ਇੱਦਾਂ ਵੀ ਏਦਾਂ ਜੀਵੇ ਆ ਉਹ ਜ਼ਿੰਦਗੀ ਚ ਹੋਈਆਂ ਉਹ ਗਲਤੀਆਂ ਹੋਈਆਂ ਆ ਫੈਸਲੇ ਜਿਹੜੇ ਗਲਤ ਹੋਏ ਰਾਮ ਰਾਏ ਨੂੰ ਭੇਜਣਾ ਹਰ ਰਾਏ ਸਾਹਿਬ ਦਾ ਠੀਕ ਹੈ ਨਾ ਵੀ ਉਸ ਵੇਲੇ ਸਾਰਾ ਕੁਛ ਜਾਣਦਾ ਉਹ ਮੁੜ ਕੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦਾ ਆਉਣਾ ਗੱਦੀ ਦੇ ਉੱਤੇ ਹਾਂਜੀ ਹਨਾ ਉਹ ਉਹ ਜਦੋਂ ਉਹ ਸਮਝ ਲਿਆ ਸੀ ਫਿਰ ਸਾਨੂੰ ਗੁਰਬਾਣੀ ਦੀ ਸਮਝ ਆਉਣੀ ਆ ਫਿਰ ਬਸ ਇੱਥੋਂ ਇੱਥੋਂ ਚੀਕਾਂ ਵੱਜੀਆਂ ਸੀ ਇਸ ਗੱਲ ਤੋਂ ਹਾਂਜੀ ਠੀਕ ਹੈ ਭਈ ਨਹੀਂ ਉਹ ਕਿਤੇ ਨਾ ਕਿਤੇ ਜਦੋਂ ਜਦੋਂ ਗੱਲ ਤਾਂ ਸਵਾਲ ਤਾਂ ਇਹ ਹੈ ਨਾ ਇਹਦਾ ਜਵਾਬ ਤਾਂ ਦੇ ਦਿਓ ਨਾ ਸਾਨੂੰ ਵੀ ਜਦੋਂ ਤੀਜੇ ਪਾਤਸ਼ਾਹ ਭਾਈ ਜੇਠਾ ਜੀ ਨੂੰ ਭੇਜਦੇ ਆ ਹਾਂਜੀ ਉਹ ਅਟਕਲ ਥੋੜੋ ਵੱਜੀ ਆ ਉਹ ਬੰਦਾ ਬੈਸਟ ਬੰਦਾ ਗਿਆ ਉੱਥੋਂ ਹਾਂਜੀ ਠੀਕ ਹੈ ਨਾ ਜਿਹੜਾ ਉਹਨਾਂ ਦੇ ਬਰਾਬਰ ਦੀ ਗੱਲ ਕਰ ਸਕਦਾ ਸੀ ਉਹ ਭੇਜਿਆ ਉਹ ਭੇਜਿਆ ਹਨਾ ਜੇ ਇੱਦਾਂ ਕਿੱਦਾਂ ਹੋ ਸਕਦੀ ਵੀ ਰਾਮ ਰਾਏ ਨੇ ਇੱਦਾਂ ਗੁਰੂ ਹਰ ਰਾਏ ਸਾਹਿਬ ਨੇ ਇੱਦਾਂ ਨਾ ਰਾਮ ਰਾਏ ਨੂੰ ਇੱਦਾਂ ਭੇਜਿਆ ਹੋਵੇ ਵੀ ਬੈਸਟ ਆ ਬੰਦਾ ਮੇਰਾ ਹਾਂਜੀ
ਹੁਣ ਤੁਸੀਂ ਆਪਣੇ ਬਿਹਾਫ ਤੇ ਕਿਸੇ ਨੂੰ ਵੀ ਗੱਲ ਕਰਨ ਭੇਜਣਾ ਹੈ, ਕਿਹਨੂੰ ਭੇਜੋਗੇ ਤੁਸੀਂ? ਤੁਸੀਂ ਉਹਨੂੰ ਭੇਜਣਾ ਜਿਹਦੇ ਉੱਤੇ ਸਭ ਤੋਂ ਵੱਧ ਯਕੀਨ ਹੈ, ਮੇਰੇ ਬਿਹਾਫ ਤੇ ਜਾ ਕੇ ਗੱਲ ਕਰਨੀ ਹੈ ਇਸ ਬੰਦੇ ਨੇ ਜਾ ਕੇ, ਵੀ ਆਹ ਬੰਦਾ ਜਾਊਗਾ ਹੁਣ ਜਾ ਕੇ। ਇੱਦਾਂ ਥੋੜੀ ਵੀ ਉੱਥੇ ਗੁਰੂ ਘਰ ਦੀ ਬਦਨਾਮੀ ਕਰਾਉਣ ਨੂੰ ਭੇਜਿਆ ਹੈ ਹਨਾ। ਹੁਣ ਜਦੋਂ ਉਹ ਜਿਹੜਾ ਉਹਨਾਂ ਦਾ ਭਰੋਸਾ ਸੀ, ਜਿਹੜਾ ਉਹਨਾਂ ਦਾ ਵਿਸ਼ਵਾਸ ਸੀ, ਹਾਂਜੀ, ਜਿਹੜਾ ਤੋੜਿਆ ਉਹਨੇ ਆ, ਪਰ ਚੁਣਿਆ ਕਿਨੇ ਉਹਨਾਂ ਨੂੰ ਗੁਰੂ ਸਾਹਿਬ ਨੇ? ਇਹ ਤਾਂ ਦੇਖਣਾ ਪੈਣਾ ਹੁਣ। ਨਹੀਂ ਚਲੋ ਮੈਂ ਕਹਿੰਦਾ ਮੈਂ ਗਲ ਚ ਪੱਲੂ ਪਾ ਕੇ ਮੇਰੇ ਤੋਂ ਮੰਗਾ ਲਓ ਮਾਫ਼ੀ, ਮੰਗਾ ਲਓ ਮੇਰੇ ਕੋਲੋਂ ਵੀ ਮੇਰੇ ਕੋਲੋਂ ਇਹ ਗੱਲ ਕਹਿ ਹੋਈ ਆ ਵੀ ਇੱਥੇ ਗੁਰੂ ਸਾਹਿਬ ਦੀ ਗਲਤੀ ਆ, ਚਲੋ ਮੇਰੇ ਕਹਿਣ ਨਾਲ ਕੀ ਹੋ ਜਾਊਗਾ? ਹਾਂਜੀ। ਹੁਣ ਜਦੋਂ ਤੁਸੀਂ ਉਹਨੂੰ ਰਿਵਾਇੰਡ ਕਰਕੇ ਦੇਖਣਾ, ਜਦੋਂ ਉਸ ਪੱਧਰ ਤੇ ਪਹੁੰਚਣਾ ਆ, ਤੁਹਾਨੂੰ ਇੰਨਾ ਸੋਚਣਾ ਪੈਣਾ, ਇੱਥੇ ਤੱਕ ਜਾਣਾ ਪੈਣਾ, ਤਾਂ ਹੱਲ ਹੋਣਾ। ਫਿਰ ਪਤਾ ਲੱਗਣਾ ਵੀ ਅਸੀਂ ਗੁਰਬਾਣੀ ਕਿੱਦਾਂ ਬਣਨਾ, ਠੀਕ ਹੈ? ਜਿਹੜਾ ਅੱਜ ਆ ਨਾ, ਅੱਜ ਜਿਹੜਾ ਉਹ ਸਾਡੇ ਹੱਥ ਵਿੱਚ ਆ। ਜੇ ਅਸੀਂ ਅੱਜ ਨੂੰ ਯਥਾਰਥ ਦੇ ਨਾਲ ਜੋੜ ਕੇ ਦੇਖਾਂਗੇ, ਜੇ ਅੱਜ ਅਸੀਂ ਵਿਹਾਰਕ ਪੱਖ ਆਪਣਾ ਸਟਰੋਂਗ ਕਰ ਲਾਂਗੇ, ਅਸੀਂ ਆਉਣੇ ਵਾਲੇ ਭਵਿੱਖ ਦੇ ਅੰਦਾਜ਼ੇ ਵਧੀਆ ਲਾ ਲੈਣੇ, ਫਿਰ ਜਿਹੜਾ ਫਿਊਚਰ ਚ ਲਿਖਿਆ ਜਾਣਾ ਨਾ, ਹਾਂਜੀ, ਜਿਹੜਾ ਭਵਿੱਖ ਦੇ ਵਿੱਚ ਇਤਿਹਾਸ ਲਿਖਿਆ ਜਾਣਾ, ਉਹਦੇ ਪੰਨਿਆਂ ਤੇ ਅਸੀਂ ਹੋਣਾ। ਫਿਰ ਹੁਣ ਜਿੱਦਾਂ ਅੱਜ ਹੈ ਨਾ ਵੀ ਬ੍ਰਹਮ ਗਿਆਨੀ ਗੁਰਬਚਨ ਸਿੰਘ ਏਦਾਂ ਕਹਿੰਦੇ ਹੁੰਦੇ ਸੀ, ਹੁਣ ਜੇ ਅੱਜ ਵੀ ਜ਼ਿੰਮੇਵਾਰੀ ਨਾ ਨਿਭਾਈ ਅਸੀਂ, ਫਿਰ 5 ਤੋਂ 50 ਸਾਲ ਬਾਅਦ ਵੀ ਇੱਦਾਂ ਹੀ ਹੋਊਗੇ, ਧੁੰਮਾ ਜੀ ਕਹਿੰਦੇ ਹੁੰਦੇ ਸੀ, ਠਾਕਰ ਸਿੰਘ ਕਹਿੰਦੇ ਹੁੰਦੇ ਸੀ, ਹਾਂਜੀ, ਗੱਲ ਤਾਂ ਨੀ ਸਹੀ ਹੈ ਜੀ। ਅੱਜ ਉਹੀ ਆਉਣ ਵਾਲਾ ਨਿਮਰਤਾ ਵਾਲੇ ਪਤਾ ਨੀ ਕਿੰਨੇ ਜੀਏ ਹੋਣੇ ਅੱਜ, ਯਾਦ ਤਾਂ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਨਾਮ ਜਪਣੇ ਵਾਲੇ ਥੋੜੇ ਸੀ ਕਿਤੇ। ਨਹੀਂ ਠੀਕ ਹੈ ਜੀ, ਠੀਕ ਹੈ, ਤਖ਼ਤ ਕਿਹਨੇ ਪਲਟਾਇਆ, ਹਾਂਜੀ, ਉਹ ਨੀਂਹ ਕਿਹਨੇ ਰੱਖੀ ਆ, ਹਾਂਜੀ, ਉਹ ਜ਼ਿੰਮੇਵਾਰੀ ਗੁਰਮਤ ਸਿੱਖੀ ਦੇ ਵਿੱਚੋਂ ਜੇ ਇਹ ਤੱਤ ਗੈਬ ਆ ਨਾ ਤੁਹਾਡੇ ਅੰਦਰੋਂ, ਤੇ ਸਮਝ ਲਓ ਧਰਮ ਗੈਬ ਆ, ਠੀਕ ਹੈ, ਉਹ ਤੋਂ ਬਿਨਾਂ ਜੋ ਮਰਜ਼ੀ ਕਰੀ ਜਾਓ, ਬਾਕੀ ਸਾਰਾ ਕੁਛ ਜਿਹਨੂੰ ਜਦੋਂ ਗੱਲ ਆਉਂਦੀ ਨਾ ਵੀ ਇੱਕੋ ਧਰਮ ਦ੍ਰਿੜਾ ਸੱਚ ਕੋਈ, ਹਾਂਜੀ, ਠੀਕ ਹੈ, ਉਹ ਸਾਰਿਆਂ ਵਿੱਚ ਇਹ ਸਾਂਝਾ ਆ। ਚਲੋ ਜੀ, ਆਪਣਾ ਟਾਈਮ ਤਾਂ ਹੋ ਚੁੱਕਾ ਆ, ਆਪਾਂ ਆਹੀ ਗੱਲ ਜਿੱਥੋਂ ਨੀ ਖੀਰ ਦੇ ਵਿੱਚੋਂ ਜਿਹੜੀ ਗੱਲ ਕੱਟੀ ਆ ਉੱਥੇ ਤੱਕ ਮੈਂ ਲੈ ਕੇ ਜਾਣਾ ਚਾਹੁੰਦਾ ਸੀ, ਹਾਂਜੀ, ਉਹ ਆਪਾਂ ਸੁਣ ਲਈ ਆ, ਠੀਕ ਹੈ ਜੀ, ਤੇ ਹੁਣ ਬਾਕੀ ਜਿਹੜੀ ਗੱਲਬਾਤ ਆ ਆਪਾਂ ਇਹ ਹੁੰਦੀ ਰਹਿਣੀ ਆ, ਹਾਂਜੀ, ਕੱਲ ਨੂੰ ਵੀ ਥੋੜੀ ਬਹੁਤੀ ਦੇਖ ਲਵਾਂਗੇ, ਇਹਨਾਂ ਵਿੱਚੋਂ ਕਿਸੇ ਨੂੰ ਹੋ ਸਕਦਾ ਕੁਲਵਿੰਦਰ ਸਿੰਘ ਨੂੰ ਆਪਾਂ ਫੋਨ ਵੀ ਕਰ ਲਈਏ, ਠੀਕ ਆ, ਠੀਕ ਆ, ਉਹਨਾਂ ਨੂੰ ਫੋਨ ਵੀ ਕਰ ਲਾਂਗੇ, ਨਾ ਹੋਇਆ ਤੇ ਜਿਹੜੇ ਬਾਕੀ ਹੋਰ ਕੋਈ ਆ ਜਿਹਨੂੰ ਕਿਸੇ ਨੇ ਕਰਨਾ ਹੋਇਆ। ਚਰਿੱਤਰ ਆਪਾਂ ਨਹੀਂ ਪੜ੍ਹਨਾ ਅੱਜ, ਹਾਂਜੀ, ਠੀਕ ਆ, ਠੀਕ ਹੈ, ਅਗਲੀ ਵਾਰੀ ਹੁਣ ਪੜ੍ਹਾਂਗੇ, ਕੋਈ ਨੀ। ਬਹੁਤ ਸਾਰੇ ਵੀਰ ਕਹਿੰਦੇ ਵੀ ਹੁੰਦੇ ਵੀ ਜ਼ਰੂਰ ਪੜ੍ਹ ਦਿਆ ਕਰੋ, ਹਾਂਜੀ, ਪਰ ਆਪਾਂ ਕੋਈ ਨੀ ਮਾਫ ਕਰ ਦੇ, ਹਾਂ, ਕਿਉਂਕਿ ਉਹ ਜਿਹੜਾ ਮਸਲਾ ਹੈ ਸਾਡਾ ਇਹ ਥੋੜਾ ਜ਼ਿਆਦਾ ਹੀ ਗੰਭੀਰ ਹੋਇਆ ਆ, ਹਾਂਜੀ, ਕਿਉਂਕਿ ਹੁਣ ਚਰਿੱਤਰ ਤਾਂ ਅਸੀਂ ਟਕਸਾਲੀਆਂ ਕਰਕੇ ਪੜ੍ਹਦੇ ਸੀ ਨਾ, ਅੱਜ ਟਕਸਾਲੀ ਐਡੀ ਵੱਡੀ ਪ੍ਰੋਬਲਮ ਜਿਹੜੀ ਆ ਜਿਹੜੀ ਸਾਨੂੰ ਦਿਸ ਰਹੀ ਆ, ਉਹਦੇ ਬਰਾਬਰ ਦਾ ਹੀ ਇਹ ਧੜਾ ਜਿਹੜਾ ਖੜ ਰਿਹਾ ਆ, ਦਿਨੋ ਦਿਨ ਇਹ ਉਨਾ ਹੀ ਖਤਰਾ, ਇਹ ਵੀ ਉਦਾਂ ਦੇ ਚੈਲੰਜ ਉਦਾਂ ਹੀ ਭੜਕਾ ਰਹੇ ਆ, ਉਦਾਂ ਦੀਆਂ ਹਰਾਮਖੋਰੀਆਂ ਕਰ ਰਹੇ ਆ ਜੀ, ਠੀਕ ਹੈ, ਠੀਕ ਹੈ। ਚਲੋ ਜੀ, ਆਪਾਂ ਕਰਦੇ ਹਾਂ ਸਮਾਪਤੀ ਤੇ ਮਿਲਾਂਗੇ ਕੱਲ ਨੂੰ ਪੱਖ ਦੇ ਮਸਲੇ ਵਿੱਚ, ਹਾਂਜੀ, ਦੁਪਹਿਰ 1 ਵਜੇ। ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।